ਸ਼ਸ਼ੀਕਾਲ ਮੈਂ ਜੀ ਵਿੰਪੀ ਸਿੱਧੂ ਤੁਸੀਂ ਵੇਖ ਰਹੇ ਹੋ ਟੈਂਸਟਰ ਪੰਜਾਬੀ ਪ੍ਰੋਗਰਾਮ ਗੱਪਸ਼ਾਹ ਵਿੱਚ ਆਦਾ ਕੱਪ ਤੁਹਾਨੂੰ ਪਤਾ ਹੀ ਹੈ ਆਪਾਂ ਪਿਛਲੀ ਪ੍ਰੋਗਰਾਮ ਦੇ ਜਿਹੜੀ ਲੜੀ ਹੈ ਡਾਕਟਰ ਹਰਪਾਲ ਸਿੰਘ ਪੰਨੂ ਹਨਾਂ ਦੇ ਨਾਲ ਉਸ ਨੂੰ ਕੰਟੀਨਿਊ ਰੱਖਣਾ ਹੈ ਇਸ ਐਪੀਸੋਡ ਦੇ ਵਿੱਚ ਡਾਕਟਰ ਹਰਪਾਲ ਸਿੰਘ ਪੰਨੂ ਕਿਸੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਬਹੁਤ ਅ ਅੱਛੇ ਲੇਖਕ ਬਹੁਤ ਵਧੀਆ ਵਾਰਤਕਾਰ ਸ਼੍ਰੋਮਣੀ ਸਾਹਿਤਕਾਰ ਦਾ ਅਵਾਰਡ ਪ੍ਰਾਪਤ ਕਰਨ ਵਾਲੇ ਪੰਜਾਬ ਸਰਕਾਰ ਤੋਂ ਤੇ ਹੋਰ ਬਹੁਤ ਸਾਰੇ ਅਵਾਰਡ ਗੋਤਮ ਤੋਂ ਤਾਸਕੀ ਤੱਕ ਭਾਰਤ ਦੇ ਪੁਰਾਤਨ ਧਰਮ ਆਠ ਤੋਂ ਬੰਦਗੀ ਤੱਕ ਟੈਗੋਰ ਜੀਵਨ ਤੇ ਰਚਨਾ ਪ੍ਰੈਸ਼ਰ ਪ੍ਰਸ਼ਨ ਤੇ ਹੋਰ ਬਹੁਤ ਸਾਰੀਆਂ 20 ਕਿਤਾਬਾਂ ਦੇ ਰਚੇਤਾ ਡਾਕਟਰ ਹਰਪਾਲ ਸਿੰਘ ਪੰਨੂ ਹੁਣਾਂ ਦੇ ਨਾਲ ਅਸੀਂ ਪਿਛਲੇ ਐਪੀਸੋਡ ਦੇ ਵਿੱਚ ਗੱਲਬਾਤ ਕੀਤੀ ਜਿਹੜੀ ਕਿ ਤੁਸੀਂ ਬਹੁਤ ਜ਼ਿਆਦਾ ਪਸੰਦ ਕੀਤੀ ਤੁਹਾਡਾ ਪਰਮਾਹੰਗਾਰ ਆਇਆ ਤੇ ਉਹਨਾਂ ਦੇ ਗੁਫ਼ਤਗੂ ਨੂੰ ਜਾਰੀ ਰੱਖਣ ਦਾ ਵਾਅਦਾ ਮੈਂ ਕੀਤਾ ਸੀ ਤੋਂ ਇੱਕ ਵਾਰ ਫੇਰ ਵੈਲਕਮ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਡਾਕਟਰ ਹਰਪਾਲ ਸਿੰਘ ਪੰਨੋਹਣਾ ਦਾ ਬਹੁਤ ਬਹੁਤ ਸਵਾਗਤ ਸਾਰ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਸਰੋਤਿਆਂ ਨੂੰ ਸਰ ਤੁਸੀਂ 1984 ਦੇ ਦੁਖਾਂਤ ਨੂੰ ਹੱਡੀ ਹੰਡਾਇਆ ਤੁਹਾਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੇ ਉਸ ਸਮੇਂ ਨੂੰ ਤੁਸੀਂ ਵੇਖਿਆ ਉਸ ਸਮੇਂ ਦਾ ਕੋਈ ਪ੍ਰਸੰਗ ਸਾਡੇ ਨਾਲ ਸਾਂਝਾ ਕਰਨਾ ਚਾਹੋਗੇ ਮੈਂ ਜਦੋਂ ਵਿਦਿਆਰਥੀ ਸਾਂ ਤਾਂ ਦਮਦਮੀ ਟਕਸਾਲ ਦੇ ਸੰਤ ਕਰਤਾ ਸਾਡਾ ਇੱਕ ਜਮਾਤੀ ਸ਼ਰਧਾਲੂ ਸੀ ਹੂੰ ਉਹ ਕਹਿੰਦਾ ਸੰਤ ਕਰਤਾਰ ਸਿੰਘ ਦੇ ਦੀ ਕਥਾ ਵਿਖਿਆਨ ਨਹੀਂ ਤੁਸੀਂ ਸੁਣਿਆ ਮੈਂ ਜੀ ਉਹਨਾਂ ਨੂੰ ਬੁਲਾ ਲਵਾਂ ਕਹਿੰਦਾ ਇੱਥੇ ਦੁਖਨਵਾਰਨ ਸਾਹਿਬ 1 ਮਹੀਨਾ ਰਹਿਣਗੇ ਕਥਾ ਕਰਨ ਆਏ ਨੇ ਆਪਾਂ ਕਾਲਜ ਚ ਬੁਲਾ ਲੈਨੇ ਹੂੰ ਮੈਂ ਗੁਰਮਤ ਕਾਲਜ ਦਾ ਵਿਦਿਆਰਥੀ ਸੀ ਹੂੰ ਅਸੀਂ ਸਾਰਿਆਂ ਨੇ ਕਿਹਾ ਚਲੋ ਆਪਾਂ ਬੁਲਾਉਣ ਚੱਲਦੇ ਹਾਂ ਅਸੀਂ ਬੁਲਾਏ ਉਹਨਾਂ ਨੇ ਜਿਹੜੇ ਸ਼ਬਦ ਦੀ ਕਥਾ ਕੀਤੀ ਤੇ ਜਿਹੜੀਆਂ ਕੁਝ ਗੱਲਾਂ ਗੁਰਮਤ ਬਾਰੇ ਦਸੀਆਂ ਉਹ ਸਾਨੂੰ ਚੰਗੀਆਂ ਲੱਗੀਆਂ ਹੂੰ ਅਸੀਂ ਫੈਸਲਾ ਕੀਤਾ ਕਿ ਇਹਨਾਂ ਕੋਲ ਕਦੇ-ਕਦੇ ਜਾਇਆ ਕਰਾਂਗੇ ਹੂੰ ਸਾਡ ਉਹ ਕਹਣ ਲੱਗੇ ਅਸੀਂ ਤੁਹਾਡੀਆਂ ਵੀ ਗੱਲਾਂ ਸੁਣਨੀਆਂ ਨੇ ਇੱਕ ਇੱਕ ਤਾਂ ਇੱਥੇ ਸਾਡੇ ਤੋਂ ਕੁਝ ਗੱਲਾਂ ਸੁਣੀਆਂ ਕਥਾ ਸੁਣੀ ਸਾਡੀ ਲੈਕਚਰ ਸੁਣੇ ਅਸੀਂ 10 ਵਿਦਿਆਰਥੀ ਸਾਂ ਸਾਡੇ 10ਾਂ ਚ ਉਹਨਾਂ ਨੂੰ ਪੰਜ ਪਸੰਦ ਆ ਗਏ ਉਹ ਕਹਿੰਦੇ ਅਸੀਂ ਤੁਹਾਨੂੰ ਟਕਸਾਲ ਚ ਲੈ ਕੇ ਜਾਣਾ ਸਾਡੇ ਟਕਸਾਲ ਬਾਰੇ ਇਹ ਪ੍ਰਸਿੱਧ ਹੈ ਕਿ ਇਹ ਕਥਾਵਾਚਕ ਵੀ ਨੇ ਕੀਰਤਨੀ ਵੀ ਨੇ ਅੱਜ ਦੇ ਮੁਹਾਵਰੇ ਚ ਨਹੀਂ ਇਹਨਾਂ ਦੀ ਕਥਾ ਤੇ ਇਹਨਾਂ ਦਾ ਲੈਕਚਰ ਸਾਨੂੰ ਤੁਸੀਂ ਅੱਜ ਦੇ ਮੁਹਾਵਰੇ ਚ ਭਾਸ਼ਣ ਕਰਨ ਵਾਲੇ ਤੇ ਕਥਾ ਕਰਨ ਵਾਲੇ ਚਾਹੀਦੇ ਅਸੀਂ ਚੁੱਪ ਕਰ ਗਏ ਕਹਿੰਦੇ ਤੁਹਾਨੂੰ ਤਨਖਾਹ ਕਾਲਜ ਦੇ ਲੈਕਚਰਰ ਜਿੰਨੀ ਦੇਵਾਂਗੇ ਹੂੰ ਅਸੀਂ ਫਿਰ ਵੀ ਚੁੱਪ ਕਰ ਗਏ ਫਿਰ ਕਹਿੰਦੇ ਤੁਸੀਂ ਇਹ ਸੋਚਦੇ ਹੋਵੋਗੇ ਵੀ ਤੁਸੀਂ ਗ੍ਰੰਥੀ ਹੋਗੇ ਜੇ ਜੇ ਸਾਧਾ ਨਾਲ ਰਹਿਣ ਲੱਗੇ ਤੁਹਾਡਾ ਵਿਆਹ ਕਿਵੇਂ ਹੋਊਗਾ ਕਹਿੰਦੇ ਅਸੀਂ ਤੁਹਾਡੇ ਜਿੰਨੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਤੁਹਾਡੇ ਵਾਸਤੇ ਆਪ ਲੱਭਾਂਗੇ ਫਿਰ ਕਹਿੰਦੇ ਕਿ ਸਾਡੇ ਜਥੇ 'ਚ ਟਕਸਾਲ ਦੀ ਰਹਿਤ ਜਿਹੜੀ ਉਹ ਕੁਝ ਸਖਤ ਹੈ ਹੂੰ ਉਹ ਸਖਤੀ ਅਸੀਂ ਤੁਹਾਡੇ ਤੇ ਲਾਗੂ ਨਹੀਂ ਕਰਾਂਗੇ ਅਸੀਂ ਤਾਂ ਚਾਹ ਵੀ ਨਹੀਂ ਪੀਂਦੇ ਅਸੀਂ ਤੁਹਾਨੂੰ ਚਾਹ ਪੀਣ ਦੀ ਆਗਿਆ ਦੇਾਂਗੇ ਸਾਡੇ ਕੋਲ ਤੁਹਾਨੂੰ ਖੁੱਲਾ ਮਿਲਣ ਗਿਆ ਪਰ ਤੁਸੀਂ ਸਾਡੇ ਕੋਲ ਆ ਜਿਓ ਅਸੀਂ ਬੜੇ ਖੁਸ਼ ਹੋਏ ਵੀ ਖੁੱਲਾ ਵੀ ਸਾਰਿਆਂ ਨੇ ਸਾਨੂੰ ਨੌਕਰੀਆਂ ਅਜੇ ਅਸੀਂ ਪਾਸ ਕੀਤੀ ਨਹੀਂ ਅਮੇ ਨੌਕਰੀਆਂ ਪਹਿਲਾਂ ਸਾਨੂੰ ਆਫਰ ਹੋ ਗਈ ਤਾਂ ਅਸੀਂ ਖੁਸ਼ ਇਮਤਿਹਾਨ ਅਸੀਂ ਪਾਸ ਕੀਤਾ ਜਾਣ ਦੀਆਂ ਤਿਆਰੀਆਂ ਕਰ ਰਹੇ ਅਖਬਾਰ ਚ ਖਬਰ ਛਪੀ ਪੜੀ ਸੰਤ ਕਰਤਾਰ ਸਿੰਘ ਐਕਸੀਡੈਂਟ ਚ ਸੰਸਾਰ ਚ ਚਲੇ ਗਏ ਓਕੇ ਤੋ ਉਹ ਸਾਡਾ ਜਿਹੜਾ ਨਾ ਰਸਤਾ ਸੀ ਉਸ ਪਾਸੇ ਵੱਲ ਨੂੰ ਜਾਂਦਾ ਹੋਇਆ ਉਹ ਰੁਕ ਗਿਆ ਲੇਕਿਨ ਬਾਅਦ ਚ ਪਤਾ ਲੱਗੇ ਉਹਨਾਂ ਦਾ ਬੇਟਾ ਭਾਈ ਅਮਰੀਕ ਸਿੰਘ ਹੂੰ ਇਹ ਮੇਰੇ ਪਿੰਡ ਦੇ ਲਾਗੇ ਅਤਾਲਾ ਪਿੰਡ ਹੈ ਹੂੰ ਅਤਾਲਾ ਪਿੰਡੋਂ ਪਿੰਡ ਦੀ ਔਰਤ ਕਿਤੇ ਵਿਆਹੀਤ ਹੋਰ ਸੀ ਹੂੰ ਲੇਕਿਨ ਉਹਦੀ ਧੀ ਭਾਈ ਅਮਰੀਕ ਸਿੰਘ ਨੂੰ ਵਿਆਹੀ ਗਈ ਹੂੰ ਤੋ ਇਹ ਜਿਹੜਾ ਅਤਾਲਾ ਪਿੰਡ ਦਾ ਮੇਰਾ ਇੱਕ ਦੋਸਤ ਸੀ ਗੁਰਤੇਜ ਸਿੰਘ ਉਹਦਾ ਨਾਮ ਹੂੰ ਉਹਨਾਂ ਦਾ ਦਮਦਿਮ ਟਕਸਾਲ ਕੋਲ ਆਉਣ ਜਾਣ ਸੀ ਹੂੰ ਤੇ ਭਾਈ ਅਮਰੀਕ ਸਿੰਘ ਨੂੰ ਇਹ ਸਾਰਾ ਪਰਿਵਾਰ ਗੱਦੀ ਨਿਸ਼ੀਨ ਸਮਝਦੇ ਸੀ ਕਿ ਸੰਤ ਕਰਤਾਰ ਸਿੰਘ ਤੋਂ ਬਾਅਦ ਉਹਨਾਂ ਦਾ ਬੇਟਾ ਇਸ ਮਸਲੇ 'ਚ ਟਕਸਾਲ 'ਚ ਦੋ ਧਿਰਾਂ ਹੋ ਹੂੰ ਇੱਕ ਭਾਈ ਅਮਰੀਕ ਸਿੰਘ ਦੀ ਹਮਾਇਤੀ ਇੱਕ ਸੰਤ ਜਰਨਾਇਲ ਸਿੰਘ ਦੀ ਹਮਾਇਤੀ ਅਸੀਂ ਆਪਸ ਦੇ ਵਿੱਚ ਵਿਚਾਰਾਂ ਕਰਦੇ ਭਾਈ ਅਮਰੀਕ ਸਿੰਘ ਅਸੀਂ ਜਦੋਂ ਬੀਏ ਕੀਤੀ ਉਦੋਂ ਹੀ ਭਾਈ ਅਮਰੀਕ ਸਿੰਘ ਨੇ ਬੀਏ ਕੀਤੀ ਉਹਨਾਂ ਨੇ ਖਾਲਸਾ ਕਾਲ ਚ ਕੀਤੀ ਸੀ ਅਸੀਂ ਜਦੋਂ ਅਸੀਂ ਜਮਾਤੀ ਆਪਸ ਦੇ ਵਿੱਚ ਇੱਕ ਥਾਂ ਤੇ ਤਣ ਬੈਠੇ ਲੇਕਿਨ ਬੈਚਮੇਟ ਸੀ ਜ਼ਰੂਰ ਸੀ ਜਦੋਂ ਉਹਨਾਂ ਨੇ ਐਮਏ ਕੀਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਚੋਂ ਉਦੋਂ ਅਸੀਂ ਐਮਏ ਕਰ ਲਈ ਸੀ ਇੱਥੋਂ ਇਉਂ ਮੇਲ ਮਲਾਪ ਸੀ ਸਾਡਾ ਤੇ ਅਸੀਂ ਇਹ ਸੋਚਦੇ ਸੀ ਸਾਡਾ ਦੋਸਤ ਦਮਦਮੇ ਟਕਸਾਲ ਦਾ ਮੁਖੀ ਹੋਵੇ ਸਾਡੀ ਵੀ ਤਾਕਤ ਹੋਊਗੀ ਸਾਡੀ ਵੀ ਸ਼ਾਨ ਬਣੂਗੀ ਕੌਣ ਨਹੀਂ ਚਾਹੁੰਦਾ ਹੂੰ ਬਿਲਕੁਲ ਕੋ ਮੁਰਵੀ ਅੱਦਾਂ ਨੂੰ ਤੇ ਤਾਂ ਕਿ ਹਿੱਸੇਦਾਰ ਹਰੇਕ ਹੀ ਹੋਣਾ ਚਾਹੁੰਦਾ ਤੇ ਸਾਨੂੰ ਸੰਤ ਜਰਨੈਲ ਸਿੰਘ ਚ ਕੋਈ ਗੁਣ ਦਿਸਦੇ ਹੀ ਨਹੀਂ ਸੀ ਨਾ ਤਾਂ ਪੜਿਆ ਲਿਖਿਆ ਨਾ ਹੀ ਕਦੀ ਅਸੀਂ ਕੋਈ ਇਨਸਪਾਇਰਿੰਗ ਗੱਲ ਸੁਣੀ ਬਸ ਇੰਨਾ ਸੀ ਅਸੀਂ ਇੱਕ ਵਾਰ ਇਹ ਸੁਣਿਆ ਕਿ ਜੂਨ ਦੇ ਮਹੀਨੇ ਚ ਸਰਾਾਂ ਦੀ ਛੱਤ ਤੇ ਉੱਪਰ ਟੌਪ ਤੇ ਧੁੱਪੇ ਬੈਠ ਕੇ ਉਹ ਸਾਰਾ ਸਾਰਾ ਦਿਨ ਪਾਠ ਕਰਦੇ ਰਹਿੰਦੇ ਨੇ ਇਸ ਗੱਲ ਦੀ ਸ਼ਿਕਾਇਤ ਸੰਤ ਕਰਤਾਰ ਸਿੰਘ ਕੋਲ ਹੋਈ ਉਹਨਾਂ ਨੇ ਉਦੋਂ ਤਾਂ ਭਾਈ ਜਰਨੈਲ ਸਿੰਘ ਸਨ ਨਾ ਉਹਨਾਂ ਨੇ ਕਿਹਾ ਭਾਈ ਜਰਨੈਲ ਸਿੰਘ ਨੂੰ ਬੁਲਾ ਕੇ ਲਿਆ ਆ ਗਏ ਕਹਿੰਦੇ ਕੁਝ ਕਰਾਮਾਤਾਂ ਹਾਸਲ ਕਰਨੀਆਂ ਨੇ ਜਰਨੈਲ ਸਿੰਘ ਹੂੰ ਉਹ ਕਹਿੰਦੇ ਨਾ ਜੀ ਹੂੰ ਫਿਰ ਹੱਥ ਕਾਦੇ ਵਾਸਤੇ ਸ਼ੁਰੂ ਕੀਤਾ ਇਹ ਹੂੰ ਪਤਾ ਲੱਗੇ ਤੁਸੀਂ ਸਾਰਾ ਦਿਨ ਧੁੱਪੇ ਬੈਠੇ ਰਹਿੰਦੇ ਪਾਠ ਕਰਦੇ ਨੇ ਨਾ ਹੂੰ ਉਹ ਕਹਿੰਦੇ ਜੀ ਮਾੜਾ ਕੰਮ ਤਾਂ ਨਹੀਂ ਕਰਦੇ ਹੂੰ ਪਾਠ ਹੀ ਕਰਦੇ ਆ ਕਹਿੰਦੇ ਫਿਰ ਪਾਠ ਹੀਟਾ ਨਹੀਂ ਹੋ ਸਕਦਾ ਹੈ ਛਾਂ 'ਚ ਬੈਠ ਕੇ ਹੂੰ ਕਹਿੰਦੇ ਪਿਤਾ ਜੀ ਕਹਿੰਦੇ ਹੁੰਦੇ ਸੀ ਸਾਰੇ ਹੀ ਉਹਨਾਂ ਨੂੰ ਅਸੀਂ ਵੀ ਪਿਤਾ ਜੀ ਕਹਿੰਦੇ ਹੁੰਦੇ ਸੀ ਭਾਈ ਅਮਰੀਤ ਸਿੰਘ ਕਰਕੇ ਹੂੰ ਜਰਨੈਲ ਸਿੰਘ ਕਹਿੰਦੇ ਪਿਤਾ ਜੀ ਮੈਂ ਕਦੇ ਕਦੇ ਇਹ ਸੋਚਦਾ ਹੁੰਨਾ ਕਿ ਜੀਵਨ ਚ ਜੇ ਕਿਤੇ ਸਖਤੀ ਝੱਲਣੀ ਪੈਗੀ ਉਹਦੇ ਵਾਸਤੇ ਵੀ ਤਾਂ ਤਿਆਰੀ ਕਰਨੀ ਚਾਹੀਦੀ ਹੈ ਕਰਨੀ ਚਾਹੀਦੀ ਹੈ ਹਮ ਸੰਤ ਕਰਤਾਰ ਸਿੰਘ ਕਹਿੰਦੇ ਛੋਟੇ ਸਹਬਜ਼ਾਦਿਆਂ ਨੇ ਤਪੱਸਿਆ ਕੀਤੀ ਸੀ ਹਮ ਜਦੋਂ ਸੰਕਟ ਆਏਗਾ ਨਾ ਯਕੀਨ ਰੱਖ ਜਰਨੈਲ ਸਿੰਘ ਉਦੋਂ ਤੁਹਾਡਾ ਸੰਕਟ ਮਹਾਰਾਜ ਆਪ ਚੱਲਣਗੇ ਆਪਣੇ ਜਿਸਮ ਤੇ ਆਪਣੀ ਰੂਹ ਤੇ ਉਧਰ ਨਾ ਤੇ ਫਿਕਰ ਨਾ ਕਰ ਹੱਥ ਛੱਡ ਦੇ ਅੱਜ ਤੋਂ ਬਾਅਦ ਹਮ ਸਤਿਵਚਨ ਜੀ ਚਰਨੀ ਹੱਥ ਲਾਏ ਹੁਣ ਮੈਂ ਹੱਥ ਨਹੀਂ ਕਰਦਾ ਲੇਕਿਨ ਇਹ ਗਲਤ ਸੀ ਸੋਣੀ ਲੇਕਿਨ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ ਕਿ ਇਹ ਆਮ ਜਿਹਾ ਜਵਾਨ ਦਮਦਮੀ ਟਕਸਾਲ ਵਰਗੀ ਵੱਡੀ ਸੰਸਥਾ ਨੂੰ ਲੀਡ ਕਰੂਗਾ ਇਹ ਮੰਨਣ ਚ ਨਹੀਂ ਆਉਂਦਾ ਸੀ ਜਦੋਂ ਦਸਤਾਰਬੰਦੀ ਹੋਣੀ ਸੀ ਸਾਨੂੰ ਅਖੀਰ ਚ ਪਤਾ ਲੱਗਿਆ ਕਿ ਟਕਸਾਲ ਤਾਂ ਸਾਰੀ ਦੀ ਸਾਰੀ ਸੰਤ ਜਰਨੈਲ ਸਿੰਘ ਦੇ ਹੱਕ ਚ ਹੋਵੇ ਭਾਈ ਮਰੀਦ ਸਿੰਘ ਲੰਬੇ ਹੋਵੇ ਦਸਤਾਰਬੰਦੀ ਹੋਣੀ ਸੀ ਜਿਸ ਦਿਨ ਅਸੀਂ ਸਮਝ ਗਏ ਸੀ ਵੀ ਦਸਤਾਰਬੰਦੀ ਹੁਣ ਜਰਨੈਲ ਸਿੰਘ ਦੀ ਹੋਊਗੀ ਹਮ ਅਸੀਂ ਪਟਿਆਲੇ ਤੋਂ ਬੱਸਾਂ 'ਚ ਬੈਠ ਕੇ ਚਾਰ ਪੰਜ ਦੋਸਤ ਹਮ ਚੌਕ ਮਹਿਤਾ ਇਹ ਦੇਖਣ ਲਈ ਪਹੁੰਚੇ ਸਾਂ ਕਿ ਸ਼ੁਕਰਾਨਾ ਕਰਨ ਵਾਸਤੇ ਤਾਂ ਕੁਝ ਕਹਿਣਾ ਪਊਗਾ ਇਹਨੂੰ ਬੋਲਣਾ ਤਾਂ ਦਾ ਨਹੀਂ ਕੁਝ ਕੀ ਕਹੋਗਾ ਚਲੋ ਉਹ ਦੇਖਦੇ ਹਾਂ ਹਮ ਲਓ ਜੀ ਉੱਥੇ ਦਰਜਣ ਵੀ ਘੱਟ ਹੋਊਗਾ ਦਰਜਣਾ ਜਥੇਬੰਦੀਆਂ ਸੰਪਰਦਾਵਾਂ ਦੇ ਮੁਖੀ ਦਸਤਾਰਬੰਦੀ ਸਮਾਰੋਚ ਸ਼ਾਮਲ ਹੋਣ ਵਾਸਤੇ ਆਏ ਸੀ ਸਾਰਿਆਂ ਨੇ ਕੁਝ ਕੁਝ ਬੋਲਿਆ ਕੁਝ ਕੁਝ ਕਿਹਾ ਉਹਨੋਂ ਅਕਾਲੀ ਸਰਕਾਰ ਸੀ ਇਹ ਅਮਰਜੈਂਸੀ ਦੇ ਦਿਨਾਂ ਦਿਨਾਂ ਤੋਂ ਬਾਅਦ ਬਣੀ ਸੀ 1977 ਚ ਇਹ ਗੱਲ ਸ਼ਾਇਦ 1978 ਦੀ ਹੋਵੇ ਹਾਂ ਮੇਰਾ ਅੰਦਾਜ਼ਾ ਹੈ ਨਹੀਂ ਅਗਸਤ 77 ਦੀ ਹੀ ਹੈ ਅਸੀਂ ਦੇਖਣਗੇ ਕਿ ਕੀ ਹੁੰਦਾ ਜਦੋਂ ਅਖੀਰ ਉੱਥੇ ਪ੍ਰਕਾਸ਼ਨ ਬਾਦਲ ਵੀ ਗਏ ਸਨ ਬਤੌਰ ਮੁੱਖ ਮੰਤਰੀ ਬਾਦਲ ਸਾਹਿਬ ਨੇ ਵੀ ਕੁਝ ਸ਼ਬਦ ਕਹੇ ਬਾਦਲ ਸਾਹਿਬ ਨੇ ਕਿਹਾ ਕਿ ਸਾਡੇ ਦਿਲ 'ਚ ਦਮਦਮਿਤ ਟਕਸਾਲ ਦਾ ਪੂਰਾ ਰਸੂਖ ਹੈ। ਹਮ ਅਸੀਂ ਇਹਨੂੰ ਚਲਦੀ ਫਿਰਦੀ ਯੂਨੀਵਰਸਿਟੀ ਸਮਝਦੇ ਹਾਂ। ਹਮ ਸੰਤਾਂ ਦੀ ਯਾਦਗਾਰ 'ਚ ਕੁਝ ਵੀ ਮੰਗਣ ਟਕਸਾਲ ਦੇ ਮੁਖੀ ਅਸੀਂ ਦੇਵਾਂਗੇ। ਹਮ ਕੋਈ ਸੰਗੀਤ ਦਾ ਵਿਦਿਆਲਾ ਚਾਹੋਣ ਕਿਸੇ ਕਾਲਜ ਦਾ ਨਾਮ ਬਦਲ ਕੇ ਸੰਤ ਕਰਤਾਰ ਸਿੰਘ ਜੀ ਦੇ ਦਮਦਮਿਤ ਟਕਸਾਲ ਦੇ ਨਾਮ ਦਾ ਚਾਹੁੰਦੇ ਹੋਣ ਜੋ ਇਹਨਾਂ ਦੀ ਇੱਛਾ ਹੈ ਮੰਗਣ ਸਟੇਜ ਤੋਂ ਮੈਂ ਸਟੇਜ ਤੋਂ ਪੂਰੀ ਕਰਨ ਦਾ ਐਲਾਨ ਕਰਾਂਗਾ। ਹਮ ਇਸ ਗੱਲ ਤੇ ਅਕਾਲੀਆਂ ਨੇ ਜਕਾਰੇ ਵੀ ਛੱਡੇ ਹੂੰ ਅਖੀਰ ਚ ਇਕੱਲੇ ਇਕੱਲੇ ਸੰਪਰਦਾ ਇਕੱਲੇ ਇਕੱਲੇ ਮੁਖੀ ਦਾ ਸ਼ੁਕਰਾਨਾ ਕੀਤਾ ਬਹੁਤ ਸੁੰਦਰ ਜ਼ਬਾਨ ਚ ਸੰਤ ਜਨੈਲ ਸਿੰਘ ਨੇ ਕਾਗਜ਼ ਤੇ ਨੋਟ ਨਹੀਂ ਕੀਤਾ ਸੀ ਉਹਨਾਂ ਨੇ ਕਿ ਕੌਣ ਕੌਣ ਆਏ ਨੇ ਜ਼ਬਾਨੀ ਯਾਦ ਸੀ ਸਭ ਕੁਝ ਪਤਾ ਸੀ ਹੂੰ ਅਖੀਰ ਚ ਇਹ ਕਹਿਣ ਲੱਗੇ ਕਿ ਸ਼ੁਕਰਾਨਾ ਮੁੱਖ ਮੰਤਰੀ ਪ੍ਰਕਾਸ਼ ਮਾ ਬਾਦਲ ਜੀ ਦਾ ਜਿਹੜੇ ਇੱਥੇ ਆਏ ਵੀ ਸਾਡੇ ਦੁੱਖ ਚ ਸ਼ਰੀਕ ਹੋਏ ਨਾਲੇ ਇਹਨਾਂ ਨੇ ਇਹ ਵੀ ਆਖਿਆ ਕਿ ਜੋ ਅਸੀਂ ਮੰਗਾਂਗੇ ਉਹ ਇਹ ਦੇਣਗੇ ਮੈਂ ਇਸ ਦਸਤਾਰਬੰਦੀ ਦੇ ਮੌਕੇ ਤੇ ਇਹਨਾਂ ਨੂੰ ਇਹ ਦੱਸਣਾ ਮੁਨਾਸਬ ਸਮਝਦਾ ਕਿ ਇਹ ਟਕਸਾਲ ਮੰਗਤਿਆਂ ਦੀ ਟਕਸਾਲ ਨਹੀਂ ਇਹ ਦਸਮ ਪਾਸ਼ਾ ਦੀ ਟਕਸਾਲ ਹੈ ਬਾਬਾ ਦੀਪ ਸਿੰਘ ਜੀ ਦੀ ਟਕਸਾਲ ਹੈ ਜੋ ਅਸੀਂ ਮੰਗਦੇ ਆ ਉਹ ਅਸੀਂ ਦਸਮ ਪਾਸ਼ਾ ਦੇ ਚਰਨਾਂ ਚ ਮੰਗਦੇ ਆ ਕੀ ਬਾਤ ਹੈ ਹਾਂ ਜੇ ਬਾਦਲ ਸਾਹਿਬੋਂ ਕਦੀ ਲੋੜ ਪਵੇ ਸਾਡੀ ਸਾਡੇ ਟਕਸਾਲ ਦੀ ਇਹ ਇੱਥੇ ਆ ਕੇ ਮੰਗਣ ਮੈਂ ਵਾਦਾ ਕਰਦਾ ਕਿ ਅਸੀਂ ਕੀ ਬਾਤ ਹੈ ਕੀ ਹੁੰਦਾ ਹੈ ਇਹ ਪਹਿਲੀ ਸਪੀਚ ਸੀ ਬਤੌਰ ਮੁਖੀ ਹਾਂ ਜੀ ਪ੍ਰੈਸ ਵਾਲਿਆਂ ਚ ਹਲਚਲ ਹੋਣ ਲੱਗੀ ਸਾਡੇ ਸਾਰਿਆਂ ਚ ਹਲਚਲ ਹੋਣੀ ਵੀ ਇਹ ਤਾਂ ਖਿੱਚੋ ਤਾਣ ਖਿੱਚੋ ਤਾਣ ਵੀ ਨਾ ਰਹੀ ਇੱਕ ਸਾਨੂੰ ਕੁਝ ਇੱਕ ਨੇ ਇਹ ਵੀ ਸ਼ੰਕੇ ਪ੍ਰਗਟ ਕੀਤੇ ਵੀ ਹੁਣ ਟਕਰਾਓ ਨਾ ਹੋ ਜਾਈ ਦੇਖ ਹਰ ਟਕਰਾਓ ਹੋਣਾ ਸ਼ੁਰੂ ਹੋਇਆ ਸੀ ਹੂੰ ਤੋ ਇਹ ਇਹ ਕੁਝ ਦ੍ਰਿਸ਼ ਸਨ ਜਿਹੜੇ ਮੇਰੀ ਯਾਦ ਚ ਬੈਠੇ ਹੋਏ ਨੇ ਤੇ ਫਿਰ ਤਾਂ ਅਸੀਂ ਨਿਰੰਤਰ ਮਿਲਣਾ ਸ਼ੁਰੂ ਕੀਤਾ ਸੰਤ ਜਨੈਲ ਸਿੰਘ ਨੂੰ ਪ੍ਰੇਮ ਹੋਇਆ ਆਪਸ ਵਿੱਚ ਤੁਸੀਂ ਸੰਤ ਜਰਨਲਿਸਟਿਕ ਮਿੰਡਾ ਵਾਲਿਆਂ ਦੀ ਗੱਲ ਕੀਤੀ ਤੁਸੀਂ ਉਹਨਾਂ ਦੀ ਕੰਪਨੀ ਦੇ ਵਿੱਚ ਰਹੇ ਹੋ ਤੇ ਜ਼ਰੂਰ ਅਸੀਂ ਅੱਛਾ ਰੱਖਾਂਗੇ ਕਿ ਤੁਸੀਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਕੁਝ ਗੱਲਾਂ ਜਿਹੜੀਆਂ ਉਹ ਸਾਡੇ ਨਾਲ ਸਾਂਝੀਆਂ ਕਰੋ ਮੈਂ ਤੋਂ ਉਹ ਲੈਕਚਰ ਲੱਗਿਆ ਸੀ ਉਦੋਂ ਆਏ ਰਹੇ ਮਿਲੇ 2 ਘੰਟੇ ਲੈਕਚਰ ਕੀਤਾ ਇੱਕ ਤਾਂ ਇਹ ਦੂਜਾ ਇਹ ਕਿ ਉਹਨਾਂ ਦਾ ਇੱਕ ਇੱਕ ਵਾਕ ਗੁਰਮਤ ਦੀ ਮਿਠਾਸ ਦੇ ਵਿੱਚ ਘੁਲੇ ਹੋਇਆ ਸੀ ਓਕੇ ਗੁਰਮਤ ਦੀ ਮਿਠਾਸ ਦੀ ਚਾਸ਼ਨੀ ਸੀ ਉਹਨਾਂ ਦੀ ਬੋਲੀ 'ਚ ਜਿਵੇਂ ਪੇਸ਼ ਕੀਤਾ ਜਾਂਦਾ ਹੈ ਨਾ ਜਿਵੇਂ ਉਸ ਤਰ੍ਹਾਂ ਦਾ ਪ੍ਰੈਜ਼ੈਂਟ ਕੀਤਾ ਜਾ ਰਿਹਾ ਨਾ ਡਾਕੂ ਦੇ ਤੌਰ 'ਤੇ ਇੱਕ ਤਾਂ ਪੇਸ਼ ਕੀਤਾ ਸੁੱਚਾ ਸਿੰਘ ਛੋਟਾਪੁਰ ਨੇ ਅਖਬਾਰ 'ਚ ਬਿਆਨ ਦਿੱਤਾ ਸੀ ਤੁਸੀਂ ਕਹੇ ਕੋਈ ਘਟਨਾ ਸੁਣਾਓ ਸੁੱਚਾ ਸਿੰਘ ਛੋਟਾਪੁਰ ਦਾ ਅਖਬਾਰ 'ਚ ਬਿਆਨ ਪੜਿਆ ਕਿ ਇਹ ਚੰਬਲ ਦਾ ਡਾਕੂ ਹੈ ਬੀਰ ਦਿਵਿੰਦਰ ਸਿੰਘ ਬਹੁਤ ਭਲਾ ਬੰਦਾ ਹੈ ਸਾਡਾ ਮਿੱਤਰ ਹੈ ਅੱਛਾ ਗੁਰਸਿੱਖ ਸਮਝਦਾ ਲੇਕਿਨ ਉਹਨਾਂ ਦੇ ਨਾਂ 'ਚ ਅਕਾਲੀ ਦਲ ਨੂੰ ਛੱਡ ਕੇ ਇਹ ਤਾਜ਼ਾ-ਤਾਜ਼ੇ ਕਾਂਗਰਸੇ ਗਏ ਸੀ ਹੂੰ ਤੋ ਕਹਿੰਦੇ ਨੇ ਤਾਜ਼ਾ-ਤਾਜ਼ਾ ਇਸ ਇਸਲਾਮ 'ਚ ਗਿਆ ਕਲਮਾ ਪੜਿਆ ਬੰਦਾ ਜਿਆਦਾ ਤਿੱਖਾ ਹੁੰਦਾ ਹੋਰਾਂ ਤੋਂ ਇਹਨਾਂ ਦਾ ਇੱਕ ਬਿਆਨ ਆਇਆ ਅਖਬਾਰ 'ਚ ਹਾਂ ਕਿ ਸੰਤ ਜਨਾਇਲ ਸਿੰਘ ਦੀ ਪਿਆਸ ਜੇ ਮਨੁੱਖਾਂ ਦਾ ਖੂਨ ਪੀ ਪੀ ਕੇ 부ਝੀ ਨਹੀਂ ਤਾਂ ਫਿਰ ਮੈਂ ਹਾਜ਼ਰ ਹੋ ਜਾਣਾ ਮੇਰਾ ਖੂਨ ਪੀ ਕੇ ਆਪਣੀ ਪਿਆਸ 부ਝਾ ਲੈਣ ਹੂੰ ਅਸੀਂ ਉੱਥੇ ਹੀ ਸਾਂ ਹੂੰ ਦਰਬਾਰ ਸਾਹਿਬ ਚ ਇਹਨਾਂ ਦੇ ਅਜਿਹਾ ਵੀ ਜਦੋਂ ਇਹ ਬਿਆਨ ਆਇਆ ਸੀ ਹੂੰ ਸਰਾਹ ਚ ਹੂੰ ਮੈਂ ਕਿਹਾ ਬਾਬਾ ਜੀ ਬੀਰ ਦਵਿੰਦਰ ਸਿੰਘ ਦਾ ਬਿਆਨ ਆਇਆ ਉਹ ਕਹਿੰਦੇ ਹਾਂ ਬਿਆਨ ਬਿਆਨ ਆਇਆ ਆਪ ਤਾਂ ਆਇਆ ਨਹੀਂ ਓਕੇ ਹਾਂ ਤਾਂ ਹਸਮੁਖਸਾਨ ਹਾਂ ਅੱਛਾ ਇੱਥੇ ਦੁਖਨਵਾਰਨ ਸਾਹਿਬ ਕਥਾ ਕਰਦੇ ਹੁੰਦੇ ਸੀ ਅਸੀਂ ਵੀ ਕਥਾ ਸੁਣਨ ਚਲੇ ਜਾਂਦੇ ਹੂੰ ਇੱਕ ਬੀਬੀ ਨੇ ਉਹ ਚਰਨੀ ਹੱਥ ਨਹੀਂ ਲਵਾਉਂਦੇ ਸੀ ਹਮ ਇੱਕ ਬੀਬੀ ਨੇ ਅੱਗੇ ਹੋ ਕੇ ਝੁੱਕ ਕੇ ਚਰਨ ਛੂਣੇ ਚਾਹੇ ਹਮ ਸੰਤ ਜਨਾਇਆਲ ਸਿੰਘ ਰੁੱਕ ਗਏ ਹਮ ਤੀਰ ਹੁੰਦਾ ਸੀ ਹੱਥ 'ਚ ਉਹਨਾਂ ਦੇ ਹਮ ਸਾਨੂੰ ਸਾਰਿਆਂ ਨੂੰ ਇਸ਼ਾਰਾ ਕੀਤਾ ਕਿ ਥੋੜਾ ਜਿਹਾ ਪਰੇ ਹਟ ਜਾਓ ਹਮ ਬੀਬੀ ਨੂੰ ਮਨਾ ਕੀਤਾ ਬੀਬੀ ਖੜੀ ਹੋ ਗਈ ਕਹਿੰਦੇ ਬੀਬੀ ਕਈ ਬੀਬੀਆਂ ਇਸ ਤਰ੍ਹਾਂ ਜ਼ਿੱਦ ਕਰਦੀਆਂ ਨੇ ਕਿ ਪੈਰੀਂ ਹੱਥ ਲਾਣੇ ਨੇ ਹਮ ਇਹਨਾਂ 'ਚੋਂ ਕੀ ਨਿਕਲਦਾ ਤੁਸੀਂ ਦਿਖਾਓ ਯਾ ਤਾਂ ਦਿਖਾ ਕੇ ਜਾਓ ਜਾਂ ਫਿਰ ਛੱਡ ਦਿਓ ਅੱਛਾ ਉਹਨੇ ਮਨੇ ਬੀਬੀ ਨਾ ਮਾਫੀ ਮੰਗੀ ਤੇ ਚਲੀ ਗਈ ਹਾਂ ਮੇਰੇ ਨਾਲ ਭਾਸ਼ਾ ਵਿਭਾਗ ਦੇ ਡਾਇਰੈਕਟਰ ਹਨ ਰਸ਼ਪਾਲ ਸਿੰਘ ਗਿੱਲ ਓਕੇ ਇੱਕ ਪਾਸੇ ਖੜੇ ਸਾਂ ਅਸੀਂ ਮੈਨੂੰ ਹੌਲੀ ਦੇ ਕਹਿੰਦੇ ਇਹ ਸਾਧ ਜਾਤੀ ਵੀ ਕਰਦੇ ਲੋਕਾਂ ਦਾ ओके देखा किਵੇਂ ਕਹਿੰਦੇ ਤੇਰਾ ਦਿਲ ਨਹੀਂ ਕਰਦਾ ਇਹਨਾਂ ਤੇ ਚਰਨੀ ਹੱਥ ਲਾਈਗੀ ਓਕੇ ਕੀ ਆ ਕਹਦਾ ਮੇਰਾ ਤਾਂ ਕਰਦਾ ਇਹਨਾਂ ਨੂੰ ਇਸ ਤਰੀਕੇ ਨਾਲ ਨਿਰਾਦਰ ਨਹੀਂ ਕਰਨਾ ਚਾਹੀਦਾ ਮਜ਼ਾਕ ਨਹੀਂ ਕਰਨਾ ਚਾਹੀਦਾ ਇਹ ਇਸ ਕਾਬਿਲ ਨਹੀਂ ਕਿ ਅਸੀਂ ਇਹਨਾਂ ਅੱਗੇ ਝੁਕੀਏ ਕਿਉਂਕਿ ਝੁਕੀਏ ਸੋ ਸਪੈਸ਼ਲੀ ਬਹੁਤ ਜ਼ਿਆਦਾ ਉਹਨਾਂ ਦਾ ਸੀਗਾ ਤਪਸੀਆ ਤਾਂ ਵੀ ਗੱਲ ਕੀਤੀ ਹੈ ਉਹਨਾਂ ਦਾ ਧਿਆਨ ਫੋਕਸ ਸੀ ਆਪਣੇ ਮਿਸ਼ਨ 'ਚ ਹੁਣੇ ਮੇਰੇ ਤੋਂ ਇੱਕ ਦੋਸਤ ਪੁੱਛ ਰਿਹਾ ਸੀ ਵੀ ਇਹ ਆਖਿਆ ਜਾਂਦਾ ਪਈ ਉਹ ਕਾਂਗਰਸ ਦੇ ਏਜੰਟ ਸਨ ਉਹ ਇਹ ਕੁਝ ਚੀਜ਼ਾਂ ਜਿਹੜੀਆਂ ਹਾਂ ਹੁਣ ਦੇਖੋ ਕਾਂਗਰਸ ਦੇ ਏਜੰਟ ਨਹੀਂ ਆਪਾਂ ਕਹਿ ਸਕਦੇ ਹੁਣ ਕਾਂਗਰਸ ਦੀ ਟੱਕਰ ਅੱਜ ਕੱਲ੍ਹ ਆਮ ਆਦਮੀ ਪਾਰਟੀ ਨਾਲ ਹੂੰ ਇਸ ਕਰਕੇ ਹੁਣ ਕਾਂਗਰਸ ਨੂੰ ਹਰ ਉਹ ਸ਼ਖਸ ਆਪਣੇ ਨੇੜੇ ਲੱਗੂਗਾ ਜਿਹੜਾ ਆਮ ਆਦਮੀ ਪਾਰਟੀ ਦੇ ਖਿਲਾਫ ਹੈ ਹੂੰ ਕਾਂਗਰਸ ਪਾਰਟੀ ਨੇ ਇਹ ਦੇਖਿਆ ਉਹਨਾਂ ਦਿਨਾਂ 'ਚ ਹੂੰ ਖਾਸ ਕਰਕੇ ਗਿਆਨੀ ਜ਼ੈਲ ਸਿੰਘ ਉਹਦੋਂ ਹੋਮ ਮਿਨਿਸਟਰ ਸਨ ਉਹਨਾਂ ਨੇ ਖਾਸ ਅ ਰੁਚੀ ਲਈ ਕਿ ਆਪਾਂ ਅਕਾਲੀਆਂ ਦੀ ਤਾਕਤ 'ਚ ਡੈਂਟ ਪਾਉਣਾ ਹੂੰ ਤੇ ਉਹ ਪਪੂਲੈਰਿਟੀ ਸੰਤ ਜਨਨਾਇਆ ਸੀ ਦੀ ਦਿਨੋ ਦਿਨ ਧੰਨਵਾਦ ਰਹੀ ਸੀ ਹਮ ਉਹਨਾਂ ਨੇ ਮਿਲਣਾ ਜਿਲਣਾ ਵੀ ਸ਼ੁਰੂ ਕੀਤਾ ਤੇ ਆਪਣੇ ਵੱਲੋਂ ਪੇਸ਼ਕਸ਼ ਵੀ ਕੀਤੀ ਵੀ ਕਿਸੇ ਚੀਜ਼ ਦੀ ਲੋੜ ਹੋਵੇ ਲੋੜ ਲੜ ਕਿਸੇ ਚੀਜ਼ ਦੀ ਟਕਸਾਲ ਨੂੰ ਨਹੀਂ ਰਹੀ ਲੇਕਿਨ ਕਾਂਗਰਸ ਦੀ ਇਹ ਪਾਲਿਸੀ ਕਿ ਅਕਾਲੀ ਦਲ ਚ ਫੁੱਟ ਪਵੇ ਤੇ ਸ਼ਰੀਕ ਵਜੋਂ ਸੰਤ ਜਰਨੈਲ ਸਿੰਘ ਦੀ ਸੰਸਥਾ ਉਹਨਾਂ ਦੇ ਖਿਲਾਫ ਖੜੀ ਹੋ ਜੇ ਇਹ ਤਾਂ ਸੀ ਲੇਕਿਨ ਇਹਦੇ ਤੋਂ ਆਪਾਂ ਉਹਨਾਂ ਨੂੰ ਕਾਂਗਰਸ ਦਾ ਏਜੰਟ ਨਹੀਂ ਨਾ ਕਹਿ ਸਕਦੇ ਕਾਂਗਰਸ ਆਪਣੇ ਏਜੰਟਾਂ ਨੂੰ ਘੇਰ ਕੇ ਫੌਜ ਨਾਲ ਕਤਲ ਕਰੂਗੀ ਐਗਜ਼ੈਕਟਲੀ ਇਸ ਕਰਕੇ ਇਹ ਚੀਜ਼ਾਂ ਗਲਤ ਜਿਹੜੇ ਪ੍ਰਚਾਰਿਆ ਜਾ ਰਹੇ ਬਿਲਕੁਲ ਬਿਲਕੁਲ ਸਰ ਆਪਣਾ ਰੋਲ ਮਾਡਲ ਕਿਹਨੂੰ ਮੰਨਦੇ ਹੋ ਇੱਕ ਤਾਂ ਦਿੱਲੀ ਯੂਨੀਵਰਸਿਟੀ ਦੇ ਡਾਕਟਰ ਹਰਭਜਨ ਸਿੰਘ ਓਕੇ ਹਰਭਜਨ ਸਿੰਘ ਕੀ ਕਹਾ ਬਤਾਂ ਦੂਸਰੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਾਕਟਰ ਮੌਨ ਸਿੰਘ ਦਿਵਾਨਾ ਓਕੇ ਸਾਨੂੰ ਇਹ ਕਦੀ ਕਦਾਂ ਹੀ ਬਤੌਰ ਵਿਜ਼ਿਟਿੰਗ ਪ੍ਰੋਫੈਸਰ ਪੜਾਉਣ ਆਉਂਦੇ ਹੁੰਦੇ ਫਿਰ ਅਸੀਂ ਜੋ ਇਹਨਾਂ ਨੂੰ ਮਰਜ਼ੀ ਪੁੱਛਦੇ ਜੋ ਇਹ ਸਾਨੂੰ ਮਰਜ਼ੀ ਨਾਲ ਦੱਸਦੇ ਇਹਨਾਂ ਨਾਲ ਸਾਡਾ ਦਿਲ ਕਰਦਾ ਵੀ 1 ਘੰਟੇ ਦਾ ਥੋੜਾ ਇਹਨਾਂ ਨਾਲ ਤਾਂ ਸਾਰਾ ਦਿਨ ਬਤਾਈਏ ਇਹਨਾਂ ਨਾਲ ਤਾਂ ਗੁਮਰ ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਮੈਨੂੰ ਕਿਹਨੇ ਮੈਨੂੰ ਮੈਨੂੰ ਟੀਚਰ ਕਿਹਨੇ ਨੌਕਰੀ ਲੰ ਦੇਣੀ ਹੈ ਮੈਨੂੰ ਤਾਂ ਮੈਂ ਕਰੀ ਜਾਊਂਗਾ ਪਰ ਨੌਕਰੀ ਥੋੜਾ ਦੇਣੀ ਕਿਸੇ ਨੇ ਹਾਂ ਜੇ ਕਿਤੇ ਕਿਸਮਤ ਖੁੱਲ ਗਈ ਮਹਾਰਾਜ ਦਿਆਲੂ ਹੋਏ ਜੇ ਕਿਤੇ ਮੈਂ ਟੀਚਰ ਲੱਗ ਗਿਆ ਨਾ ਕਿਸੇ ਕਾਲਜ 'ਚ ਫਿਰ ਮੈਂ ਡਾਕਟਰ ਹਰਪ੍ਰੀਤ ਸਿੰਘ ਵਰਗਾ ਤੇ ਮੋਹਨ ਸਿੰਘ ਦਿਵਾਨਾ ਵਰਗਾ ਹੋਣਾ ਚਾਹੂਗਾ। ఓ ਸੋ ਨਾਈਸ। ਕਿਹੋ ਜਿਹਾ ਸੀ ਨਾ ਕਿ ਆਗੇ ਇੱਕ ਵਾਰੀ ਡਾਕਟਰ ਹਰਪ੍ਰੀਤ ਸਿੰਘ ਹਮ ਪ੍ਰੋਫੈਸਰ ਪੂਰਨ ਸਿੰਘ ਤੇ ਲੈਕਚਰ ਦੇਣਾ ਸੀ ਉਹਨਾਂ ਨੇ। ਓਕੇ। ਕਲਾਸ ਨੂੰ ਕਹਿੰਦੇ ਕਿੰਨੇ ਕਿੰਨੇ ਪ੍ਰੋਫੈਸਰ ਪੂਰਨ ਸਿੰਘ ਦੀਆਂ ਕਿਤਾਬਾਂ ਪੜ੍ਹੀਆਂ ਨੇ ਸਾਰਿਆਂ ਨੇ ਸਾਰੀਆਂ। ਹਮ ਘੱਟ ਲੋਕਾਂ ਨੇ ਪੜ੍ਹੀਆਂ ਸੀ। ਹਮ ਫਿਰ ਕਹਿੰਦੇ ਪ੍ਰੋਫੈਸਰ ਪੂਰਨ ਸਿੰਘ ਬਾਰੇ ਵੀ ਲਿਖਿਆ ਗਿਆ ਕਈ ਕੁਛ ਹਿੰਦੀ ਪੰਜਾਬੀ ਅੰਗਰੇਜ਼ੀ ਚ ਕਿਸੇ ਨੇ ਪੜਿਆ ਹੋਵੇ ਥੋੜਿਆਂ ਜਿਹਾ ਨੇ ਪੜਿਆ ਸੀ ਬਹੁਤ ਘੱਟ ਕਹਿੰਦੇ ਪ੍ਰੋਫੈਸਰ ਪੂਰਨ ਸਿੰਘ ਬਾਰੇ ਗੱਲਾਂ ਮੈਂ ਤੁਹਾਨੂੰ ਫੇਰ ਸੁਣਾਉਂਗਾ ਪਹਿਲਾਂ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਣੀ ਕਹਾਣੀ ਉਹ ਜਿਹੜੀ ਤੁਸੀਂ ਸੁਣੀ ਹੋਈ ਹੈ ਤੇ ਕਹਾਣੀ ਸਾਰੀ ਨਹੀਂ ਸੁਣਾਉਂਦਾ ਕਹਾਣੀ ਦਾ ਪਹਿਲਾ ਪੈਰਾ ਸੁਣਾਉਂਗਾ ਸੁਣੋ ਇੱਕ ਰਾਜਕੁਮਾਰ ਸ਼ਿਕਾਰ ਖੇਡਣ ਗਿਆ ਜੰਗਲ ਚ ਭਟਕ ਗਿਆ ਜੀ ਰਸਤਾ ਧੁੱਲ ਗਿਆ ਜੀ ਵਾਜਾਂ ਮਾਰੀਆਂ ਕੋਈ ਜਵਾਬ ਨਹੀਂ ਆਇਆ ਇੱਕ ਉੱਚੇ ਤੋਂ ਉੱਚਾ ਦਰਖਤ ਦੇਖਿਆ ਉਹਦੇ ਤੇ ਚੜ੍ਹਿਆ ਹੂੰ ਚਾਰੇ ਪਾਸੇ ਨਿਗਾਹ ਮਾਰੀ ਹੂੰ ਦਰਖਤ ਤੋਂ ਦਿਸਿਆ ਕਿ ਜੰਗਲ ਦੇ ਇੱਕ ਕੋਨੇ 'ਚ ਘਾਹ ਦਾ ਮੈਦਾਨ ਹੈ ਤੇ ਉਹਦੇ 'ਚ ਇੱਕ ਮਹਿਲ ਹੈ ਹੂੰ ਦਿਸ਼ਾ ਜਾਣ ਕੇ ਦਿਸ਼ਾ ਦਿਲ 'ਚ ਕੰਠ ਕਰਕੇ ਉਸੇ ਪਾਸੇ ਨੂੰ ਜੰਗਲ ਦੇ ਵਿੱਚ ਦਰਖਤਾਂ ਵਿੱਚੋਂ ਦੀ ਤੁਰਨ ਲੱਗਿਆ ਸਹਜੇ 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 ਜੰਗਲ ਖਤਮ ਹੋਇਆ ਮੈਦਾਨ ਆਇਆ ਹੂੰ ਸਫੈਦ ਮਹਿਲ ਹੂੰ ਮਹਿਲ ਬੰਦ ਦਰਵਾਜ਼ਾ ਆਵਾਜ਼ ਮਾਰੀ ਖੋਲਿਆ ਨਹੀਂ ਹੂੰ ਫਟਕਾਇਆ ਖੁੱਲ ਗਿਆ ਹੂੰ ਅੰਦਰ ਗਿਆ ਬਹੁਤ ਸੋਹਣੀ ਇਮਾਰਤ ਜੀ ਇੱਕ ਵੱਡੇ ਸੋਹਣੇ ਹਾਲ ਚ ਵੱਡੇ ਪਲੰਗ ਤੇ ਇੱਕ ਰਾਜਕੁਮਾਰੀ ਸੁੱਤੀ ਪਈ ਓਕੇ ਆਵਾਜ਼ ਮਾਰੀ ਹੂੰ ਅੱਖਾਂ ਨਹੀਂ ਖੋਲੀਆਂ ਉੱઠી ਨਹੀਂ ਜੀ ਫਿਰ ਉਹਦੇ ਪੈਰ ਨੂੰ ਆਪਣੇ ਹੱਥ ਨਾਲ ਛੋਇਆ ਹੂੰ ਰਾਜਕੁਮਾਰੀ ਨੇ ਅੱਖਾਂ ਖੋਲੀਆਂ ਹੂੰ ਆਪਣੇ ਪਲੰਗ ਤੋਂ ਉੱਠੀ ਹੂੰ ਖਲੋਈ ਕਹਿਣ ਲੱਗੀ ਮੇਰੇ ਤੇ ਸਰਾਪ ਸੀ ਓਕੇ ਕਿ ਤੂੰ ਉਦੋਂ ਤੱਕ ਮੋਰਚਿਤ ਰਹੇਂਗੀ ਬੇਹੋਸ਼ ਰਹੇਂਗੀ ਜਦੋਂ ਤੱਕ ਆਦਮ-ਜਾਦ ਤੈਨੂੰ ਛੂੰਹਦੀ ਨਹੀਂ ਓਕੇ ਅੱਜ ਮੇਰੀ ਕਿਸਮਤ ਖੁੱਲੀ ਤੁਸੀਂ ਮੈਨੂੰ ਛੂਹਿਆ ਅੱਜ ਤੋਂ ਬਾਅਦ ਤੁਸੀਂ ਮਾਲਕ ਮੈਂ ਤੁਹਾਡੀ ਬੰਦ ਹੀ ਮੇਰੀ ਇਹ ਰਿਆਸਤ ਮੇਰੇ ਇਹ ਮਹਿਲ ਸਾਰੇ ਤੁਹਾਡੇ ਦੇ ਨੇ ਕਹਿੰਦੇ ਬਸ ਇੰਨੀ ਇੱਕ ਕਹਾਣੀ ਸੁਣਾਣੀ ਸੀ ਤੁਹਾਨੂੰ ਡਾਕਟਰ ਭਾਜਨ ਸਿੰਘ ਕਹਿੰਦੇ ਤੁਸੀਂ ਸਾਰੇ ਦੇ ਸਾਰੇ ਭਟਕੇ ਹੋ ਰਾਜਕੁਮਾਰ ਹੂੰ ਤੇ ਕਿਤਾਬਾਂ ਸੁੱਤੀਆਂ ਪਈਆਂ ਰਾਜਕੁਮਾਰੀਆਂ ਨੇ ਜਦੋਂ ਤੁਸੀਂ ਖੋਲੋਗੇ ਉਹਦੀਆਂ ਕਹਿਣਗੀਆਂ ਕਿ ਅਸੀਂ ਤੁਹਾਡੀਆਂ ਬੰਦੀਆਂ ਕੀ ਬਾਤ ਹੈ ਸਾਡੀ ਸਾਰੀ ਤਾਕਤ ਸਾਡੀ ਸਾਰੀ ਦੌਲਤ ਸਾਡੀ ਸਾਰੀ ਅਕਲ ਉਹ ਹੁਣ ਤੁਹਾਡਾ ਹੋਇਆ ਤੁਹਾਡਾ ਹੋ ਗਿਆ ਬਿਲਕੁਲ ਬਿਲਕੁਲ ਇਥੋਂ ਉਹਨਾਂ ਨੇ ਸ਼ੁਰੂ ਕੀਤਾ ਆਪਣਾ ਤੇ ਆਏ ਹੂੰ ਇੱਕ ਵਾਰੀ ਆਏ ਡਾਕਟਰ ਮੌਨ ਸਿੰਘ دیਵਾਨਾ ਸਾਨੂੰ ਗੁਰਮਤ ਸਾਹਿਬਤ ਨਾਲ ਜਾਣ ਪਛਾਣ ਕਰਵਾਈ ਗੁਰਮਤ ਬਾਰੇ ਦੱਸਦੇ ਆ ਗੱਲਾਂ ਕਰਦੇ ਆ ਇੱਕ ਗੱਲ ਜਿਹੜੀ ਮੇਰੇ ਲਈ ਨਵੀਂ ਸੀ ਦਿਲਚਸਪ ਸੀ ਸਾਡੇ ਦਰਸ਼ਕਾਂ ਲਈ ਵੀ ਲਾਹੇਵੰਦ ਹੋਏਗੀ ਯਕੀਨਨ ਉਹਨਾਂ ਨੇ ਇਹ ਸੁਣਾਇ ਕਿ ਮੈਂ ਬਚਪਨ ਚ ਜਵਾਨੀ ਚ ਇਹ ਸੋਚਦਾ ਹੁੰਦਾ ਕਿ ਸਿੱਖਾਂ ਦੀ ਅਰਦਾਸ ਇੱਡੀ ਵੱਡੀ ਕਿਉਂ ਹੈ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤ ਜੀ ਸਹਾਇ ਵਾਹਿ ਸ੍ਰੀ ਭਗੋਤ ਜੀ ਕੀ ਪਾਤਸ਼ਾਹੀ ਦਸਵੀਂ ਫਿਰ ਗੁਰੂ ਨਾਨਕ ਦੇਵ ਜੀ ਫਿਰ ਦਸ ਗੁਰੂ ਪੰਜ ਪਿਆਰੇ ਚਾਰ ਸਹਬਜ਼ਾਦੇ ਮੈਂ ਸੋਚਦਾ ਹੁੰਦਾ ਵੀ ਜਿਹੜੀ ਚੀਜ਼ ਦੀ ਇੱਛਾ ਕੋਹ ਮਹਾਰਾਜ ਪਾਸ ਕਰ ਦੇ ਮਹਾਰਾਜ ਨੌਕਰੀ ਦੇਵਾ ਦੇ ਬਿਮਾਰੀ ਚੋਂ ਕੱਢ ਦੇ ਸਿੱਧੀ ਗੱਲ ਕਰੋ ਇਹ ਕਿੰਨਾ ਲੰਮਾ ਕਿਉਂ ਪ੍ਰਸੰਗ ਇਹ ਬਟਮ ਲਮੇਰਾ ਪ੍ਰਸੰਗ ਇਹਦੀ ਤਰਕ ਸੰਗਤੀ ਕੀ ਹੈ ਹੂੰ ਕਹਿੰਦੇ ਨੂੰ ਇੱਕ ਸਾਖੀ ਪੜਨ ਨੂੰ ਮਿਲੀ 18ਵੀਂ ਸਦੀ ਦੀ ਇੱਕ ਸਿੱਖ ਮਰਦ ਤੇ ਉਹਦੀ ਔਰਤ ਦਿਨ ਕੱਟੀ ਕਰ ਰਹੇ ਸੀ ਜੰਗਲਾਂ 'ਚ ਜਿਵੇਂ ਉਹਨਾਂ ਦੇ ਨਾਲ ਚ ਹੁੰਦਾ ਸੀ ਸਿੱਖ ਜੰਗਲਾਂ 'ਚ ਰਹ ਰਹੇ ਸਨ ਇੱਕ ਝੌਂਪੜੀ ਬਣਾਈ ਹੀ ਸੀ ਉਹਦੇ ਵਿੱਚ ਦਿਨ ਕੱਟੀ ਹੋ ਰਹੀ ਸਰਦੀਆਂ ਦੀ ਰੁੱਤ ਬਦਲ ਵਾਈ ਅੱਧੀ ਰਾਤ ਹੂੰ ਕੋਈ ਬਾਹਰੋਂ ਕਿਸੇ ਨੇ ਆਵਾਜ਼ ਮਾਰੀ ਹੂੰ ਮੈਂ ਇੱਕ ਭਟਕਿਆ ਹੋਇਆ ਮੁਸਾਫਿਰ ਹੂੰ ਹੂੰ ਮੈਨੂੰ ਅੰਦਰ ਆਉਣ ਦੀ ਇਜਾਜ਼ਤ ਦੇਵੋਗੇ ਓਕੇ ਅੰਦਰਲੇ ਸਰਦਾਰ ਨੇ ਪੁੱਛਿਆ ਕੌਣ ਹੋ ਤੁਸੀਂ ਹੂੰ ਉਹਨੇ ਜਦੋਂ ਆਪਣਾ ਨਾਂ ਦੱਸਿਆ ਤਾਂ ਪਤਾ ਲੱਗਾ ਕਿ ਮੁਸਲਮਾਨ ਹੈ ਓਕੇ ਅੰਦਰਲੇ ਸਰਦਾਰ ਨੇ ਕਿਹਾ ਸਾਡੀ ਦੁਸ਼ਮਣੀ ਇਸ ਹੱਦ ਤੱਕ ਗਹਿਰੀ ਹੋ ਚੁੱਕੀ ਹੈ ਕਿ ਮੈਂ ਤੇਰੇ ਤੇ ਇਤਬਾਰ ਨਹੀਂ ਕਰਦਾ ਓਕੇ ਜੇ ਤੂੰ ਜ਼ਬਰਨ ਅੰਦਰ ਆਉਣਾ ਚਾਹਿਆ ਤਾਂ ਮੈਂ ਹਥਿਆਰ ਬੰਦਾਂ ਹੂੰ ਇਸ ਕਰਕੇ ਅੰਦਰ ਆਉਣ ਦੀ ਮਨਾਹੀ ਹੂੰ ਬਾਰਲਾ ਮੁਸਾਫਿਰ ਕਹਿੰਦਾ ਸਰਦੀ ਦੀ ਰੁੱਤ ਹੈ ਖੂੰਖਾਰ ਜੰਗਲੀ ਜਾਨਵਰ ਫਿਰ ਰਹੇ ਨੇ ਗੜੇ ਮਾਰ ਹੋ ਸਕਦੀ ਏ ਜੇ ਮੈਨੂੰ ਪਨਾਹ ਨਾ ਦਿੱਤੀ ਮੈਂ ਮਰ ਜਾਊਂਗਾ ਹਮ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਮੈਨੂੰ ਅੱਜ ਸ਼ਰਨ ਦੇ ਦੋ ਓਕੇ ਜਦੋਂ ਗੁਰੂ ਨਾਨਕ ਦੇਵ ਜੀ ਦਾ ਨਾਮ ਆ ਉਹਨਾਂ ਦਰਵਾਜ਼ਾ ਖੋਲ ਦੇਖਾ ਖੋਲ ਦਿੱਤਾ ਦਿਨ ਚੜ੍ਹਨ ਤੱਕ ਗੱਲਾਂ ਕਰਦੇ ਰਹੇ ਦਿਨ ਚੜ੍ਹਿਆ ਉਹ ਮੁਸਾਫਿਰ ਸ਼ੁਕਰਾਨਾ ਕਰਕੇ ਚਲਾ ਗਿਆ ਹਮ ਡਾਕਟਰ ਮੌਣ ਸਿੰਘ ਦੀਵਾਨਾ ਕਹਿੰਦੇ ਅਸੀਂ ਰੱਬ ਦੀ ਰੱਬ ਦੇ ਦਰਬਾਰ ਚ ਜਾਣਾ ਚਾਹਦੇ ਆ ਪਰ ਗੁਨਾਹਗਾਰ ਆ ਸਾਨੂੰ ਅੰਦਰ ਜਾਣ ਲਈ ਦਰਵਾਜ਼ਾ ਨਹੀਂ ਖੋਲਦਾ ਹਮ ਅਸੀਂ ਫਿਰ ਨਾਂ ਲੈਨੇ ਆਪਣੇ ਵਡੇਰਿਆਂ ਦੇ ਮਨਕਤ ਦਾ ਮੈਂ ਗੁਨਾਹ ਦੇਵ ਜੀ ਦਾ ਨਾਂ ਲੈ ਕੇ ਭਟਕਿਆ ਹੇ ਮਸਾਫਰ ਅੰਦਰ ਦਾਖਲ ਹੋਣ ਚ ਕਾਮਯਾਬ ਹੋ ਗਿਆ ਸੀ ਅਸੀਂ ਕਹਿੰਨੇ ਮਹਾਰਾਜ 10 ਗੁਰੂ 5 ਪਿਆਰੇ 4 ਸਾਧੂ ਸਾਨੂੰ ਨਾਂ ਚੋਂ ਸਾਡੇ ਤੇ ਮਿਹਰਬਾਨੀ ਕਰ ਫਿਰ ਦਰਵਾਜ਼ਾ ਖੁੱਲ ਜਾਂਦਾ ਬਹੁਤ ਬਹੁਤ ਅੱਛਾ ਸਰ ਤੁਸੀਂ ਜਿੱਦਾਂ ਬਤੌਰ ਅਧਿਆਪਕ ਕਾਫੀ ਐਨਾਲਿਸਿਸ ਕੀਤਾ ਹਨਾ ਰਿਲੀਜੀਅਸ ਅਸਪੈਕਟ ਤੋਂ ਬੁੱਧ ਤੇ ਤੁਸੀਂ ਬਹੁਤ ਕਿਤਾਬਾਂ ਲਿਖੀਆਂ ਹਨਾ ਮਹਾਤਮਾ ਬੁੱਧ ਬੁੱਧ ਧਰਮ ਦੇ ਬਾਰੇ ਵਿੱਚ ਕਾਫੀ ਲਿਖਿਆ ਔਰ ਬੁੱਧ ਦੇ ਬਾਰੇ ਸਾਡੇ ਕਾਫੀ ਜਿਹੜੇ ਆਲੋਚਕ ਨੇ ਵੀ ਕਹਿੰਦੇ ਆ ਕਿ ਬੜੀ ਯੰਗੇ ਇਸ ਦੇ ਵਿੱਚ ਬੱਚੇ ਨੂੰ ਛੱਡ ਕੇ ਆਪਣੇ ਵਾਈਫ ਨੂੰ ਯੰਗੇ ਦੇ ਵਿੱਚ ਛੱਡ ਕੇ ਚਲਾ ਗਿਆ ਬੜਾ ਕੁਝ ਮਤਲਬ ਇਦਾਂ ਕਿਹਾ ਜਾਂਦਾ ਹੈ ਕਿ ਗਲਤ ਕਿਤਨਾ ਕਿਤੇ ਉਸ ਚੀਜ਼ ਨੂੰ ਹਨਾ ਮੰਨਦੇ ਕਿ ਉਹ ਕਿਹੜੀ ਤਪੱਸਿਆ ਆ ਹੂੰ ਕੀ ਇਹ ਸਿੰਗਲ ਤੋਂ ਤੁਸੀਂ ਕਿਵੇਂ ਲੈਂਦੇ ਹੋ ਮਹਾਤਮਾ ਬੁੱਧ ਤੇ ਬੋਧ ਮੱਤ ਹੂੰ ਇਹ ਪੜ੍ਹਨਾ ਚਾਹੀਦੀ ਨੇ ਮੈਨੂੰ ਇਹ ਪ੍ਰੇਰਣਾ ਮੈਨੂੰ ਦੋ ਵਡੇਰਿਆਂ ਤੋਂ ਮਿਲੀ ਇੱਕ ਪ੍ਰੋਫੈਸਰ ਪੂਰਨ ਸਿੰਘ ਹਮ ਉਹਨਾਂ ਦਾ ਸਪਿਰਿਟ ਆਫ ਦਾ ओरिएंटਲ ਪੋਟਰੀ ਪੜ੍ਹ ਕੇ ਦੇਖਿਓ ਅੱਛਾ ਉਹਦੇ ਵਿੱਚ ਪੋਇਟਰੀ ਆਫ ਜਪਾਨ ਹਮ ਉਹਦੇ ਵਿੱਚ ਜ਼ਿਕਰ ਕਰਦਾ ਹੈ ਉਹ ਬੋਧ ਮਤ ਦਾ ਤੇ ਓਕਾਕੁਰਾ ਦਾ ਹਮ ਕਾਕੂਜ਼ੋ ਓਕਾਕੁਰਾ ਪ੍ਰੋਫੈਸਰ ਪੂਰਨ ਸਿੰਘ ਦਾ ਦੋਸਤ ਹੋ ਗਿਆ ਸੀ ਪ੍ਰੋਫੈਸਰ ਪੂਰਨ ਸਿੰਘ ਬੜਨ ਗਏ ਸੀ ਨਾ ਜਪਾਨ ਚ ਹਮ ਹਮ ਓਕਾਕੁਰਾ ਬੋਧੀ ਭੀਖੂ ਸੀ ਹਮ ਓਕੇ ਹਾਰਵਰਡ ਯੂਨੀਵਰਸਿਟੀ ਚ ਪੜਿਆ ਸੀ ਉਹ ਓਕੇ ਓਕੇ ਜਵਾਨ ਸੀ ਇੰਨੀ ਛੋਟੀ ਉਮਰ ਚ ਰਿਕਾਰਡ ਹੈ ਉਹਦਾ ਹਾਰਵਰਡ ਯੂਨੀਵਰਸਿਟੀ ਚ ਫੁੱਲ ਪ੍ਰੋਫੈਸਰ ਬਣ ਨਹੀਂ ਸਕਦਾ ਸੀ ਕੋਈ ਹੂੰ ਜਾਪਾਨ ਦੀ ਸਰਕਾਰ ਨੇ ਚਿੱਠੀ ਲਿਖੀ ਓਕਾਕੁਰਾ ਨੂੰ ਹੂੰ ਪਿਆਰੇ ਓਕਾਕੁਰਾ ਅਸੀਂ ਜਾਪਾਨ ਆਰਕਾਈਵਸ ਸਟੈਬਲਿਸ਼ ਕਰਨੀ ਸੀ ਹੂੰ ਤੁਹਾਡੇ ਬਗੈਰ ਨਹੀਂ ਕਰ ਸਕਦੇ ਕੀ ਬਾਤ ਹੈ ਹੂੰ ਪਰ ਤੁਸੀਂ ਦੂਰ ਚਲੇ ਗਏ ਹੂੰ ਤੁਹਾਨੂੰ ਅਸੀਂ ਸਾਥ ਨਹੀਂ ਸਕਦੇ ਤੁਸੀਂ ਆਉਣਾ ਨਹੀਂ ਹੂੰ ਆਉਂ ਵੀ ਕਿਵੇਂ ਜਿੰਨੇ ਡਾਲਰ ਤੁਹਾਨੂੰ ਮਿਲਦੇ ਨੇ ਉਹਨੇ ਸਾਡੇ ਕੋਲ ਹੋਣੇ ਨਹੀਂ ਤੁਹਾਨੂੰ ਦੇਣ ਲਈ ਹਮ ਪਰ ਤੁਹਾਡੇ ਬਗਾਇ ਜਪਾਨ ਆਰਕੋਇਸ ਬੰਡਣਾ ਨਹੀਂ ਅਸੀਂ ਇਹ ਤੁਹਾਨੂੰ ਦੱਸਣਾ ਸੀ ਓਕੇ ਇਹਨੇ ਚਿੱਠੀ ਦਾ ਜਵਾਬ ਦਿੱਤਾ ਤੁਸੀਂ ਇੰਨੀ ਦੇਰ ਬਾਅਦ ਮੈਨੂੰ ਯਾਦ ਕੀਤਾ ਇਹਦਾ ਕਸੂਰ ਮੇਰਾ ਨਹੀਂ ਹੈ ਹਮ ਜੀ ਜੀ ਰਹੀ ਗੱਲ ਤਨਖਾਹ ਦੇਣ ਦੀ ਤੁਹਾਨੂੰ ਪਤਾ ਤਾਂ ਹੈ ਮੈਂ ਭਿੱਖੂ ਆ ਮੈਂ ਅੱਠ ਪਹਿਰ ਚ ਇੱਕ ਵਾਰੀ ਖਾਣਾ ਖਾਣਾ ਜੇ ਉਹ ਵੀ ਨਹੀਂ ਤੁਹਾਡੇ ਕੋਲ ਹੋਊਗਾ ਉਹਦਾ ਬੰਦੋਬਸਤ ਵੀ ਮੈਂ ਆਪੇ ਕਰ ਲਵਾਂਗਾ ਕਰ ਲਵਾਂਗਾ ਮੈਂ ਇੱਥੇ ਨੋਟਸ ਦੇ ਦਿੱਤੇ ਤਿੰਨ ਮਹੀਨਿਆਂ ਦਾ ਤੇ ਮੈਂ ਪਹੁੰਚ ਰਿਹਾ ਤੁਹਾਡੇ ਕੋਲ ਜੋ ਤੁਸੀਂ ਚਾਹਿਆ ਸੋ ਹੋਏਗਾ ਓਕੇ ਓਕੇ ਹੁਣ ਜਾਪਾਨੀ ਮੈਨੂੰ ਜਾਪਾਨੀ ਬਹੁਤ ਮਤ ਹਾਂ ਉਹ ਕਿਉਂ ਚੰਗਾ ਲੱਗਣ ਲੱਗਾ ਤੇ ਮੇਰੀ ਜਾਣਨ ਦੀ ਰੁਚੀ ਪੈਦਾ ਕਿਉਂ ਹੋਈ ਮੈਂ ਇਹ ਕਿਤਾਬ ਸਪਿਰਟ ਆਫ ਦਾ ओरिएंटਲ ਪੋਇਟਰੀ ਇਹ ਬੀਏ ਚ ਪੜ੍ਹੀ ਸੀ ਹਾਂ ਐਮਏ ਤੱਕ ਤਾਂ ਮੈਂ ਕਈ ਵਾਰੀ ਪੜ੍ਹੀ ਹਾਂ ਇੱਕ ਕਾਕੂ ਜੋ ਓਕਾਕੁਰਾ ਬੋਧ ਮੰਦਰ ਚ ਮੱਥਾ ਟੇਕਣ ਜਾ ਰਹੇ ਹੂੰ ਰਸਤੇ ਚ ਬਾਗ ਤੇ ਖਿੜੇ ਹੋਏ ਫੁੱਲ ਹੂੰ ਰੁਕ ਕੇ ਉਥੇ ਇੱਕ ਗੀਤ ਲਿਖਦਾ ਹੂੰ ਉਹ ਗੀਤ ਜਾਪਾਨੀਆਂ ਦੀ ਪ੍ਰੇਅਰ ਬਣ ਗਿਆ ਹੂੰ ਉਹ ਗੀਤ ਉਹਦੇ ਬੋਲ ਸੁਣੋ ਹੂੰ ਜੇ ਆਪਣੇ ਹੱਥਾਂ ਨਾਲ ਇਹ ਨਾ ਫੁੱਲਾਂ ਨੂੰ ਛੂਹਾਂ ਹੂੰ ਤਾਂ ਝੂਠੇ ਹੋ ਜਾਣਗੇ ਹੂੰ ਜੇ ਤੋੜਾਂ ਹੂੰ ਤਾਂ ਕੁਮਲਾ ਜਾਣ ਹੂੰ ਹੇ ਭੂਤਕਾਲ ਦੇ ਬੁੱਧ ਹੇ ਵਰਤਮਾਨ ਬੁੱਧ ਹੇ ਭਵਿਖਾਂ ਦੇ ਬੁੱਧ ਸੰਸਾਰ ਦੇ ਬਾਗਾਂ ਵਿੱਚ ਸਾਰੇ ਖਿੜੇ ਖੜਾਏ ਫੁੱਲ ਮੈਂ ਇਸੇ ਤਰ੍ਹਾਂ ਤੁਹਾਡੇ ਚਰਨਾਂ ਵਿੱਚ ਅਰਪਣ ਕਰਦਾ ਹਾਂ ਮਨਜ਼ੂਰ ਕਰੋ ਮਹਾਰਾਜ ਕੀ ਕਹਾਤ ਕੀ ਬਾਤ ਇੰਨੇ ਬਰੀਕ ਇੰਨੇ ਮਿੱਠੇ ਤੋਂ ਫਿਰ ਮੇਰੀ ਇੱਕ ਤਾਂ ਰੂਚੀ ਪੂਰਨ ਸਿੰਘ ਰਾਹੀ ਹੋਈ ਪੂਰਨ ਸਿੰਘ ਨੂੰ ਪ੍ਰੇਮ ਕਰਦਾ ਸੀ ਉਹਦੀਆਂ ਪਸੰਦੀਦਾ ਜਿਹੜੀਆਂ ਕਿਤਾਬਾਂ ਤੇ ਉਹਦੀ ਪਸੰਦੀਦਾ ਬੰਦੇ ਮੈਨੂੰ ਚੰਗੇ ਲੱਗਣ ਲੱਗੇ ਦੂਸਰਾ ਸਰਦਾਰ ਕਪੂਰ ਸਿੰਘ ਆਈਸੀਐਸ ਸਰਦਾਰ ਕਪੂਰ ਸਿੰਘ ਆਈਸੀਐਸ ਦਾ ਇੱਕ ਲੇਖ ਪੜਿਆ ਇੱਕ ਸਿੱਖ ਦਾ ਬੁੱਧ ਨੂੰ ਪ੍ਰਣਾਮ ਹੂੰ ਕਮਾਲ ਹੈ ਹੂੰ ਇੱਕ ਸਿੱਖ ਬੁੱਧ ਨੂੰ ਪ੍ਰਣਾਮ ਵੀ ਕਰ ਸਕਦਾ ਹੂੰ ਮੈਂ ਉਹ ਪੈਂਫਲੇਟ ਲੇਖ ਛਪਿਆ ਸੀ ਕੋਈ ਹੋਊਗਾ 20 ਪੇजेस ਦਾ ਮੈਂ ਲੈਂਦਾ ਹੂੰ ਪੜਿਆ ਕਈ ਵਾਰ ਪੜਿਆ ਹੂੰ ਹੋਰ ਚੰਗਾ ਲੱਗਣ ਲੱਗਿਆ ਮੈਨੂੰ ਬਹੁਤ ਮਤ ਹੂੰ ਫਿਰ ਮੈਂ ਆਤਮਾ ਬੁੱਧ ਦੀ ਲਾਈਫ ਪੜ੍ਹਨੀ ਸ਼ੁਰੂ ਕੀਤੀ ਸਾਨੂੰ ਤਾਂ ਬੱਚਿਆਂ ਨੂੰ ਸਕੂਲ 'ਚ ਕੀ ਹੁੰਦਾ ਸੀ ਕਿ ਸਾਡੀ 8ਵੀਂ ਦੀ ਕਿਤਾਬ 'ਚ ਤਿੰਨ ਕ ਪੇਜ ਦਾ ਇੱਕ ਮਹਾਤਮਾ ਬੁੱਧ ਤੇ ਲੇਖ ਹੁੰਦਾ ਸੀ ਨਾਲੇ ਤਸਵੀਰ ਛਪੀ ਹੁੰਦੀ ਸੀ ਬਾਕੀ ਲੇਖ ਤਾਂ ਸਮਝ ਵੀ ਆ ਗਿਆ ਸੀ ਯਾਦ ਵੀ ਕਰ ਲਿਆ ਸੀ ਗਿਠ ਗਿਠ ਡੇਡ ਡੇਡ ਗਿਠ ਦੇ ਕੰਨ ਮੈਨੂੰ ਬੜੇ ਅਜੀਬ ਲੱਗਦੇ। ਹੂੰ। ਵੀ ਐਡੇ ਵੱਡੇ ਕੰਨ ਤਾਂ ਹੁੰਦੇ ਨਹੀਂ। ਹੂੰ। ਐਡੇ ਵੱਡੇ ਕੰਨ ਸਿਧਾਰਥ ਦੇ ਕਿਵੇਂ ਨੇ? ਹੂੰ। ਮੈਂ ਆਪਣੇ ਨਾਲ ਬੈਠੇ ਜਮਾਤੀ ਨੂੰ ਫੋਟੋ ਦਿਖਾ ਕੇ ਕਿਹਾ ਕਿ ਇਹ ਦੱਸ ਮੈਨੂੰ ਵੀ ਐਡੇ ਐਡੇ ਕੰਨ ਕਿਉਂ ਨੇ ਸਿਧਾਰਥ ਦੇ? ਹੂੰ। ਉਹ ਕਹਿੰਦਾ ਸ਼ੁਰੂ ਚ ਤਾਂ ਆਪਣੇ ਜਿੱਡੇ ਜਿੱਡੇ ਸੀ ਕੰਨ ਇਹਦੇ ਵੀ ਪਰ ਮਾਸਟਰਾਂ ਨੇ ਖਿੱਚ ਖਿੱਚ ਕੇ ਕਰ ਦਿੱਤੇ। ਇਹ ਮਾਸਟਰਾਂ ਨੇ ਖਿੱਚੇ ਨਹੀਂ। ਖਿੱਚੇ ਹੋਏ ਨੇ। ਅਹ। ਤਾਂ ਐਨਨੀਕ さん ਦਾ ਕਲ ਸੀ। ਮਹਾਤਮਾ ਬੁੱਧ ਬਾਰੇ ਪੜਿਆ। ਹਾਂ। ਫਿਰ ਦੇਖਿਆ। ਕਿ ਅਸੀਂ ਦਸ਼ਮ ਪਾਤਸ਼ਾਹ ਨੂੰ ਬਾਦਸ਼ਾਹ ਦਰਵੇਸ਼ ਕਹਿੰਦੇ ਆ ਹੂੰ ਬਾਦਸ਼ਾਹ ਦਰਵੇਸ਼ ਇਸੀ ਗੌਤਮ ਸਿਧਾਰਥ ਸੀ ਹੂੰ ਜਿਹੜੀ ਗੱਲ ਮੈਨੂੰ ਖਾਸ ਤੌਰ ਤੇ ਅਟ੍ਰੈਕਟ ਕਰਦੀ ਰਹੀ ਹੁਣ ਵੀ ਕਰਦੀ ਏ ਹੂੰ ਉਹ ਏ ਕਿ ਸਿਧਾਰਥ ਦਾ ਖਰਸੀ ਹੀ ਰਾਜਕੁਮਾਰ ਮਹਿਲਾ ਚ ਜੰਮਿਆ ਪੜਿਆ ਵੱਡਾ ਹੋਇਆ ਮਹਿਲਾ ਚ ਵਿਆਹ ਹੈ ਗਿਆ ਯਸ਼ੋਧਰਾ ਨਾਲ ਹੂੰ ਇਸੇ ਤਰ੍ਹਾਂ ਦਾ ਅਮੀਰ ਘਰ ਦਾ ਜਵਾਨ ਰਵਿੰਦਰਨਾਥ ਟੈਗੋਰ ਸੀ ਹੂੰ ਰਵਿੰਦਰਨਾਥ ਟੈਗੋਰ ਦੇ ਬਾਬੇ ਦੇ ਸਮੁੰਦਰੀ ਜਹਾਜ਼ ਸਨ ਹੂੰ ਯੂਰਪ ਨਾਲ ਕੈਨੇਡਾ ਨਾਲ ਵਪਾਰ ਕਰਦਾ ਹੁੰਦਾ ਸੀ ਤੇ ਕਦੀ ਕਦੀ ਬੈਠਾ ਬੈਠਾ ਕਹਿ ਦਿੰਦਾ ਐਤਕੀ ਆਪਾਂ ਜਰਮਨ ਦੇ ਬਾਦਸ਼ਾਹ ਨੂੰ ਡਿਨਰ ਦੇਵਾਂਗੇ ਐਤਕੀ ਇੰਗਲੈਂਡ ਦੇ ਬਾਦਸ਼ਾਹ ਨੂੰ ਸੱਦਾਂਗੇ ਐਤਕੀ ਫਰਾਂਸ ਦੇ ਬਾਦਸ਼ਾਹ ਨੂੰ ਸੱਦਾਂਗੇ ਐਨੀ ਦੌਲਤ ਸੀ ਉਹਦੋਂ ਲੇਕਿਨ ਦੌਲਤ ਦੀ ਘਾਟ ਨਾ ਸਿਧਾਰਥ ਕੋਲ ਨਾ ਟੈਗੋਰ ਦੇ ਪਰਿਵਾਰ ਕੋਲ ਹਮ ਦੁੱਖ ਕੀ ਹੁੰਦਾ ਹੈ ਇਹਨਾਂ ਨੂੰ ਸਭ ਤੋਂ ਵੱਧ ਪਤਾ ਹੈ ਹਮ ਇਹਦਾ ਪਤਾ ਮੈਨੂੰ ਹੋਣਾ ਚਾਹੀਦਾ ਸੀ ਜਿਨੇ ਕਈ ਤਕਲੀਫਾਂ ਦੇਖੀਆਂ ਇਹਨਾਂ ਨੇ ਤਕਲੀਫ ਹੀ ਨਹੀਂ ਦੇਖੀ ਸੀ ਕੋਈ ਪਰ ਸੰਸਾਰ 'ਚ ਇਸ ਤਰ੍ਹਾਂ ਦੇ ਮਿਰਕਲ ਹੁੰਦੇ ਨੇ ਇਹ ਦੋਵੇਂ ਕਿੰਨੇ ਡੈਲੀਕੇਟ ਨੇ ਮੈਂ ਫਿਰ ਕਿਤਾਬ ਪੜ੍ਹੀ ਮਿਲਿੰਦ ਮਿਲਿੰਦ ਪ੍ਰਸ਼ਨ ਇਹ ਫਰਸਟ ਸੈਂਚਰੀ ਦੀ ਕਿਤਾਬ ਹੈ 2000 ਸਾਲ ਪੁਰਾਣੀ ਮੈਂ ਐਮਏ ਚ ਪੜ੍ਹੀ ਸੀ ਇਹ ਕਿਤਾਬ ਹਮ ਪ੍ਰੋਫੈਸਰ ਲਾਲਮਣੀ ਜੋਸ਼ੀ ਬੁੱਧਿਸਮ ਪੜ੍ਹਾਦੇ ਹੁੰਦੇ ਸੀ ਪੁੱਛਦੇ ਕਿਆ ਪੜ੍ਹ ਰਹੇ ਹੋ ਮੈਂ ਦੱਸ ਦਿੰਦਾ ਮਿਲਿੰਦ ਪ੍ਰਸ਼ਨ ਪੜ੍ਹਾ ਨਹੀਂ ਜੀ ਤੋ ਕਿਆ ਪੜ੍ਹਾ ਦੋ ਵਾਲਿਓਂ ਮੈਂ ਜਾਓ ਪੜੋ ਔਰ ਪੜ੍ਹਨੇ ਕੇ ਬਾਅਦ ਮੇਰੇ ਪਾਸ ਆਨਾ ਫਿਰ ਮੈਂ ਕੁਛ ਪੁੱਛੂਗਾ ਉਹ ਜਦੋਂ ਪਹਿਲੀ ਵਾਰੀ ਮੈਂ ਪੜ੍ਹੀ ਮੈਂ ਮਹਾਰਾਜੇ ਅਰਦਾਸ ਕੀਤੀ ਕਿ ਜਦੋਂ ਕਦੀ ਮੇਰੇ ਚ ਸਮਰੱਥਾ ਹੋਈ ਮਹਾਰਾਜ ਮੈਂ ਇਹ ਕਿਤਾਬ ਗੁਰਮੁਖੀ ਅੱਖਰਾਂ ਚ ਕਰੂੰਗਾ ਉਸ ਕਿਤਾਬ ਚੋਂ ਇੱਕ ਦੋ ਵਾਕ ਸੁਣਾਵਾਂਗਾ ਤੁਹਾਨੂੰ ਲੇਕਿਨ ਪਹਿਲਾਂ ਇੱਕ ਹੋਰ ਗੱਲ ਸੁਣਾ ਦੇਵਾਂ ਰਾਜੇਸ਼ ਰੰਜਨ ਮੇਰੇ ਡਿਪਾਰਟਮੈਂਟ ਚ ਬੁੱਧਿਜ਼ਮ ਦਾ ਪ੍ਰੋਫੈਸਰ ਇੱਕ ਦਿਨ ਮੇਰੇ ਕੋਲ ਆਏ ਪਾਲੀ ਬੋਲੀ ਦੀ ਸਿਵਾਵਾ ਸਦਕਾ ਉਹਨਾਂ ਨੂੰ ਰਾਸ਼ਟਰਪਤੀ ਵਾਰਡ ਮਿਲੇ ਕੀ ਬਾਤ ਹੈ ਰਾਜੇਸ਼ ਰੰਜਨ ਨੂੰ ਮੈਨੂੰ ਕਹਿੰਦੇ ਸਰ ਹਮ ਯਹਾਂ सेंटर मांग सकते हैं यूजीसी से सेंटर फॉर बुद्धि स्टडीज मैं कह एक सेंटर इस्ट हो जाएगा यहाँ आपको चेयरमैन लगा देगी यूजीसी और दस लाख रुपए शुरू में देगी पांच लाख हर साल हमारे पास तो कागज खरीदने के लिए पैसे नहीं है माला माल हो जाएंगे मैं होंगे मैं तो पता नहीं सुनया नहीं जो कुछ हों मेरे तो करवा लो उन्होंने मेहनत की जी ਕੇਸ ਤਿਆਰ ਕੀਤਾ ਜਿੱਥੇ ਜਿੱਥੇ ਆਖਿਆ ਮੈਂ ਸਾਈਨ ਕੀਤੇ ਭੇਜ ਦਿੱਤਾ 2 ਮਹੀਨੇ ਬਾਅਦ ਚਿੱਠੀ ਆ ਹੂੰ ਤੁਸੀਂ ਸੈਂਟਰ ਲਈ ਅਪਲਾਈ ਕੀਤਾ ਐਸ ਤਰੀਕ ਨੂੰ ਦਿੱਲੀ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਵਿਦਵਾਨਾਂ ਦੀ ਮੀਟਿੰਗ ਦੇ ਵਿੱਚ ਆਪਣਾ ਕੇਸ ਡਿਫੈਂਡ ਕਰਨ ਵਾਸਤੇ ਆਓ ਹੂੰ ਮੈਂ ਆਪਣੇ ਸਲੇਬਸ ਲੈ ਗਿਆ ਨਾਲ ਕੁਝ ਕਿਤਾਬਾਂ ਛਾਪੀਆਂ ਸੀ ਉਹ ਨਾਲ ਲੈ ਗਿਆ ਰਜੇਸ਼ ਰਣਜੀਤ ਨੂੰ ਕਿਹਾ ਤੁਸੀਂ ਮੇਰੇ ਨਾਲ ਚੱਲੋ ਹੂੰ ਤੁਰ ਪਏ ਹੂੰ ਉੱਥੇ ਜਿਹੜੇ ਸਾਨੂੰ ਉਡੇਕਵਾ ਇਨਸਾਨ ਕਮੇਟੀ ਹੂੰ ਉਹ ਬੋਧ ਭਿੱਖੂ ਸਨ ਸਾਰੇ ਓਕੇ ਸਸ ਕੇਸਰੀ ਲਿਬਾਸ ਪਹਿਨੇ ਹੋਏ ਪ੍ਰਣਾਮ ਕੀਤਾ ਉਹਨਾਂ ਨੂੰ ਬੈਠਣ ਵਾਸਤੇ ਕਿਹਾ ਮੈਨੂੰ ਕਹਿੰਦੇ ਗੱਲਾਂ ਹੋਈਆਂ ਕੁਝ ਥੋੜੀਆਂ ਜੀਆਂ ਮੈਨੂੰ ਕਹਿੰਦੇ ਜਦੋਂ ਮੈਂ ਸੈਂਟਰ ਦੀ ਮੰਗ ਕੀਤੀ ਦਿਖਾਇਆ ਕਿ ਬੀਏ ਚ ਵੀ ਅਸੀਂ ਬੁੱਧਿਜ਼ਮ ਪੜਾਣਾ ਹੈ ਆ ਸਿਲੇਬਸ ਹੈ ਐਮਏ ਚ ਐਮਫਲ ਚ ਪੀਐਚਡੀ ਚ ਤੰਪਦ ਅਸੀਂ ਛਾਪਿਆ ਹੈ ਗੁਰਮੁਖੀ ਅੱਖਰਾਂ ਚ ਉਹ ਮਨਾਂ ਲੈ ਗਿਆ ਸੀ ਫਿਰ ਉਹ ਕਹਿੰਦੇ ਇੱਕ ਭਿਖੂ ਕਹਿੰਦਾ आपको भी कुछ दिलचस्पी है बौद्ध धर्म में हम मैं कह जी मैं वो खुशकिस्मत सिक्ख हूं जिसने तीनों पिटकों का पाठ किया हुआ है हम तीन धर्म ग्रंथ विनय पिटक सुत्त पिटक धर्म पिटक हम मेनू भिक्षु विद्वान कहते इन तीनों पिटकों में से कौन सा सबसे बढ़िया है हम मैं कह बनते मेरी परंपरा ने ये प्रश्न करना मुझे नहीं सिखाया आदमी धर्म ग्रंथों की मैरिट लिस्ट नहीं बनाया करता exactly. धर्म ग्रंथ आदमी की मैरिट निकालेगा exactly. ये गुरमुख है ये मनमुख है हाँ. ये भला है ये बुरा है हाँ. ये डिसीजन धर्म ग्रंथ करेगा हाँ, exactly. हम धर्म ग्रंथ का डिसीजन नहीं करेंगे सही बात है ओ, आपको ये प्रश्न नहीं करना चाहिए था हाँ. अगर पूछना ही था ये पूछते तीनों पिटकों में से कौन सा सबसे ज्यादा समझ में आया बाकी भी समझूंगा मेहनत करनी पड़ेगी फिर वो कहते ठीक है मैं ये प्रश्न वापस लेता हूँ पर दूसरा प्रश्न है कि अगर आपको ये सेंटर दे दिया जाए तो सबसे पहले कौन सा काम करोगे मैंने कहा जी मिलिंद प्रश्न मैं स्टूडेंट था जब प्रतिज्ञा की थी जब मुझे मौका मिलेगा मैं इसको गुरुमुखी ये मेरे परदादा थे नागसेन भन थे ये मेरे बुजुर्ग थे पंजाब सियालकोट में ये ग्रंथ रचा गया था हुँ। हुँ। तो ये करूंगा पंजाबी में कहने लगे कुछ सुनाएंगे आप ਮਿਲਿੰਦ ਪ੍ਰਸ਼ਨ ਮੈਸੇ ਬਸ ਫਿਰ ਮੈਨੂੰ ਤਾਂ ਛੇੜਨ ਵਾਲਾ ਚਾਹੀਦਾ ਕੋਈ ਹੂੰ ਸੁਣੋ ਸ਼ੁਰੂ ਕੀਤੀਆਂ ਜੀ ਸਾਖੀਆਂ ਜਿਹਨਾਂ ਕੀ ਇੱਕ ਦੋ ਸੁਣਾ ਦੇਣਾ ਬਸ ਇੱਥੇ ਹਾਂ ਹਾਂ ਸ਼ੂਰ ਸਰ ਨਾਗ ਮਿਲਿੰਦ ਦਾ ਅਸਲ ਨਾਮ ਇਨ ਆਂਡਰਸੀ ਓਕੇ ਅਲੈਕਜ਼ੈਂਡਰੀਆ ਤੋਂ ਆਇਆ ਸੀ ਤੇ ਪੰਜਾਬ ਵਿੱਚ ਸੀ ਉਹਦਾ ਪਸ਼ਾਵਰ ਤੋਂ ਲੈ ਕੇ ਹੂੰ ਜਮਨਾ ਤੱਕ ਸੀ ਹੂੰ ਸਿੱਕੇ ਮਿਲੇ ਨੇ ਹੂੰ ਤਸਵੀਰ ਆਉਦੀ ਸਿੱਕਿਆਂ ਤੇ ਇੱਕ ਪਾਸੇ ਪਾਲੀ ਏ ਦੂਸਰੇ ਪਾਸੇ ਗ੍ਰੀਕ ਹੂੰ ਤੋਂ ਉਹ ਚਾਹੁੰਦਾ ਉਦੋਂ ਪੰਜਾਬ ਬੋਧ ਪੰਜਾਬ ਸੀ ਹੂੰ ਉਹ ਚਾਹੁੰਦਾ ਸੀ ਕਿ ਬੁੱਧਮਤ ਬਾਰੇ ਕੋਈ ਜਾਣਕਾਰੀ ਵੱਡਾ ਵਿਦਵਾਨ ਦੇ ਹੂੰ ਪਤਾ ਕੀਤਾ ਖਬਰ ਮਿਲੀ ਕਿ 나ਗਸੈਨ ਤੋਂ ਵੱਡਾ ਵਿਦਵਾਨ ਕੋਈ ਨਹੀਂ ਹੈ ਹੂੰ 나ਗਸੈਨ ਅਗੇ ਬੇਨਤੀ ਕੀਤੀ ਗਈ ਕਿ ਤੁਸੀਂ ਆਓ 나ਗਸੈਨ ਸਿਆਲਕੋਟ ਆਏ ਹੂੰ ਹਰ ਰੋਜ਼ ਸਵੇਰ ਤੋਂ ਦੁਪਹਿਰ ਤੱਕ ਬਾਦਸ਼ਾਹ ਸਵਾਲ ਪੁੱਛਦੇ ਹੁੰਦੇ ਸੀ 나ਗਸੈਨ ਜਵਾਬ ਦਿੰਦੇ ਹੁੰਦੇ ਸੀ ਓਕੇ ਇੱਕ ਦੋ ਸਵਾਲ ਸੁਣਾ ਦੇਣਾ ਤੁਹਾਨੂੰ ਇੱਕ ਦੋ ਜਵਾਬ ਜੀ ਇੱਕ ਸਵਾਲ ਪੁੱਛਿਆ ਪੰਤੇ ਮੈਨੇ ਹੁੰਦਾ ਭਰਾ ਹੂੰ ਪੰਤੇ ਘਰਮੀ ਭਰਾ ਹੂੰ ਪੰਤੇ नागसेन ਤੁਸੀਂ ਸਾਰੇ ਹੀ ਆਖਦੇ ਹੋ ਕਿ ਤਥਾਗਤ ਸਿਧਾਰਥ ਬਹੁਤ ਵੱਡੇ ਸਨ ਕਿਵੇਂ ਮੰਨੀਏ ਤੁਸੀਂ ਸਾਰੇ ਹੀ ਆਖੀ ਜਾਂਦੇ ਹੋ ਹੂੰ नागसेन ਕਹਿੰਦੇ ਮਹਾਰਾਜ ਤੁਸੀਂ ਕਦੀ ਸਮੁੰਦਰ ਦੇਖਿਆ ਹੂੰ ਕਈ ਵਾਰ ਹੂੰ ਵੱਡਾ ਹੁੰਦਾ ਸਮੁੰਦਰ ਹੂੰ ਹਾਂ ਪੰਤੇ ਵੱਡਾ ਹੁੰਦਾ ਮਹਾਰਾਜ ਸਾਬਤ ਕਰੋ ਕਿ ਸਮੁੰਦਰ ਵੱਡਾ ਕਿਵੇਂ ਹੁੰਦਾ ਹੂੰ ਬਾਦਸ਼ਾਹ ਕਹਿੰਦਾ ਜਿੱਥੇ ਤੱਕ ਨਿਗਾਹਾਂ ਜਾਂਦੀਆਂ ਨੇ ਸਮੁੰਦਰ ਹੀ ਸਮੁੰਦਰ ਹੈ ਪੰਤੇ ਨਾਕਸਨ ਕਿੰਦੀ ਅਸੀਂ ਅੱਖਾਂ ਦੇ ਸਬੂਤ ਤੇ ਇਤਬਾਰ ਨਹੀਂ ਕਰਦੇ ਮਹਾਰਾਜ ਅੱਖਾਂ ਧੋਖਾ ਖਾ ਜਾਂਦੀਆਂ ਨੇ ਰੱਸੀ ਨੂੰ ਸੱਪ ਸਮਝ ਕੇ ਬੰਦਾ ਡਰ ਜਾਂਦਾ ਹੈ ਸਾਨੂੰ ਤਾਂ ਦਲੀਲ ਨਾਲ ਸੱਚਾਈ ਦੀ ਹੈ ਸਾਬਤ ਕਰਨ ਦਾ ਵਿਦਵਾਨ ਸਾਡਾ ਇਹ ਹੈ ਕਿ ਦਲੀਲ ਨਾਲ ਸਾਬਤ ਕਰੋ ਬਾਦਸ਼ਾਹ ਕਹਿੰਦਾ ਮੈਂ ਵਿਦਵਾਨ ਦਾਰਸ਼ਨਿਕ ਨਹੀਂ ਹਾਂ ਭੰਤੇ ਤੁਸੀਂ ਹੋ ਤੁਸੀਂ ਦੱਸੋ ਕਿਵੇਂ ਸਾਬਤ ਕਰੀਦਾ ਮਹਾਰਾਜ ਗਰਮੀਆਂ ਵਿੱਚ ਸੂਰਜ ਦੀ ਧੁੱਪ ਵਰਦੀ ਹੈ ਲੋਹਾਂ ਚੱਲਦੀਆਂ ਨੇ ਜੇਠ ਹਾੜ ਦਾ ਮਹੀਨਾ ਨਦੀਆਂ ਨਾਲੇ ਝੀਲਾਂ ਤਲਾਬ ਸਭ ਸੁੱਕ ਜਾਂਦੇ ਨੇ ਹੂੰ ਸਮੁੰਦਰ ਤੇ ਘੱਟ ਗਰਮੀ ਤਾਂ ਨਹੀਂ ਪੈਂਦੀ ਹੂੰ ਗਰਮੀਆਂ ਦੇ ਦਿਨਾਂ 'ਚ ਗਰਮੀਆਂ ਦੀ ਵਜ੍ਹਾ ਕਰਕੇ ਕਦੀ ਸਮੁੰਦਰ ਸੁੱਕਿਆ ਹੂੰ ਨਹੀਂ ਪੰਤੇ ਹੂੰ ਮਹਾਰਾਜ ਫਿਰ بارشਾਂ ਆਉਂਦੀਆਂ ਨੇ ਹੂੰ ਧਰਤੀ ਤੋਂ ਕਈ ਮੈਦਾਨਾਂ ਤੋਂ ਕਈ ਗੁਣਾ ਵੱਧ ਇੱਕ ਸਮੁੰਦਰ ਤੇ ਵੀ بارشਾਂ ਆਉਂਦੀਆਂ ਨੇ ਨਦੀਆਂ ਨਾਲੇ ਝੀਲਾਂ ਦਰਿਆ ਉੱਛਲ ਜਾਂਦੇ ਨੇ ਬਾਹਰ ਸਮੁੰਦਰ ਤੇ ਤਾਂ بارشਾਂ ਹੁੰਦੀ ਹੀ ਹੁੰਦੀਆਂ ਨੇ ਸੈਂਕੜੇ ਨਦੀਆਂ ਡਿੱਗਦੀਆਂ ਨੇ ਸਮੁੰਦਰ ਚ ਪਰ بارشਾਂ ਦੀ ਵਜ੍ਹਾ ਸਦਕਾ ਸਮੁੰਦਰ ਚ ਕਦੀ ਹੜ ਆਇਆ ਨਹੀਂ 나ਗसेन ਕਦੀ ਨਹੀਂ ਸਾਬਤ ਹੋਇਆ ਮਹਾਰਾਜ ਸਮੁੰਦਰ ਵੱਡਾ ਸਾਬਤ ਹੋਇਆ ਮਹਾਰਾਜ ਨਿੰਦਕ ਬ੍ਰਾਹਮਣਾ ਨੇ ਤਥਾਗਤ ਗੌਤਮ ਸਾਕਿਆ मुनि ਦੇ ਖਿਲਾਫ ਹਜ਼ਾਰਾਂ ਗ੍ਰੰਥਾਂ ਦੀ ਰਚਨਾ ਕੀਤੀ ਲੇਕਿਨ ਜਿੱਡਾ ਉਹਨਾਂ ਦਾ ਕੱਦ ਸੀ ਨਿੰਦਕਾਂ ਦੀ ਨਿੰਦਕਾਂ ਦੇ ਗ੍ਰੰਥਾਂ ਸਦਕਾ ਤਥਾਗਤ ਦਾ ਕੱਦ ਛੋਟਾ ਨਹੀਂ ਹੋਇਆ ਮੇਰੇ ਸਮੇਤ ਅਸੀਂ ਬੋਧ ਸਾਧੂਆਂ ਨੇ ਵਿਦਵਾਨਾਂ ਨੇ ਉਹਨਾਂ ਦੀ ਉਸਤਤ ਚ ਲੱਖਾਂ ਗ੍ਰੰਥਾਂ ਦੀ ਰਚਨਾ ਕੀਤੀ ਸਾਡੇ ਗ੍ਰੰਥਾਂ ਸਦਕਾ ਉਹਨਾਂ ਦਾ ਕੱਦ ਵੱਡਾ ਨਹੀਂ ਹੋਇਆ ਇਸ ਕਰਕੇ ਅਸੀਂ ਆਖਦੇ ਹਾਂ ਮਹਾਰਾਜ ਵੱਡੇ ਸਨ ਵੱਡੇ ਸਨ ਵੱਡੇ ਸਨ ਫਿਰ ਇੱਕ ਸਵਾਲ ਪੁੱਛਦੇ ਨੇ ਨਾਗ ਸਿੰਘ ਜਿਹੜੇ ਕਥਨ ਤਥਾਗਤ ਸਿਧਾਰਥ ਨੇ ਕੀਤੇ ਇਸ ਤਰ੍ਹਾਂ ਦੇ ਕਥਨ ਉਹਨਾਂ ਤੋਂ ਪਹਿਲਾਂ ਵੀ ਕੁਝ ਵਿਦਵਾਨਾਂ ਨੇ ਕੀਤੇ ਸਨ ਹੂੰ ਫਿਰ ਇਹ ਸਮਝੀਏ ਕਿ ਤਥਾਗਤ ਨੇ ਉਹਨਾਂ ਵਿਦਵਾਨਾਂ ਦੇ ਕਹੇ ਕਥਨਾ ਦੀ ਹੀ ਦੁਹਰਾਇ ਕੀਤੀ ਹੂੰ ਨਹੀਂ ਮਹਾਰਾਜ ਇਸ ਤਰ੍ਹਾਂ ਨਹੀਂ ਹੁੰਦਾ ਫਿਰ ਕਿਸ ਤਰ੍ਹਾਂ ਹੁੰਦਾ ਹੈ ਨਾਲਸੈਨ ਹੂੰ ਮਹਾਰਾਜ ਹਫਤਾ ਪਹਿਲਾਂ ਇਹਨਾਂ ਪਹਾੜੀਆਂ ਤੇ بارش ਹੋਈ ਸੀ ਹੂੰ ਵੱਖ-ਵੱਖ ਨਾਲੀਆਂ ਰਾਹੀਂ ਪਾਣੀ ਹੇਠਾਂ ਉਤਰਿਆ ਹੂੰ ਫਿਰ ਨਦੀ ਚ ਡਿੱਗਿਆ ਨਦੀ ਫਿਰ ਵੱਡੇ ਦਰਿਆ ਚ ਡਿੱਗੀ ਫਿਰ ਸਮੁੰਦਰ ਚ ਹਮ ਮਹਾਰਾਜ ਅੱਜ ਸਵੇਰੇ ਵੀ ਬਾਰਿਸ਼ ਹੋਈ ਸੀ ਹਮ ਜਿੱਥੋਂ ਜਿੱਥੋਂ ਦੀ ਹਫਤਾ ਪਹਿਲਾਂ ਪਾਣੀ ਲੰਘਿਆ ਸੀ ਉਹਨਾਂ ਉਹਨਾਂ ਰਾਹਾਂ ਵਿੱਚੋਂ ਦੀ ਅੱਜ ਲੰਘੇ ਹਮ ਅੱਜ ਦੇ ਪਾਣੀ ਨੂੰ ਹਫਤਾ ਪਹਿਲਾਂ ਦਾ ਪਾਣੀ ਦੱਸ ਕਿਤਨ ਗਿਆ ਸੀ ਕਿ ਕਿੱਥੋਂ ਦੀ ਲੰਘਣਾ ਹੈ ਇਹ ਕੁਦਰਤ ਦੇ ਮਹਾਨ ਸਰੋਤ ਨੇ ਮਹਾਰਾਜ ਜੋ ਕੁਝ ਵਡੇਰਾਂ ਨੇ ਕੀਤਾ ਕਿਹਾ ਸਾਰੇ ਇਕੱਤਰ ਹੀ ਕਰਦੇ ਹੁੰਦੇ ਆ ਚੰਬੇਤ ਉਦੋਂ ਹੋ ਜਦੋਂ ਵਖਰੇਵਾ ਹੋਵੇ ਜਦੋਂ ਇੱਕ ਸਾਰ ਗੱਲਾਂ ਹੋਣ ਉਦੋਂ ਮੱਥਾ ਟੇਕੋ ਇਹੋ ਜੀ ਸੰਸਾਰ ਸਾਡੇ ਸਾਰੇ ਬਿਲਕੁਲ 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 ਸਰ ਜਿਹੜਾ ਹਰ ਇੱਕ ਇਨਸਾਨ ਦਾ ਸਪਿਰਚੁਅਲੀ ਆਪੋ ਆਪਣਾ ਮਾਰਗ ਹੈ ਨਾ ਕੋਈ ਕਿਸੇ ਧਰਮ ਦੇ ਰਾਹੀ ਕੋਈ ਦੂਸਰੇ ਧਰਮ ਦੇ ਰਾਹੀ ਸੋ ਡਿਫਰੈਂਟ ਡਿਫਰੈਂਟ ਰਾਸਤੇ ਬਣੇ ਹੋਏ ਨੇ ਬਟ ਮੰਜ਼ਲ ਜਿਹੜੀ ਆ ਉਹ ਇੱਕੋ ਹੀ ਹੈ ਇੱਕੋ ਥਾਂ ਤੇ ਪਹੁੰਚਣਾ ਸੋ ਇਸ ਪਰਪੇਖ ਦੇ ਵਿੱਚ ਬੁੱਧ ਡਾਇਲੋਜੀ ਤੇ ਉਸ ਤੋਂ ਬਾਅਦ ਦੇ ਵਿੱਚ ਸਾਡੇ ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦਾ ਜਿਹੜੇ ਸਾਨੂੰ ਸਿੱਖ ਫਲਸਫਾ ਦਿੱਤਾ ਉਸ ਨੂੰ ਰਿਲੇਟ ਕਰਕੇ ਕਿਵੇਂ ਦੇਖਦੇ ਹੋ ਦੇਖੋ ਜਿਹੜਾ ਤੁਸੀਂ ਸ਼ੁਰੂ ਕੀਤਾ ਸੀ ਨਾ ਜਿਵੇਂ ਆਪਾਂ ਨੂੰ ਐਂ ਲੱਗਦਾ ਹੈ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਕਿ ਸੁਧਾਰਥ ਹਾਂ ਬੇਚੋ ਚੋਰੀਆਂ ਕਿਉਂ ਚਲਾ ਗਿਆ ਹੁਣ ਦੇਖੋ ਕੌਣ ਕਿਸ ਤਰ੍ਹਾਂ ਵਿਛੜਦਾ ਹੈ ਇਹਦਾ ਆਪਾਂ ਨੂੰ ਪਤਾ ਨਹੀਂ ਲੇਕਿਨ ਜਦੋਂ ਵਿਛੜਿਆ ਸੁਧਾਰਥ ਉਦੋਂ ਇਹਨੂੰ ਬੋਧ ਗ੍ਰੰਥਾਂ ਦੇ ਵਿੱਚ ਮਹਾ ਸੰन्यास ਕਿਹਾ ਜਾਂਦਾ ਹੈ। ਦਾ ਅੰਗਰੇਜ਼ੀ ਚ ਇਹਨੂੰ ਕਹਿੰਦੇ ਨੇ ਦਾ ਗ੍ਰੇਟ ਰੈਨਨਸੀਏਸ਼ਨ। ਹਮ ਮਹਾ ਤਿਆਗ। ਹਮ ਕੌਣ ਮਹਿਲ ਛੱਡਣਾ ਚਾਹੇਗਾ? ਹਮ ਕੌਣ ਆਪਣੀ ਔਲਾਦ ਨੂੰ ਤੇ ਆਪਣੀ ਮਹਾਰਾਣੀ ਨੂੰ ਯੋਗਰਾਣੀ ਨੂੰ ਛੱਡਣਾ ਚਾਹੇਗਾ? ਬਿਲਕੁਲ। ਤੇ ਜਾਣ ਵੇਲੇ ਰਾਹੁਲ ਯੋਗਰਾਜ ਦਾ ਮੱਥਾ ਚੁੰਮਦਾ। ਮੱਥਾ ਚੁੰਮਦਾ। ਯੋਗਰਾਣੀ ਯਸ਼ੋਧਰਾ ਦਾ ਪੈਰ ਚੁੰਮਿਆ। ਪੈਰ ਚੁੰਮਿਆ। ਫੇਰ ਬਿਨਾਂ ਖੜਾ ਕੀਤੇ ਬਾਹਰ ਨਿਕਲੇ। ਹਮ ਚੰਨਾ ਹਮ ਪਹਿਲਾ ਆਖਿਆ ਸੀ ਚੰਨੇ ਦੋਸਤੋ ਨਾਲ ਜਾ ਰਹੇ ਲੇਕਿਨ ਚੰਨੇ ਨੂੰ ਇਹ ਹਦਾਇਤ ਦਿੱਤੀ ਆ ਦਿਨ ਚ ਕਿ ਕੰਥਕ ਘੋੜਾ ਲੈ ਕੇ ਆਈ ਮੇਰੇ ਵਾਸਤੇ ਹੂੰ ਉਹਨੇ ਕੀ ਲੈਣਾ ਸੀ ਕੰਥਕ ਘੋੜੇ ਤੋਂ ਤੇ ਅਜੇ ਤਿਆਰ ਰਹੇ ਲੇਕਿਨ ਕਿਨੂੰ ਆਖਰੀ ਵਾਰ ਮਿਲਣਾ ਉਹ ਦਿਲ ਚ ਜਦੋਂ ਕੰਥਕ ਘੋੜੇ ਤੇ ਸਵਾਰ ਹੋਇਆ ਚੰਨਾ ਤੁਰ ਪਿਆ ਉਦੋਂ ਤੱਕ ਤੁਰਦੇ ਰਹੇ ਜੰਗਲ ਦੀ ਹੱਦ ਆ ਗਈ ਦਿਨ ਚੜ ਗਿਆ ਅੱਧੀ ਰਾਤ ਤੁਰੇ ਸਨ ਰਾਜਕੁਮਾਰ ਸਿਧਾਰਥ ਨੇ ਕਿਰਪਾਨ ਨਾਲ ਆਪਣੇ ਕੇਸ ਕੱਟੇ ਮੈਂ ਆਪਣੇ ਪ੍ਰੋਫੈਸਰ ਜੋਸ਼ੀ ਨੂੰ ਪੁੱਛਿਆ ਔਰ ਕੇਸ ਰੱਖੇ ਹੁੰਦੇ ਸੀ ਉਹ ਕਹਿੰਦੇ ਵਿਦਵਾਨਾਂ ਦੇ ਤੇ ਮਹਾਰਾਜਿਆਂ ਦੇ ਉੱਚੀ ਕੁਲ ਵਾਲਿਆਂ ਦੀ ਦਸਤਾਰ ਵੀ ਬੰਨੀ ਹੁੰਦੀ ਸੀ ਤੇ ਕੇਸ ਵੀ ਰੱਖੇ ਹੁੰਦੇ ਓਕੇ ਇਹਨੂੰ ਬੜਿੱਤਣ ਦੀ ਨਿਸ਼ਾਨੀ ਸਮਝਿਆ ਜਾਂਦਾ ਸੀ ਜੇ ਕੋਈ ਗਰੀਬ ਆਦਮੀ ਕੇਸ ਰੱਖ ਲਾਂਦਾ ਉਹਦੇ ਨਾਲ ਮਜ਼ਾਕ ਵੀ ਹੁੰਦਾ ਸੀ ਵੀ ਤੂੰ ਮਹਾਰਾਜ ਹੈ ਤੂੰ ਮਹਿਲਾ ਜਿਹੈਨਾ ਤੂੰ ਵਿਦਵਾਨ ਹੈ ਮਤਲਬ ਇਹ ਪ੍ਰਥਾ ਸੀ ਸਾਰੇ ਸਾਰੇ ਏਸ਼ੀਅਨ ਕਲਚਰ ਚ ਹਮ ਕਿਰਪਾਨ ਨਾਲ ਆਪਣੇ ਕੇਸ ਕੱਟੇ ਤੇ ਚੰਨੈ ਨੂੰ ਕਹਿੰਦੇ ਚੰਨੈ ਕੋੜਾ ਲੈ ਜਾ ਹਮ ਮਹਾਰਾਜ ਤੋਂ ਉਹਨੂੰ ਸਨੇਹਾ ਦੇ ਦੇ ਕਿ ਯੋਗਰਾਜ ਹੁਣ ਮੁੜ ਕੇ ਨਹੀਂ ਆਏਗਾ ਉਹ ਭਿੱਖੂ ਹੋ ਗਿਆ ਹਮ ਭਿੱਖੂ ਮੈਨੇ ਮੰਗਤਾ ਹਮ ਚੰਨਾ ਰੋਣ ਲੱਗ ਗਿਆ ਹਮ ਚਰਨੀ ਹੱਥ ਲਾ ਕੇ ਕਹਾ ਯੋਗਰਾਜ ਮੈਂ ਤੁਹਾਡਾ ਕੇਵਲ ਅਰਥਵਾਨ ਨਹੀਂ ਹਾਂ ਹਮ ਮੈਂ ਤੁਹਾਡਾ ਗਾਰਡ ਵੀ ਹਾਂ ਮੇਰੀ ਡਿਊਟੀ ਹੈ ਕਿ ਜਿੱਥੋਂ ਤੁਹਾਨੂੰ ਲੈ ਕੇ ਆਇਆ ਮੈਂ ਉੱਥੇ ਛੱਡ ਕੇ ਜਾਣਾ ਇਹ ਮੇਰੀ ਰਾਇਲ ਡਿਊਟੀ ਹੈ ਜਿਹੜੀ ਮੈਨੇ ਨਿਭਾਣੀ ਹੈ ਹਮ ਰੋਂਦੇ ਚੰਨਨ ਨੂੰ ਕਿਹਾ ਮਿੱਤਰ ਤੂੰ ਨੌਕਰ ਨਹੀਂ ਮੇਰਾ ਤੂੰ ਮੇਰਾ ਭਰਾ ਹੈ ਮੇਰਾ ਮਿੱਤਰ ਹੈ ਇਹ ਸਨੇਹਾ ਤੂੰ ਦੇਵੇਂਗਾ ਮੈਂ ਤੈਨੂੰ ਚੁਣਿਆ ਜਦੋਂ ਮੈਨੂੰ ਯਾਦ ਕਰਨਗੇ ਲੋਕ ਉਦੋਂ ਤੂੰ ਯਾਦ ਕੀਤਾ ਜਾਇਆ ਕਰੇਗਾ ਕੀ ਬਾਤ ਹੈ ਸਨੇਹਾ ਦੁਖਦਾਈ ਹੈ ਲੇਕਿਨ ਦੇਣਾ ਪਏਗਾ ਇਸ ਤਰੀਕੇ ਵਿਛੜੇ ਸੀ ਗੌਤਮ ਸਿਧਾਰਥ ਹਮ ਸਖਤ ਤਪ ਕੀਤਾ ਉਹ ਆਪਾਂ ਨੂੰ ਪਤਾ ਹੀ ਹੈ ਤੁਸੀਂ ਦੇਖੋ ਕਿ ਜਦੋਂ ਤਪ ਕੀਤਾ ਸੁਜਾਤਾ ਨਾਂ ਦੀ ਔਰਤ ਆ ਗਈ ਜਾਂਗਲੀ ਔਰਤ ਸੀ ਗਰੀਬ ਖੀਰ ਦਾ ਕਟੋਰਾ ਅੱਗੇ ਰੱਖ ਦਿੱਤਾ ਕਾਲ ਮਹਾਰਾਜ ਹਮ ਆਪਣੇ ਭਿਖੂਆਂ ਨੂੰ ਵਿਦਿਆਰਥੀਆਂ ਨੂੰ ਦੱਸਦੇ ਨੇ ਸਿਧਾਰਥ ਇਸ ਘਟਨਾ ਬਾਰੇ ਹਮ ਕਹਿੰਦੇ ਪ੍ਰਾਣਾ ਦੀ ਸੰਗਲੀ ਟੁੱਟਣ ਵਾਲੀ ਸੀ ਹਮ ਜਦੋਂ ਸੁਜਾਤਾ ਆ ਗਈ ਕੀ ਹੋਇਆ ਹਮ ਸੁਜਾਤਾ ਨੇ ਕਿਹਾ ਖੀਰ ਦਾ ਕਟੋਰਾ ਮਹਾਰਾਜ ਹਮ ਮੈਂ ਸਾਹਾਂ ਦੀ ਸੰਗਲੀ ਪ੍ਰਾਣਾ ਦੀ ਸੰਗਲੀ ਟੁੱਟਣ ਨਹੀਂ ਦਿੱਤੀ ਹਮ ਮੈਂ ਖੀਰ ਦਾ ਕਟੋਰਾ ਖਾਧਾ ਹਮ ਅਸੀਸਾਂ ਦਿੱਤੀਆਂ ਤੇ ਫਿਰ ਪੁੱਛਿਆ ਕੀ ਨਾਇ ਪੁੱਤਰੀ ਤੇਰਾ ਹੂੰ ਕਹਿੰਦੀ ਸੁਜਾਤਾ ਹੂੰ ਮੈਂ ਕਿਹ ਸੁਜਾਤਾ ਤੀਏ ਤੈਨੂੰ ਕੀ ਤਕਲੀਫ ਹੈ ਹੂੰ ਤੂੰ ਸਾਧੂ ਨੂੰ ਭੋਜਨ ਸ਼ਕਾਣ ਆਈ ਹੈ ਕਹਿੰਦੀ ਮਹਾਰਾਜ ਮਨ ਤੋਂ ਕੋਈ ਤਕਲੀਫ ਨਹੀਂ ਮੈਂ ਤਾਂ ਬਹੁਤ ਸੁਖੀ ਹਾਂ ਬਸ ਤੁਹਾਡੇ ਤੋਂ ਇਹੀ ਮੰਗਣ ਆਈ ਹਾਂ ਕਿ ਮੈਂ ਐਸੀ ਤਰ੍ਹਾਂ ਸੁਖੀ ਰਹਾ ਹੁਣ ਦੇਖੋ ਫਰਕ ਦੇਖੋ ਘੌਂਪੜੀ ਚ ਰਹਿ ਰਹੀ ਇੱਕ ਜਾਂਗਲੀ ਔਰਤ ਉਹ ਕਹਿੰਦੀ ਮੈਨੂੰ ਤਾਂ ਕੋਈ ਦੁੱਖ ਹੀ ਨਹੀਂ ਹੈ ਦੁੱਖ ਹੈ ਰਾਜਕੁਮਾਰ ਮਹਿਲਾ ਚ ਰਹੇ ਰਹੇ ਉਹ ਕਹਿੰਦਾ ਸੰਸਾਰ ਦੁੱਖਾਂ ਦਾ ਘਰ ਹੈ ਦੁੱਖਾਂ ਦਾ ਘਰ ਹੈ ਦੁੱਖਾਂ ਦਾ ਬਿਲਕੁਲ ਬਿਲਕੁਲ ਤੋਂ ਇਸ ਤਰ੍ਹਾਂ ਦੀਆਂ ਬਹੁਤ ਖੂਬਸੂਰਤ ਘਟਨਾਵਾਂ ਨੇ ਗੌਤਮ stdcਰ ਦੇ ਜੀਵਨ ਦੀਆਂ ਮੈਂ ਲਿਖੀਆਂ ਨੇ ਪੰਜਾਬੀ ਪਾਠਕਾਂ ਤੱਕ ਪਹੁੰਚਾਈਆਂ ਨੇ ਫਿਰ ਤੁਸੀਂ ਇਹ ਆਪਾਂ ਇਹਨਾਂ ਨੂੰ ਐ ਨਾ ਦੇਖੀਏ ਕਿ ਇਹਨਾਂ ਦਾ ਰਹਿਣ ਸਹਿਣ ਕਿਹਾ ਜੀ ਕਿਹਾ ਜਿਹਾ ਸੀ ਗੁਰੂਆਂ ਨਾਲ ਭਿੰਨ ਸੀ ਤਾਂ ਹੀ ਤਾਂ ਗੁਰੂਆਂ ਨੂੰ ਆਉਣਾ ਪਿਆ ਜੀ ਇੱਕੋ ਹੀ ਹੁੰਦਾ ਫਿਰ ਤਾਂ ਲੋੜ ਨਹੀਂ ਸੀ ਆਉਣ ਦੀ ਹੂੰ ਦਸ਼ਮ ਪਾਤਸ਼ਾਹ ਨੂੰ ਆ ਜਦੋਂ ਇਸ ਦੁਨੀਆ ਤੋਂ ਜਾਣ ਲੱਗੇ ਨਾ ਤਥਾਗਤ ਗੌਤਮ ਸਿਧਾਰਥ ਹੂੰ ਉਹਨਾਂ ਨੂੰ ਆਨੰਦ ਨੇ ਪੁੱਛਿਆ ਸੀ ਹੂੰ ਮਹਾਰਾਜ ਹੂੰ ਹੁਣ ਫਿਰ ਚਲੇ ਜਾਓਗੇ ਸਾਡੇ ਕੋਲ ਸਿਧਾਰਥ ਨੇ ਕਿਹਾ ਜਿਨ੍ਹਾਂ ਤਤਾਂ ਦਾ ਤੁਹਾਡਾ ਸਰੀਰ ਬਣਿਆ ਹੋਇਆ ਹੈ ਭੰਤੇ ਉਹਨਾਂ ਦੇ ਹੀ ਬਣਿਆ ਹੋਇਆ ਸਰੀਰ ਸਿਦਾਰਥ ਦਾ ਵੀ ਹੂੰ ਫਿਰ ਪੁੱਛਿਆ ਆਨੰਦ ਨੇ ਅਜੇ ਅਜੇ ਹੁਣ ਤਾਂ ਸਿੱਖਣ ਲੱਗਿਆ ਸੀ ਮੈਂ ਥੋੜਾ ਥੋੜਾ ਹੁਣੇ ਤੁਸੀਂ ਜਾਣ ਲੱਗੇ ਹੋ ਤੁਹਾਡੇ ਬਿਨਾ ਕੀ ਕਰਾਂਗੇ ਮਹਾਰਾਜ ਤੁਹਾਡੇ ਤੋਂ ਬਾਅਦ ਸਾਡੀ ਅਗਵਾਈ ਕੌਣ ਕਰੇਗਾ ਹੂੰ ਸਿਦਾਰਥ ਨੇ ਫਰਮਾਇਆ ਸੰਗ ਤੁਹਾਡੀ ਅਗਵਾਈ ਕਰੇ ਹੂੰ ਧਰਮ ਤੁਹਾਡੀ ਅਗਵਾਈ ਕਰੇ ਸੰਗ ਹੈ ਜਿਹੜਾ ਨਾ ਇਹ ਸੰਗਤ ਤੋਂ ਬਣੇ ਹੂੰ ਪੰਥ ਇਹ ਹੀ ਦਸਮ ਪਾਤਸ਼ਾਹ ਜਦੋਂ ਸੰਸਾਰ ਚ ਵਿਦਾ ਹੋਣ ਲੱਗੇ ਬਿਲਕੁਲ ਬਿਲਕੁਲ ਭਾਈ ਨੰਦ ਲਾਲ ਤੇ ਭਾਈ ਦਇਆ ਸਿੰਘ ਹੂੰ ਇਹ ਵੀ ਸਨ ਬਾਕੀ ਸੰਗਤ ਵੀ ਸੀ ਨੰਦੇੜ ਹੂੰ ਭਾਈ ਨੰਦ ਲਾਲ ਨੇ ਪੁੱਛਿਆ ਹਮ ਮਹਾਰਾਜ ਕਿਹਦੇ ਲੜ ਲਾ ਕੇ ਚੱਲੇ ਹੋਣ ਕਿਹਦੇ ਲੜ ਲਾ ਕੇ ਮਹਾਰਾਜ ਨੇ ਫਰਮਾਇਆ ਮੇਰੀ ਰੂਹ ਦੇ ਦਰਸ਼ਨ ਕਰਨੇ ਹੋਣ ਤਾਂ ਗ੍ਰੰਥ ਕੀ ਬਾਤ ਹੈ ਮੇਰੀ ਸ਼ਕਲ ਦੇਖਣੀ ਹੋਵੇ ਤਾਂ ਸੰਗ ਦੱਸੋ ਸਿਧਾਰਥ ਦੇ ਅੰਤਮ ਵਾਕਾਂ ਦਾ ਕਿ ਦਸ਼ਮ ਪਾਸ਼ਾ ਦੇ ਅੰਤਮ ਵਾਕਾਂ ਦਾ ਕੋਈ ਫਰਕ ਹੈ ਕੋਈ ਫਰਕ ਹੈ ਬਿਲਕੁਲ ਇਹਨਾਂ ਵਡੇਰਿਆਂ ਚ ਬੱਸਾਂ ਨੂੰ ਦੇ ਐਮਰਸਨ ਕਹਿੰਦਾ ਇਹ ਕਹਿੰਦਾ ਕਿ ਕਦੀ ਕਦੀ ਤੁਹਾਨੂੰ ਲੱਗੇਗਾ ਕਿ ਪੈਗੰਬਰ ਵੱਖਰੇ ਵੱਖਰੇ ਨਹੀਂ ਹਮ ਕਹਿੰਦਾ ਮੈਂ ਤੁਹਾਨੂੰ ਦੱਸ ਦਿਨਾ ਸੰਸਾਰ ਦੇ ਸਾਰੇ ਪੈਗੰਬਰ ਸਾਰੇ ਫਕੀਰ ਤੇ ਸਾਰੇ ਸ਼ਾਇਰ ਇੱਕੋ ਤਰ੍ਹਾਂ ਦੇ ਹੁੰਦੇ ਨੇ ਜੇ ਤੁਹਾਨੂੰ ਇਹ ਵੱਖ-ਵੱਖ ਤਰ੍ਹਾਂ ਦੇ ਲੱਗਦੇ ਨੇ ਨਾ ਇਹਦਾ ਕਾਰਨ ਇਹ ਹੈ ਕਿ ਉਹ ਵੱਖ-ਵੱਖ ਸਮੇਂ 'ਚ ਹੋਏ ਸੀ ਵੱਖ-ਵੱਖ ਦੇਸਾਂ 'ਚ ਹੋਏ ਸੀ ਐਗਜ਼ੈਕਟਲੀ ਐਗਜ਼ੈਕਟਲੀ ਕੋਈ ਫਰਕ ਨਹੀਂ ਛੱਡਿਆ ਗੁਰੂ ਨਾਨਕ ਨੇ ਵੀ ਸੀ ਜਦੋਂ ਉਦਾਸੀਆਂ ਤੇ ਗਏ ਛੱਡਿਆ ਉਹਨਾਂ ਨੇ ਵੀ ਛੱਡਿਆ ਬਿਲਕੁਲ ਬਿਲਕੁਲ ਆਪਾਂ ਸ਼ੁਰੂ 'ਚ ਜ਼ਿਕਰ ਕੀਤਾ ਸੀ ਉਦਾਸ ਨੇ ਸਾਰੇ ਭੇਜਣਾ ਤਾਂ ਕੋਈ ਚਾਉਂਦੇ ਨਹੀਂ ਸੀ ਚਾਉਂਦਾ ਨਹੀਂ ਬਿਲਕੁਲ ਬਿਲਕੁਲ ਜਦੋਂ ਵੱਡਾ ਫਰਜ਼ ਨਿਭਾਉਣਾ ਹੋਏ ਫਿਰ ਉਹ ਤੋਂ ਛੱਡਣਾ ਪੈਂਦਾ ਹੈ ਭਾਈ ਮਰਦ ਦੇ ਇੱਕ ਗੱਲ ਸੁਣਾ ਦੇਣਾ ਤੁਹਾਨੂੰ ਸਾਡੇ ਪਾਟਕਾਂ ਨੂੰ ਪਸੰਦ ਆਊਗੀ। ਹਮ ਭਾਈ ਮਰਦਾਨਾ ਜੀ ਥੱਕ ਗਏ। ਹਮ ਬਾਬਾ ਆਰਾਮ ਕਰਨਾ। ਹਮ ਬੈਠ ਗਏ। ਹਮ ਬਾਬਾ ਭੁੱਖ ਲੱਗੀ ਏ ਤੁਰਿਆ ਨਹੀਂ ਜਾਂਦਾ। ਹਮ ਬਾਬੇ ਕਹਿਆ ਕਿਤੇ ਆਵਾਦੀ ਆਏਗੀ ਤਾਂ ਖਾਣ ਨੂੰ ਵੀ ਮਿਲੇਗਾ। ਇੱਥੇ ਕੀ ਮਿਲੇ? ਮਰਦਾਨੇ ਕਹਿਆ ਬਾਬਾ ਆਤੁਰਾ ਹੂੰ ਤੁਰਿਆ ਨਹੀਂ ਜਾਂਦਾ ਹੂੰ ਕੁਛ ਖਾਣ ਨੂੰ ਮਿਲਿਆ ਤਾਂ ਉਠਾਂ ਤੁਰਾਂ ਨਹੀਂ ਤਾਂ ਬੈਠਾਂ ਹੂੰ ਬਾਬੇ ਕਹੇ ਆ ਠੀਕ ਹੈ ਭਾਈ ਇਹ ਥਾਹੀਂ ਬੈਠ ਮੈਂ ਚੱਬਦੇ ਆ ਜੀ ਕਿਸੇ ਪਾਸੇ ਗਏ ਹੂੰ ਖਾਣ ਪੀਣ ਦਾ ਸਮਾਨ ਆਪਣੇ ਹੱਥਾਂ 'ਚ ਲਿਆਂਦਾ ਹੂੰ ਆ ਗਏ ਗੋਡਿਆਂ ਭਾਰ ਜ਼ਮੀਨ ਤੇ ਬੈਠੇ ਭਾਈ ਮਰਦਾਨਾ ਜੀ ਨੇ ਖਾਣ ਪਦਾਰਥ ਲੈਣ ਵਾਸਤੇ ਆਪਣੇ ਹੱਥ ਫਲਾ ਦਿੱਤੇ ਹੂੰ ਸਾਖੀ 'ਚ ਲਿਖਿਆ ਭਾਈ ਜੀ ਇੰਉ ਸਾਡੇ ਅੱਗੇ ਹੱਥ ਨਾ ਫਲਾਓ ਹੂੰ ਸਾਡੇ ਹੱਥਾਂ ਵਿੱਚੋਂ ਇਸੇ ਤਰ੍ਹਾਂ ਖਾਓ ਤੁਸੀਂ ਸਾਨੂੰ ਭਲੇ ਲੱਗਦੇ ਆ। ਕੀ ਬਾਤ ਹੈ ਕੀ ਬਾਤ ਹੈ। ਹੁਣ ਤੁਸੀਂ ਇਹ ਦੇਖੋ ਕਿ ਆਪਣੀ ਪਰੰਪਰਾ 'ਚ ਇਹ ਹੈ ਨਾ ਕਿ ਗੁਰੂ ਦੀ ਸੇਵਾ ਸਿੱਖ ਕਰਨਗੇ। ਗੁਰੂ ਦੀ ਸੇਵਾ ਸਿੱਖ ਕਰਨਗੇ ਆਪਣਾ ਵਿਧਾਨ ਤਾਂ ਇਹ ਹੈ ਨਾ। ਲੇਕਿਨ ਆਪੇ ਗੁਰੂ ਚੇਲਾ ਦਸਮ ਪਾਤਸ਼ਾਹ ਵੀ ਸੀਗੇ ਗੁਰੂ ਨਾਨਕ ਦੇਵ ਜੀ। ਹਾਂ ਕਿੱਥੇ ਜਾ ਕੇ ਜਿਹੜੀ ਚੀਜ਼ਾਂ ਲਈ ਗੁਰੂ ਨਾਨਕ ਦੇਵ ਜੀ ਤੇ ਦਸਮ ਪਾਤਸ਼ਾਹ ਦੋਹਾਂ ਦੇ ਵਿੱਚ ਭੋਰਾ ਅੰਤਰ ਨਹੀਂ। ਇਹ ਆਪਣੇ ਗ੍ਰੰਥਕਾਰਾਂ ਨੇ ਵੀ ਲਿਖਿਆ ਕਿ ਅਣਜਾਣ ਲੋਕ ਫਰਕ ਕਰਨਗੇ ਇਹਨਾਂ 'ਚ ਕੋਈ ਫਰਕ ਨਹੀਂ। ਕੋਈ ਫਰਕ ਨਹੀਂ ਬਿਲਕੁਲ ਬਿਲਕੁਲ। ਸਾਰ ਇੱਕ ਜਿਹੜੀ ਤੁਸੀਂ ਬੁੱਧ ਬਾਰੇ ਵੀ ਲਿਖਿਆ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਦਾ ਤਾਂ ਤੁਸੀਂ ਬਹੁਤ ਹੀ ਨਿਤਨੇਮ ਮੰਗ ਪਾਠ ਬਹੁਤ ਪੜਿਆ ਹਨ ਸੁਨੰਦੇ ਵੀ ਤੁਸੀਂ ਅਕਸਰ ਇਹ ਤੁਸੀਂ ਈਸਾ ਤੇ ਮਰੀਮ ਬਾਰੇ ਵੀ ਕੁਛ ਨਹੀਂ ਮੈਂ ਇਸ ਤਰ੍ਹਾਂ ਨਹੀਂ ਮੈਂ ਯਸੂ ਮਸੀਹ ਨਾਲ ਪ੍ਰੇਮ ਹੈ ਸਾਰੇ ਵੱਡੇਰੇ ਸਨ ਲੇਕਿਨ ਮੈਂ ਤਿਲਚਸਪੀ ਮੈਨੂੰ ਉਦੋਂ ਹੋਈ ਕੁਝ ਜਾਣਨ ਦੇ ਬਹਿਰ ਪਹਿਲੀ ਗੱਲ ਤਾਂ ਇਹ ਕਿ ਮੇਰੇ ਸਿਲੇਬਸ ਦੇ ਵਿੱਚ ਸੰਸਾਰ ਦੇ ਧਰਮ ਨੇ ਇੱਕ ਤਾਂ ਹੁੰਦਾ ਨਾ ਸਿਲੇਬਸ ਤੁਹਾਡੀ ਡਿਊਟੀ ਹਮ ਇੱਕ ਹੁੰਦਾ ਤੁਹਾਡੀ ਰੁਚੀ ਹਮ ਬਤੌਰ ਡਿਊਟੀ ਤਾਂ ਮੈਨੂੰ ਸਭ ਤੋਂ ਦੋਨੋਂ ਚੀਜ਼ਾਂ ਰਿਲੇਟ ਕਰਦੀਆਂ ਵੱਖਰਾ ਵੱਖਰਾ ਹੁੰਦਾ ਨਾ ਤਾਂ ਉਹ ਸੂਰਤ ਦੇ ਵਿੱਚ ਮੈਨੂੰ ਗੌਤਮ ਸਿਧਾਰਥ ਦਾ ਜੀਵਨ ਵੀ ਚੰਗਾ ਲੱਗਿਆ ਤੇ ਉਹਨਾਂ ਦੇ ਬਚਨ ਵੀ ਚੰਗੇ ਲੱਗੇ ਹਮ ਤੇ ਇਸੇ ਤੁਸੀਂ ਜਿਹੜੀ ਗੱਲ ਕੀਤੀ ਯਸੂ ਮਸੀਹ ਦੀ ਉਹ ਮੈਂ ਇਰਵਿੰਗ ਸਟੋਨ ਦੀਆਂ ਦੋ ਕਿਤਾਬਾਂ ਪੜ੍ਹੀਆਂ ਹਮ ਇੱਕ ਲਾਸਟ ਆਫ ਆਰ ਲਾਈਫ ਹਮ ਇੱਕ ਐਗੋਨੀ ਐਂਡ ਐਕਸਟੇਸੀ ਹਮ ਇਹਨਾਂ ਦੋ ਕਿਤਾਬਾਂ ਚ ਇੱਕ ਚ ਮਾਈਕਲ ਐਂਜਲੋ ਦਾ ਜੀਵਨ ਹੈ ਇੱਕ ਚ ਵੌਨ ਗੋਗ ਦਾ ਹਮ ਹੁਣ ਮਾਈਕਲ ਐਂਜਲੋ ਬਾਰੇ ਜਾਂ ਵੌਨ ਗੋਗ ਬਾਰੇ ਲਿਖਣ ਵਾਸਤੇ ਇਹ ਨਹੀਂ ਹੈ ਕਿ ਸਧਾਰਨ ਬੰਦਾ ਲਿਖ ਦਊਗਾ ਇੱਕ ਚਿੱਤਰਕਾਰ ਹੈ ਦੂਸਰਾ ਬੁੱਤ ਤਰਾਸ਼ ਹੈ ਹੂੰ ਚਿੱਤਰਕਾਰੀ ਦੀ ਤੇ ਬੁੱਤ ਤਰਾਸ਼ੀ ਦੀ ਮਾਰਬਲ ਦੀ ਇਹ ਸਮਝ ਆਉਣੀ ਚਾਹੀਦੀ ਹੈ ਹੂੰ ਇਰਵਿੰਸਟੋਨ ਪਹਿਲਾਂ ਹਾਸਲ ਕਰਦਾ ਹੈ ਗਿਆਨ ਕਿ ਬੁੱਤ ਕਿਵੇਂ ਤਰਾਸ਼ਣੇ ਨੇ ਹੂੰ ਫਿਰ ਉਹ ਲਿਖਣ ਲੱਗਦਾ ਹੈ ਹੂੰ ਫਿਰ ਲਿਖਦਾ ਲਿਖਦਾ ਜਦੋਂ ਜ਼ਿਕਰ ਕਰਦਾ ਹੈ ਮਾਈਕਲ ਐਂਜਲੋ ਦਾ ਮਾਈਕਲ ਐਂਜਲੋ ਤਾਂ ਬਾਦਸ਼ਾਹ ਬੁੱਤ ਤਰਾਸ਼ੀ ਦਾ ਹੂੰ ਉਹ ਤਾਂ ਉਹਦੇ ਹੱਥਾਂ 'ਚ ਤਾਂ ਮਾਰਬਲ ਮੂਮ ਬਣ ਜਾਂਦੀ ਹੈ ਹੂੰ ਉਦੇ ਵਿੱਚ ਇਸ ਕੁਝ ਸੰਵਾਦ ਨੇ ਜਿਹੜੇ ਆਪਣੇ ਵਿਦਿਆਰਥ ਬੁੱਤ ਤਰਾਸ਼ੀ ਦੇ ਦੌਰਾਨ ਹਮ ਮਾਈਕਲ ਐਂਜਲੋ ਆਪਣੇ ਵਿਦਿਆਰਥੀਆਂ ਨਾਲ ਗੱਲਾਂ ਕਰਦਾ ਹੈ ਹਮ ਵਿਦਿਆਰਥੀਆਂ ਨੂੰ ਕਹਿੰਦਾ ਹੈ ਕਿ ਮੈਂ ਮਰੀਮ ਦਾ ਬੁੱਤ ਤਰਾਸ਼ਿਆ ਸੀ ਜਦੋਂ ਨਿੱਕਾ ਬਾਲਕ ਯਸੂ ਦੀ ਗੋਦ 'ਚ ਸੀ ਤੇ ਦੁੱਧ ਚੁੰਘਦਾ ਸੀ ਮੈਂ ਗਰੀਬਾਂ ਦੀਆਂ ਮਜ਼ਦੂਰਾਂ ਦੀਆਂ ਬਸਤੀਆਂ 'ਚ ਜਾ ਕੇ ਇੱਕ ਪਾਸੇ ਬੈਠਾ ਰਹਿੰਦਾ ਸੀ ਕਿਉਂਕਿ ਗਰੀਬ ਮਜ਼ਦੂਰ ਔਰਤਾਂ ਨੇ ਜਿਹੜੀਆਂ ਆਪਣੇ ਬੱਚੇ ਨੂੰ ਦੁੱਧ ਚੁਗਾਉਣ ਵੇਲੇ ਪੱਲਾ ਘੱਟ ਕਰਦੀਆਂ ਮੈਂ ਦੇਖਣਾ ਸੀ ਕਿ ਚਿਹਰਾ ਮਾਂ ਦਾ ਕਿਹੋ ਜਿਹਾ ਹੁੰਦਾ ਤੇ ਬੱਚੇ ਦਾ ਕਿਹੋ ਜਿਹਾ ਮੈਨੂੰ ਉਹਨਾਂ ਨੇ ਹਟਾਇਆ ਨਹੀਂ ਓਕੇ 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 ਇਹ ਭਲੇ ਲੋਕ ਸਨ ਜਿਨ੍ਹਾਂ ਨੇ ਮੇਰੇ ਤੇ ਇਤਬਾਰ ਕੀਤਾ ਇਤਬਾਰ ਕੀਤਾ ਇਹ ਨੈਣ ਨਕਸ਼ਣ ਜਿਹੜੇ ਮੇਰੇ ਦਿਲ ਤੇ ਉਕਰ ਦੇ ਗਏ ਤੇ ਮੈਂ ਪੱਥਰ ਆ ਕੇ ਪੱਥਰ ਤਰਾਸ਼ਦਾ ਹੂੰ ਉਹ ਜਿਹੜੀ ਮੂਰਤੀ ਸੀ ਉਹ ਤਰਾਸ਼ਨ ਵਕਤ ਜਿੰਨੇ ਮੈਨੂੰ ਮਹੀਨੇ ਲੱਗੇ ਸੁਖਦਾਈ ਬੀਤੇ ਓਕੇ ਮੈਂ ਯਸੂ ਨੂੰ ਤੇ ਮਰੀਮ ਨੂੰ ਯਾਦ ਕਰਦਾ ਰਿਹਾ ਆਨੰਦਿਤ ਹੁੰਦਾ ਰਿਹਾ ਬੰਦਗੀ ਕਰਦਾ ਰਿਹਾ ਓਕੇ ਓਕੇ ਫਿਰ ਮੈਨੂੰ ਇੱਥੋਂ ਦੇ ਗਵਰਨਰ ਨੇ ਆਖ ਦਿੱਤਾ ਕਿ ਬਹੁਤ ਮੂਰਤੀਆਂ ਮੈਂ ਉਦੋਂ ਤੱਕ ਕਢ ਚੁੱਕਿਆ ਸੀ ਤੇ ਇੱਕ ਹੁਣ ਲਾਸਟ ਹਮ ਮੂਰਤੀ ਕੜ ਕਿ ਮਾਂ ਮਰੀਮ ਦੀਆਂ ਬਾਹਾਂ ਚ ਲਾਸ਼ ਹੈ ਯਸੂਏ ਹਮ ਹੁਣ ਕਹਿੰਦਾ ਤਰਾਸ਼ਣੀ ਪੈਣੀ ਸੀ ਹਮ ਤਰਾਸ਼ ਦਿਆ ਗਿਆ ਲੇਕਿਨ ਮੇਰੇ ਮਨ ਚ ਜਿਹੜੇ ਖਿਆਲ ਆਉਂਦੇ ਰਹੇ ਹਮ ਆਪਣੇ ਵਿਦਿਆਰਥੀਆਂ ਨੂੰ ਦੱਸਦਾ ਉਹ ਇਸ ਤਰ੍ਹਾਂ ਦੇ ਸਨ ਹਮ ਕਿ ਸਾਖੀ ਸੁਣੀ ਅਸੀਂ ਮਰੀਮ ਕੋਲ ਫਰਿਸ਼ਤਾ ਆਇਆ ਸੀ ਜਿਬਰੀਲ ਹਮ ਕੁਆਰੀ ਸੀ ਉਦੋਂ ਹਮ ਆ ਕੇ ਇਹ ਸੁਨੇਹਾ ਦਿੱਤਾ ਸੀ ਕਿ ਰੱਬ ਦਾ ਹੁਕਮ ਹੈ ਕੁਆਰੀ ਬੇਟੇ ਨੂੰ ਜਨਮ ਦੇਣਗੀ ਹਮ ਮਾਂ ਬਣੇਗੀ ਬਿਲਕੁਲ ਮਰੀਮ ਨੇ ਇਤਰਾਜ਼ ਨਹੀਂ ਕੀਤਾ ਹਮ ਮੈਂ ਕੀ ਪਾਪ ਕੀਤੇ ਹੋਏ ਮੈਨੂੰ ਕਿਸ ਗੁਨਾਹ ਦੀ ਸਜ਼ਾ ਦੇ ਰਹੇ ਹੋ ਤੁਸੀਂ ਹਮ ਤੁਸੀਂ ਆਪਣੇ ਰੱਬ ਨੂੰ ਜਾ ਕੇ ਸਮਝਾ ਨਹੀਂ ਸਕਦੇ ਕਿ ਮੇਰੀ ਬਦਨਾਮੀ ਹੋਏਗੀ ਨਾ ਉਹਨਾਂ ਨੂੰ ਕੁਝ ਵੀ ਨਹੀਂ ਸੁਣਿਆ ਉਹਨੇ ਕੁਝ ਵੀ ਨਹੀਂ ਕਿਹਾ ਉਹ ਇੰਨੀ ਮਾਸੂਮ ਸੀ ਕਿ ਰੱਬ ਜੋ ਵੀ ਕਰਦਾ ਹੈ ਉਹ ਸਹੀ ਕਰਦਾ ਹੈ ਸਹੀ ਕਰਦਾ ਹੈ ਉਹਦੇ ਬੇਟਾ ਪੈਦਾ ਹੋਇਆ ਕਸ਼ਟ ਚੱਲੇ ਤੇ ਉਹਦੇ ਬੇਟੇ ਨੂੰ ਸਜ਼ਾ ਮਿਲੀ ਫਾਂਸੀ ਦੀ ਕ੍ਰਾਸ ਤੇ ਲਟਕਾਉਣ ਦੀ ਜਿਹੜਾ ਫਰਿਸ਼ਤਾ ਕਹਿੰਦਾ ਇਹੋ ਜੇ ਦੁਖਦਾਈ ਸਮੇਂ ਚ ਦੁਖੀ ਲੋਕਾਂ ਦੀ ਸਾਰ ਲਵੇ ਰੱਬ ਕੋਲ ਤਾਂ ਇਨਾ ਸਮਾਂ ਹੁੰਦਾ ਨਹੀਂ ਜਬਰੀਲ ਫਰਿਸ਼ਤਾ ਕੀ ਕਰਦਾ ਸੀ ਹੁਣ ਉਹ ਆ ਕਿ ਕਿਉਂ ਨਹੀਂ ਇਕੱਲੀ ਹੈ ਉੱਥੇ ਉਹਦਾ ਦੁੱਖ ਉਹ ਉਹਦੀ ਉਹਦੇ ਬੇਟੇ ਦੀ ਲਾਸ ਚੁੱਕਣ ਵਾਲਾ ਵੀ ਨਹੀਂ ਹੈ ਕੋਈ ਉੱਥੇ ਬਹੁਤ ਬਿਲਕੁਲ ਬਿਲਕੁਲ ਹੂੰ ਫਿਰ ਕਹਿੰਦਾ ਹੈ ਮਰੀਮ ਉਹ ਤਾਂ ਜਵਾਨ ਸੀ ਜਦੋਂ ਬੇਟਾ ਪੈਦਾ ਹੋਇਆ ਸੀ ਤੇ ਮੈਂ ਉਹਦਾ ਬੁੱਤ تراਸ਼ਿਆ ਸੀ ਮਾਰਬਲ ਹੂੰ ਹੁਣ ਉਹਦਾ ਬੇਟਾ ਜਵਾਨ ਹੋ ਗਿਆ ਇਹਦਾ ਮਤਲਬ ਮਰੀਮ ਬਿਰਧ ਹੋ ਗਈ ਨਾ ਹੁਣ ਵੱਡੀ ਹੋ ਗਈ ਹੂੰ ਉਮਰ ਦੀ ਅਧਖੜ ਔਰਤ ਹੋ ਗਈ ਨਾ ਹੁਣ ਮੈਂ ਉਹਨੂੰ ਵੱਡੀ ਉਮਰ ਦੀ ਔਰਤ ਬਣਾਵਾ ਹੂੰ ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਸਮਾ ਮਰੀਮ ਤੇ ਅਸਰ ਨਹੀਂ ਕਰੂਗਾ ਮਰੀਮ ਸਮੇਂ ਤੇ ਅਸਰ ਕਰੇਗੀ। ਕੀ ਬਾਤ ਹੈ ਕੀ ਬਾਤ ਹੈ। ਹੂੰ ਫਿਰ ਕਹਿੰਦਾ ਹੈ ਆਮ ਬੰਦੇ ਨੂੰ ਚੁੱਕਣਾ ਰਾਜੀ-ਵਾਜੀ ਬੰਦੇ ਨੂੰ ਚੁੱਕਣਾ ਸੌਖਾ। ਲਾਸ਼ ਦਾ ਭਾਰ ਬਹੁਤ ਔਖਾ ਹੁੰਦਾ ਹੈ। ਬਿਲਕੁਲ। ਇੱਕ ਤਾਂ ਲਾਸ਼ ਦਾ ਭਾਰ ਦੂਜਾ ਇਕਲੌਤਾ ਬੇਟਾ ਪੁੱਤਰ ਹੋਵੇ। ਉਹਦੀ ਮੌਤ ਦਾ ਸੱਲ। ਹੂੰ ਐਨੇ ਭਾਰ ਕਿਵੇਂ ਉਠਾਏਗੀ ਮਰੀਮ? ਕਿਵੇਂ ਉਠਾਏਗੀ ਮਰੀਮ? ਇਹ ਖਿਆਲ ਆਉਂਦੇ ਰਿਹਾ ਮੇਰੇ ਮਨ 'ਚ। ਹੂੰ ਤੋ ਇਹ ਗੱਲਾਂ ਸੁਣਦੇ ਆਂ ਤੇ ਪੜ੍ਹਦੇ ਆਂ ਐ ਨਹੀਂ ਲੱਗਦਾ ਵੀ ਸਾਡੀ ਪਰਿਵਾਰ ਹੈ ਇਹ ਬਿਲਕੁਲ ਬਿਲਕੁਲ ਸਰ ਸਾਡੇ ਪੁਰਖੇ ਬਿਲਕੁਲ ਸਾਡੇ ਪੁਰਖੇ ਨੇ ਹਾਂ ਸਾਡੇ ਪੁਰਖੇ ਨੇ ਜੇ ਅਸੀਂ ਨੂੰ ਆ ਥੋੜਾ ਜਿਹਾ ਅੱਗੇ ਆਉਨੇ ਆ ਤਾਂ ਉਹ ਜਿਹੜਾ ਹੈਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਨ ਪੂਰਨ ਭਗਤ ਨੂੰ ਜਦੋਂ ਅਸੀਂ ਵੇਖਦੇ ਆਂ ਬਿਲਕੁਲ ਤੁਸੀਂ ਮਤਲ ਹੁਣ ਇਹ ਵਡੇਰੇ ਨੇ ਜਿਹੜੇ ਤੁਸੀਂ ਵੀ ਜ਼ਿਕਰ ਕੀਤਾ ਮਹਾਤਮਾ ਬੁੱਧ ਇਹਨਾਂ ਦੀ ਪਰਵਰਸ਼ ਇਕਾਂਤ ਚ ਹੋਈ ਹਮ ਇਹ ਪੂਰਨ ਭਗਤ ਬਾਰੇ ਤਾਂ ਇਹ ਕਿਹਾ ਜਾਂਦਾ ਹੈ ਕਿ ਭੋਰੇ ਚ ਪਰਵਰਸ਼ ਹੋਈ ਹਮ ਕਿਉਂਕਿ ਪਿਤਾ ਨੂੰ ਇਹ ਡਰ ਸੀ ਜੋਤਸ਼ੀਆਂ ਨੇ ਦੱਸਿਆ ਸੀ ਕਿ ਬੁਰੀ ਸੰਗਤ ਚ ਨਾ ਪਏ ਜੇ ਇਸੇ ਤਰ੍ਹਾਂ ਸਿਦਾਰਥ ਸਿਦਾਰਥ ਨੂੰ ਵੀ ਦੁੱਖ ਤੋਂ ਦੂਰ ਰੱਖਣ ਵਾਸਤੇ ਉਹ ਕਿਉਂਕਿ ਇਕਾਂਤਵਾਸੀ ਸੀ ਸਿਦਾਰਥ ਵੀ ਆਪਣੇ ਦਰਸ਼ਕਾਂ ਨੂੰ ਸ਼ਾਇਦ ਕਿਤੇ ਦੱਸਿਆ ਹੋਵੇ ਮੈਂ ਜਾਂ ਕਿਤੇ ਪੜਿਆ ਹੋਵੇ ਕਿ ਮਹਾਰਾਜਾ ਸੁਦੋ ਉਹਦਨੇ ਇੰਨਾ ਪਿਆਰ ਕਰਦਾ ਸੀ ਕਿ ਤਿੰਨ ਮਹਿਲ ਬਣਵਾਏ ਗਰਮੀਆਂ 'ਚ ਰਹਿਣ ਲਈ ਵੱਖਰਾ ਮਹਿਲ ਠੰਡਾ ਸਰਦੀਆਂ 'ਚ ਰਹਿਣ ਲਈ ਨਿੱਗਾ ਚਬਾਸੀ ਦੇ ਦਿਨਾਂ ਵਾਸਤੇ ਵੱਖਰਾ ਮਹਿਲ ਕੀੜੇ ਪਤੰਗੇ ਸੱਪ ਇਹ ਇਹ ਦਖਲ ਨਾ ਦੇਣ ਕਿਤੇ ਮਹਿਲ 'ਚ ਮੇਰਾ ਯੁਵਰਾਜ ਕਸ਼ਟ ਨਾ ਚੱਲੇ ਜਦੋਂ ਸਿਦਾਰਥ ਨੇ ਜਵਾਨ ਸੀ ਜਦੋਂ ਫੈਸਲਾ ਕੀਤਾ ਕਿ ਮੈਂ ਸ਼ਹਿਰ ਦੇਖਣਾ ਹੈ ਉਦੋਂ ਖਾਸ احتیاط ਕਿ ਕੋਈ ਮਾੜਾ ਦ੍ਰਿਸ਼ ਨਾ ਦੇਖਾਂ ਆ ਨਾ ਜਾਵੇ ਇਹਦੇ ਅੱਗੇ ਨਾ ਤੇ ਮਾੜੇ ਦ੍ਰਿਸ਼ ਆ ਗਏ ਉਹ ਨਹੀਂ ਸੀ ਤਾਂ ਇੱਕ ਬਿਮਾਰ ਕਮਜ਼ੋਰ ਬੰਦਾ ਦੇਖਿਆ ਇੱਕ ਲਾਸ਼ ਦੇਖੀ ਲਾਸ਼ ਦੇਖੀ ਸਾਧੂ ਦੇਖਿਆ ਆਪਾਂ ਸਾਰੀ ਉਮਰ ਇਹ ਕੁਝ ਦੇਖਦੇ ਰਹੇ ਨੇ ਕੁਦਰਤੀ ਸਾਡੇ ਤੇ ਅਸਰ ਨਹੀਂ ਹੁੰਦਾ ਉਹਨਾਂ ਤੇ ਅਸਰ ਹੋਗੇ ਤੇ ਪੂਰਨ ਨੂੰ ਵੀ ਇਦਾਂ ਹੀ ਰੱਖਿਆ ਗਿਆ ਸੀ ਪੂਰਨ ਭਗਤ ਨੂੰ ਰੱਖਿਆ ਗਿਆ ਸੀ ਸੋ ਉਹ ਜਿਹੜੇ ਸੰਕਟ ਆਏ ਬਾਕੀ ਕਾਰਨ ਤਾਂ ਹੋਰ ਵਡੇਰੇ ਸਾਨੂੰ ਦੱਸਦੇ ਰਹਿਣਗੇ ਰੋਹਾਨੀ ਕੰਸਰਨ ਕੀ ਸੀ ਨਾ ਲੇਕਿਨ ਸਮਾਜਿਕ ਕੰਸਰਨ ਇਹ ਸੀ ਕਿ ਇਕਾਂਤਵਾਸੀ ਰਹੇ ਬਚਪਨ ਤੋਂ ਜਿਸ ਅਸੀਂ ਆਪਸ ਵਿੱਚ ਇੱਕ ਦੂਸਰੇ ਨਾਲ ਗੱਲਾਂ ਕਰ ਰਹੇ ਹਾਂ ਸੁਣ ਰਹੇ ਹਾਂ ਸੁਣਾ ਰਹੇ ਹਾਂ ਬਚਪਨ ਤੋਂ ਹੀ ਹੁਣ ਤੱਕ ਹੁਣ ਮਾਵਾਂ ਕੀ ਕਰਦੀਆਂ ਨੇ ਕਿ ਜਿਹੜੀਆਂ ਕਹਾਣੀਆਂ ਉਹਨਾਂ ਨੇ ਬੱਚਿਆਂ ਨੂੰ ਸੁਣਾਈਆਂ ਬੱਚਿਆਂ ਨੂੰ ਕੰਠ ਹੋ ਗਈਆਂ ਫਿਰ ਮਾਂ ਕਹਿੰਦੀ ਤੂੰ ਹੁਣ ਮੈਨੂੰ ਸੁਣਾ ਉਹ ਕਨਵਰਸੇਸ਼ਨ ਜਿਹੜੀ ਨਾ ਫਿਰ ਬੱਚੇ ਆਪਣੇ ਦੋਸਤਾਂ ਨੂੰ ਸੁਣਾਉਂਦੇ ਨੇ ਚਾਹੇ ਗੁੱਲੀ ਡੰਡਾ ਖੇਡਦੇ ਹੋਣ ਚਾਹੇ ਪਸ਼ੂ ਚਾਰਦੇ ਹੋਣ ਚਾਹੇ ਸਕੂਲ 'ਚ ਪੜ੍ਹਦੇ ਹੋਣ ਤਾਂ ਇਉਂ ਆਪਸ ਦੇ ਵਿੱਚ ਕਨਵਰਸੇਸ਼ਨ ਰਾਹੀਂ ਜਿਹੜਾ ਆਦਾਨ ਪ੍ਰਦਾਨ ਹੁੰਦਾ ਹੈ ਪੂਰਨ ਭਗਤ ਤੇ ਗੌਤਮ ਸਿਧਾਰਥ ਉਹਦੇ ਤੋਂ ਕੁਝ ਹੱਦ ਤੱਕ ਵੰਚਿਤ ਰਹੇ ਇਸ ਕਰਕੇ ਕੁਝ ਵੱਖਰੇ ਤਰ੍ਹਾਂ ਦਾ ਵਿਹਾਰ ਹੋ ਗਿਆ ਇਸ ਵੱਖਰੇ ਤਰ੍ਹਾਂ ਦਾ ਵਿਹਾਰ ਹੋ ਗਿਆ ਬਿਲਕੁਲ ਸਰ ਜਿੱਦਾਂ ਮੈਂ ਇੱਕ ਪਰਸਨਲ ਪ੍ਰਸ਼ਨ ਤੁਹਾਨੂੰ ਕਰ ਰਹੀ ਹਾਂ ਤੁਸੀਂ ਮਹਾਂਬੁੱਧ ਨੂੰ ਪੜਿਆ ਹਨ ਕੋਈ ਬਹੁਤ ਤਕੜੀ ਡਾਇਲੋਜੀ ਹੈ ਨਾ ਬੁੱਧ ਦੀ ਹੈਗੀ ਹੈ ਫਿਰ ਗੁਰੂ ਨਾਨਕ ਦੇਵ ਜੀ ਨੇ ਸਾਰੇ ਸਿੱਖ ਧਰਮ ਨੂੰ ਬਹੁਤ ਥੋਰੋਲੀ ਸਟਡੀ ਕੀਤਾ ਅਹ ਇਹ ਸਭ ਕਰਦੇ ਆ ਕਰਦੇ ਆ ਜਿੱਦਾਂ ਬੰਦਾ ਜਿੱਦਾਂ ਦਾ ਵੀ ਪੜਦਾ ਹੈ ਜਾਂ ਜਿੱਦਾਂ ਦੀ ਸੰਗਤ ਕਰਦੇ ਕੇ ਇਹਨੇ ਕਿ ਉਦਾਂ ਦਾ ਹੋ ਜਾਂਦਾ ਹੈ ਹਨਾ ਕਿਦਾਂ ਦਾ ਆਨੰਦ ਕਿਸੇ ਆਨੰਦ ਦੇ ਪਲਾਂ ਚੋਂ ਵੀ ਲੰਗੇ ਕਦੀ ਦਿਲ ਕੀਤਾ ਪਾਠ ਕਰ ਲਿਆ ਮੈਂ ਨਿਤਨੇਮ ਹੀ ਨਹੀਂ ਹਾਂ ਮਤਲਬ ਮੈਂ ਇੱਕ ਵਾਰ ਇਸ ਉਮਰ ਚ ਤਾਂ ਮੈਨੂੰ ਝੂਠ ਨਹੀਂ ਬੋਲਣਾ ਚਾਹੀਦਾ ਮੈਂ ਆਪਣੇ ਪਾਠਕਾਂ ਅੱਗੇ ਇਹ ਕਨਫੈਸ ਕਰਦਾ ਕਿ ਮੈਂ ਪਾਠ ਉਦੋਂ ਕਰਦਾ ਜਦੋਂ ਮੇਰਾ ਦਿਲ ਕਰੇ ਹੂੰ ਜਦੋਂ ਮੈਂ ਕਰਦਾ ਉਦੋਂ ਮੈਨੂੰ ਇਕਾਂਤ ਚਾਹੀਦੀ ਹ ਹ ਪਾਠ ਕਰਦਿਆਂ ਮੈਨੂੰ ਕਈ ਵਿਚਾਰ ਆ ਜਾਂਦੇ ਨੇ ਹ ਹ ਹੁਣ ਮਸਲਮ ਹ ਇਹਨਾਂ ਵਡੇਰਿਆਂ ਬਾਰੇ ਜਿਨ੍ਹਾਂ ਦੀ ਆਪਾਂ ਗੱਲਾਂ ਕੀਤੀਆਂ ਕਿ ਮੇਰੇ ਮਨ 'ਚ ਇਹ ਖਿਆਲ ਆਇਆ ਤੇ ਮੈਂ ਲਿਖਿਆ ਵੀ ਇਹ WhatsApp ਦੀ ਇੱਕ ਮੈਸੇਜ ਦੇ ਵਿੱਚ ਹ ਕਿ ਧਰਮ ਰਥ ਦਾ ਪਹੀਆ ਹ ਕੁਰਖੇਤਰ 'ਚ ਰੁਕਿਆ ਹੋਇਆ ਸੀ ਜਿਹੜਾ ਹ ਉਹ ਕ੍ਰਿਸ਼ਨ ਭਗਵਾਨ ਨੇ ਤੋੜਿਆ ਉਹਨੂੰ ਗੇੜਾ ਦਿੱਤਾ ਹ ਇਹ ਧਰਮ ਰਥ ਦਾ ਪਹੀਆ ਹੈ ਹ ਜਿਹਦੇ ਉੱਤੇ ਅਰਜੁਨ ਸਵਾਰ ਹੈ ਹ ਜਦੋਂ ਇਹ ਧਰਮ ਰਥ ਦਾ ਪਹੀਆ ਫਿਰ ਰੁਕ ਗਿਆ ਉਹਦੇ ਤੋਂ ਬਾਅਦ ਗੌਤਮ ਸਿਧਾਰਥ ਨੇ ਸਾਰਨਾਥ ਜੀ ਨੂੰ ਦੂਜਾ ਗੇੜਾ ਦਿੱਤਾ। ਕੀ ਬਾਤ ਹੈ। ਬੜਾ ਲੰਮਾ ਚੱਲਿਆ ਇਹ। ਫਿਰ ਰੁਕ ਗਿਆ। ਫਿਰ ਆਨੰਦਪੁਰ ਦੀ ਧਰ ਪਵਿੱਤਰ ਧਰਤੀ ਤੇ 1699 ਚ ਗੁਰੂ ਦਸਮ ਪਾਤਸ਼ਾਹ ਨੇ ਇਸੇ ਧਰਮ ਰਥ ਨੂੰ ਅਗਲਾ ਗੇੜਾ ਦਿੱਤਾ। ਕੀ ਬਾਤ ਹੈ। ਬਹੁਤ ਖੂਬ ਬਹੁਤ। ਤੋ ਇਹਨਾਂ ਬਿਡੇਰਿਆਂ ਅੱਗੇ ਤਾਂ ਆਪਾਂ ਮੱਥਾ ਟੇਕੀ ਜੋ ਕੁਝ ਹਾਸਲ ਕਰਨ ਦਾ ਆਪਾਂ ਨੂੰ ਮੌਕਾ ਮਿਲੇ ਹਾਸਲ ਕਰੀ ਮੈਂ ਤਾਂ ਵਡੇਰਿਆਂ ਦੇ ਚਰਨਾਂ 'ਚ ਹੁਣ ਤੱਕ ਬੈਠਦਾ ਵਡਿਆਂ ਤੋਂ ਵੱਡੀਆਂ ਗੱਲਾਂ ਸੁਣਦਾ ਕਿਤਾਬ ਦੀ ਦੱਸ ਹੁਣ ਮੇਰੇ ਪਾਠਕ ਇੰਨੇ ਮਿਹਰਬਾਨ ਹੋ ਗਏ ਕੋਈ ਕੋਈ ਤਾਂ ਮੈਨੂੰ ਕਿਤਾਬ ਹੀ ਭੇਜ ਦਿੰਦਾ ਇਹ ਕਿਤਾਬ ਪੜ ਕੇ ਦੇਖੋ ਕੋਈ ਕੋਈ ਮੈਨੂੰ ਕਿਤਾਬ ਦਾ ਟਾਈਟਲ ਦੱਸ ਦਿੰਦਾ ਹੈ ਦੱਸ ਦਿੰਦਾ ਤਾਂ ਫਿਰ ਉਹ ਨਾ ਜਿਵੇਂ ਜਿਵੇਂ ਉਹ ਕਹਿੰਦੇ ਨੇ ਆਹ ਕਿਤਾਬ ਟਰਾਂਸਲੇਟ ਕਰੋ ਇਸ ਕਿਤਾਬ ਤੇ ਟਿੱਪਣੀ ਦਿਓ ਫਿਰ ਉਹ ਕਰੀ ਜਾਂਦਾ ਸਰ ਜਿੱਦਾਂ ਤੁਸੀਂ ਬਹੁਤ ਜ਼ਿਆਦਾ ਤੁਹਾਡੀ ਸਟੱਡੀ ਹੈ ਕਿਤਾਬਾਂ ਬਹੁਤ ਜ਼ਿਆਦਾ ਪੜਦੇ ਹੋ ਤੁਸੀਂ ਕਹਿੰਦੇ ਵੀ ਮੈਂ ਕਿਤਾਬ ਤੋਂ ਬਿਨਾਂ ਜਾਂ ਸ਼ਬਦ ਤੋਂ ਬਿਨਾਂ ਨਹੀਂ ਰਹਿ ਸਕਦਾ ਹਨਾ ਪੜਦੇ ਹੋ ਤੁਸੀਂ ਇੱਕ ਚੰਗਾ ਪਾਠਕ ਬਣਨ ਵਾਸਤੇ ਤੇ ਕੀ ਗੁਰ ਦੱਸੋ ਕੋਈ ਕੋਈ ਗੁਰ ਨਹੀਂ ਹੈ ਇਹ ਇਹ ਕੁਝ ਗੱਲਾਂ ਕੁਦਰਤੀ ਹੁੰਦੀਆਂ ਨੇ ਮਸਲਨ ਮੈਂ ਕਨਫਿਊਸ਼ੀਅਸ ਦੇ ਇੱਕ ਲੰਮਾ ਲੇਖ ਲਿਖਿਆ ਹੂੰ ਇਹ ਗੌਤਮ ਤੋਂ ਤਾਸਕੀ ਤੱਕ ਕਿਤਾਬ ਚ ਦੂਜਾ ਲੇਖ ਹੈ ਹੂੰ ਕਨਫਿਊਸ਼ੀਅਸ ਅੱਜ ਤੋਂ 2500 ਸਾਲ ਪਹਿਲਾਂ ਹੋਏ ਜੀ ਉਹਨਾਂ ਦਾ ਕਥਨ ਹੈ ਹੂੰ ਹੂੰ ਕਿ ਮੈਂ ਕਈ ਸਾਲ ਉਡੀਕਦਾ ਰਿਹਾ ਹੂੰ ਹੂੰ ਕੋਈ ਦੇਵਤਾ ਅਸੀਸ ਦੇਣ ਆਲੀ ਧਰਤੀ ਉੱਤੇ ਨਹੀਂ ਆਇਆ ਜੀ ਕੋਈ ਪਰੀ ਆਪਣੇ ਹੱਥ 'ਚ ਕਿਤਾਬ ਲੈ ਕੇ ਮੈਨੂੰ ਦੇਣ ਵਾਸਤੇ ਨਹੀਂ ਉਤਰੀ। ਮੈਂ ਦਰਿਆ ਦੇ ਕਿਨਾਰੇ-ਕਿਨਾਰੇ ਇੱਕ ਦਿਨ ਤੁਰਦਾ ਜਾ ਰਿਹਾ ਸਾਂ। ਧਿਆਨ ਨਾਲ ਦੇਖਿਆ ਦਰਿਆ ਦੀ ਕਿਸੇ ਵੀ ਜੇਬ ਵਿੱਚ ਸਮੁੰਦਰ ਤੱਕ ਪਪਣ ਵਾਲਾ ਨਕਸ਼ਾ ਨਹੀਂ ਸੀ। ਪਰ ਉਹ ਸਮੁੰਦਰ ਤੱਕ ਪੜਿਆ ਕਿਉਂਕਿ ਸਮੁੰਦਰ ਉਹਦੀ ਕਿਸਮਤ 'ਚ ਲਿਖਿਆ ਹੋਇਆ ਸੀ। ਇਹ ਤਾਂ ਵੱਡਿਆਂ ਦੀ ਗੱਲ ਹੈ। ਮੈਂ ਇਹ ਨਹੀਂ ਕਹਿੰਦਾ ਕਿ ਮੈਂ ਵੱਡਿਆਂ 'ਚ ਹਾਂ। ਲੇਕਿਨ ਇਸ ਗੱਲੋਂ ਖੁਸ਼ ਕਿਸਮਤਾਂ ਕਿ ਜਿੱਡਾ ਕੋ ਹਾਂ ਮੇਰੇ ਲਿਖਤ ਪਾਠਕਾਂ ਨੇ ਪਸੰਦ ਕੀਤੀ। ਮੇਰੇ ਕੁਝ ਬੋਲ ਸਰੋਤਿਆਂ ਨੇ ਪਸੰਦ ਕੀਤੇ ਇਹਨਾਂ ਸਾਰਿਆਂ ਦਾ ਇਸ ਲਈ ਮੈਂ ਸ਼ੁਕਰਾਨਾ ਕਰਦਾ ਸਭ ਤੋਂ ੜੀ ਜਿਹੜੀ ਸ਼ੈਲੀ ਹੈ ਨਾ ਉਹਨੂੰ ਬਹੁਤ ਜ਼ਿਆਦਾ ਵਾਰਤਕ ਦੀ ਜਿਹੜੀ ਤੁਹਾਡੀ ਸ਼ੈਲੀ ਹੈ ਉਹਨੂੰ ਬਹੁਤ ਜ਼ਿਆਦਾ ਲੋਕ ਪਸੰਦ ਕਰਦੇ ਆ ਪਾਠਕ ਜਿਹੜਾ ਹੈਗੇ ਪਸੰਦ ਕਰਦੇ ਆ ਤੁਹਾਡਾ ਇੱਕ ਇਹ ਕਵਾਂਗੇ ਕਿ ਤੁਹਾਡਾ ਸੁਣਾਉਣ ਦੀ ਇੱਕ ਕਲਾ ਹੈ ਨਾ ਜਿਹੜੀ ਹੁੰਦੀ ਹੈ ਕਿ ਇੱਕ ਕਹਾਣੀ ਕਹਿਣ ਦੀ ਜਾਂ ਇੱਕ ਬਾਤ ਕਹਿਣ ਦੀ ਕਲਾ ਜਿਹੜੀ ਹੁੰਦੀ ਹੈ ਹਰੇਕ ਕੋਲੇ ਨਹੀਂ ਹੁੰਦੀ ਉਹ ਵੀ ਤੁਹਾਡਾ ਇੱਕ ਬਹੁਤ ਵੱਡਾ ਗੁਣ ਹੈ ਜਿਸ ਦੇ ਕਰਕੇ ਲੋਕ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਆ ਪਰ ਤੁਸੀਂ ਕਿੰਨਾਂ ਨੂੰ ਜਿਆਦਾ ਪੜਨਾ ਪਸੰਦ ਕਰਦੇ ਹੋ ਕੁਝ ਜਦੋਂ ਜਦ ਪ੍ਰੇਰਿਤ ਹੋਏ ਹੋ ਜਾਂ ਤੁਸੀਂ ਮੋਟੀਵੇਟ ਹੋਏ ਹੋ ਦੇਖੋ ਕਹਾਣੀਕਾਰ ਮੈਨੂੰ ਕੁਲਵੰਤ ਸਿੰਘ ਵਿਰਕ ਜਵਾਨੀ ਚ ਬੜੇ ਚੰਗੇ ਲੱਗੇ ਓਕੇ ਨਾਵਲਕਾਰ ਨਾਨਕ ਸਿੰਘ ਤੇ ਜਸਵੰਤ ਸਿੰਘ ਕਮਲ ਓਕੇ ਵਾਰਤਾਕਾਰਾਂ ਚੋਂ ਵਿਰਿਆਮ ਸੰਧੂ ਹਮ ਗੁਰਬਚਨ ਸਿੰਘ ਭੁੱਲਰ ਹਮ ਤੇ ਕਵਤਾਵਾ ਚੋਂ ਕਵਤਾਵਾ ਚੋਂ ਹਰਿੰਦਰ ਸਿੰਘ ਮਹਿਬੂਬ ਹਰਪਾਲ ਜਨ ਸਿੰਘ ਜਿਨ੍ਹਾਂ ਦੀ ਆਪਾਂ ਗੱਲ ਸੁਣਾਈ ਤੀ ਹਰਪਾਲ ਜਨ ਸਿੰਘ ਰੂਪ ਕੇ ਸ਼ਿਵ ਕੁਮਾਰ ਬਾਰੇ ਤੋਂ ਕੋਈ ਵਿਵਾਦ ਹੀ ਨਹੀਂ ਸਰ ਸ਼ਿਵ ਨੂੰ ਮਿਲੇ ਹੋ ਤੁਸੀਂ ਹਾਂ ਮੈਂ ਮੇਰੇ ਇੱਥੇ ਜਿਹੜੀ ਹਵੇਲੀ ਚ ਮੇਰਾ ਮੈਂ ਮੇਰਾ ਟਿਕਾਣਾ ਸੀ ਇੱਥੇ ਅਮਰਤਾ ਪ੍ਰੀਤਮ ਆਉਂਦੇ ਰਹਿੰਦੇ ਲਾਲੀ ਜੀ ਕੋਲ ਸ਼ਿਵ ਕੁਮਾਰ ਬਟਾਲੀ ਸਰਜੀਤ ਸਰਜੀਤ ਪਾਤਰ ਤਾਂ ਰਹਿੰਦੀ ਸੀ ਇੱਥੇ ਓਕੇ ਮਤਲਬ ਮੈਂ ਉਹ ਖੁਸ਼ਕਿਸਮਤ ਬੰਦਾ ਹਾਂ ਜਿਨ੍ਹਾਂ ਦੇ ਨਾਂ ਲਏ ਨੇ ਮੈਂ ਇਹਨਾਂ ਨੂੰ ਚਾਹ ਪਾਣੀ ਆਪਣੇ ਹੱਥੀਂ ਪਿਲਾਇਆ ਹੈ ਕੀ ਬਾਤ ਹੈ ਕੀ ਬਾਤ ਹੈ ਸਰ ਤੋ ਸ਼ਾਇਰਾ ਚੋਂ ਹੋਣ ਵਾਲਿਆਂ ਚ surjit patar ਅੱਛਾ ਲੱਗਦਾ ਮੈਨੂੰ جگਤਾਰ ਗਾਜ਼ਲਗੋ ਬਹੁਤ ਵਧੀਆ ਕੁਝ ਵਾਦ ਹੀ ਨਹੀਂ ਤੇ ਸਮਕਾਲੀਆਂ ਚ ਹਰਿੰਦਰ ਮਹਿਬੂਬ ਹਰਿੰਦਰ ਮਹਿਬੂਬ ਉਹਨਾਂ ਦੀ ਗੱਲ ਤੁਸੀਂ ਕੀਤੀ ਹੈ ਹਰਿੰਦਰ ਮਹਿਬੂਬ ਦੀ ਕਵਿਤਾ ਬਹੁਤ ਅੱਛੀ ਹੈ ਉਹਨਾਂ ਨੂੰ ਅਕਾਡੈਮਿਕਲੀ ਬਹੁਤ ਪੜਿਆ ਜਾਂਦਾ ਹੈ ਨਾ ਪਰ ਉਵੇਂ ਪਪੂਲਰ ਨਹੀਂ ਹੋਏ ਆਮ ਪਾਡ ਦਰਸ਼ਕਾਂ ਤੱਕ ਉਹ ਆਮ ਪਾਠਕਾਂ ਤੱਕ ਇਹਦਾ ਕੀ ਹੈ ਮੈਂ ਜੋ ਸਮਝਿਆ ਹਰਿੰਦਰ ਸਿੰਘ ਮਹਿਬੂਬ ਦਾ ਮੈਂ ਕਦਰਦਾਨ ਆ ਤੇ ਉਹਨਾਂ ਤੋਂ ਉਮਰ ਚ ਛੋਟਾ ਇਸ ਕਰਕੇ ਮੈਂ ਇਹ ਗੁਸਤਾਖੀ ਨਹੀਂ ਕਰ ਸਕਦਾ ਕਿ ਆਪਣਾ دوست ਕਹਾ ਪਾਠਕ ਹਾਂ ਮੈਂ ਸਹਿਜ ਰਚਿਓ ਖਾਲਸਾ ਕਿਤਾਬ ਮੈਂ ਦੋ ਵਾਰ ਪੜ੍ਹੀ ਇਸ ਯਤਨ ਨਾਲ ਕਿਤੇ ਵਿੱਚੋਂ ਕੁਝ ਨਿਕਲੇ ਕਿਉਂਕਿ ਮੈਂ ਪ੍ਰੋਫੈਸਰ ਰਿਆਸਿਕ ਸਟੱਡੀਜ਼ ਦਾ ਮੇਰੇ ਤੋਂ ਪੁੱਛਿਆ ਜਾਏਗਾ ਇਹ ਕਿਤਾਬ ਮਹੱਤਵਪੂਰਨ ਕਿਤਾਬਾਂ ਚੋਂ ਗਿਣੀ ਜਾਂਦੀ ਹੈ ਲੇਕਿਨ ਮੇਰੇ ਕੁਝ ਪਿੱੜ ਪੱਲੇ ਨਹੀਂ ਪਏ ਅੱਛਾ ਜਿਹੜੀ ਗੱਲ ਉਹਦੀ ਸ਼ਾਇਰੀ ਦੀ ਉਹ ਡੂੰਗਾ ਸ਼ਾਇਰ ਹੈ ਸ਼ਾਇਰ ਹੁੰਦੇ ਆ ਉਹਨੂੰ ਐਂ ਲੱਗਾ ਕਿ ਮੈਂ ਇਤਿਹਾਸਕਾਰ ਵੀ ਹੋ ਸਕਦਾ ਮੈਂ ਫਿਲਾਸਫਰ ਵੀ ਹੋ ਸਕਦਾ ਮੈਂ ਧਰਮ ਸ਼ਾਸਤਰੀ ਵੀ ਹੋ ਸਕਦਾ ਡਾਇਰੈਕਸ਼ਨਸ ਜੀ ਇਹ ਸਾਰਾ ਪਸੰਦ ਨਹੀਂ ਹੁੰਦਾ ਹੂੰ ਕਈ ਵੇਲੇ ਉਹ ਕਵਿਤਾ ਤੇ ਫੋਕਸ ਰੱਖਦੇ ਉਹਨਾਂ ਦੀ ਕਵਿਤਾ ਦੇ ਵਿੱਚ ਸੂਫੀ ਸੂਫੀਆਂ ਵਾਲਾ ਰਹਸ ਹੈ ਹੂੰ ਪ੍ਰੇਮ ਹੈ ਉਹਦੇ 'ਚ ਉਹਦੇ 'ਚ ਭਗਤੀ ਹੈ ਉਹਦੇ 'ਚ ਬੰਦਗੀ ਹੈ ਉਹਦੇ 'ਚ ਸੂਫੀ ਸ਼ਬਦਾਵਲੀ ਫਾਰਸੀ ਸ਼ਬਦਾਵਲੀ ਉਰਦੂ ਸ਼ਬਦਾਵਲੀ ਹੈ ਹੂੰ ਉਹ ਸਾਨੂੰ ਜਿਵੇਂ ਸੂਫੀ ਕਵੀਆਂ ਚ ਚੰਗੀ ਲੱਗੀ ਸਾਨੂੰ ਉਹ ਚੰਗੀ ਲੱਗਦੀ ਹੈ ਸ਼ੇਰ ਜ ਉਹਨਾਂ ਦਾ ਕੋਈ ਜ਼ਿਕਰ ਤੇ ਮੈਂ ਉਹਨਾਂ ਦੀਆਂ ਕਵਤਾਵਾਂ ਵੀ ਪੜ੍ਹੀਆਂ ਉਹਨਾਂ ਦੀ ਵਾਰਤਕ ਵੀ ਇਸ ਗੱਲੋਂ ਤੁਸੀਂ ਮੈਨੂੰ ਗੁਸਤਾਖ ਨਾ ਸਮਝੋ ਜੇ ਮੈਂ ਇਹ ਕਹਿੰਦਾ ਪੀ ਉਹਨਾਂ ਦੀ ਵਾਰਤਕ ਮੈਨੂੰ ਨਹੀਂ ਚੰਗੀ ਲੱਗੀ ਮੈਨੂੰ ਕੋਈ ਕੋਈ ਚੀਜ਼ ਨਹੀਂ ਚੰਗੀ ਲੱਗਦੀ ਉਹਨਾਂ ਦੀ ਕਵਿਤਾ ਮੈਨੂੰ ਬਹੁਤ ਚੰਗੀ ਯੂ ਮੀਨ ਕਿ ਉਹਨਾਂ ਨੇ ਫੋਕਸ ਨਹੀਂ ਕੀਤਾ ਹੈ ਨਾ ਹਾਂ ਜੋ ਕੀ ਕਾਰਨ ਹੋਇਆ ਕੀ ਨਹੀਂ ਹੋਇਆ ਨਹੀਂ ਪਤਾ ਲੇਕਿਨ ਉਹਨਾਂ ਦੇ ਇੱਕ ਦੋ ਗੀਤ ਅੱਜ ਕੱਲ WhatsApp ਤੇ ਗਾਏ ਵੀ ਨੇ ਯਾਨੇ ਮੁੰਡਿਆਂ ਨੇ ਉਹ ਪਿਆਰੇ ਨੇ ਆਵਾਜ਼ਾਂ ਵੀ ਸੋਹਣੀਆਂ ਨੇ ਤੇ ਉਹਨਾਂ ਨੇ ਗੀਤ ਵੀ ਸੋਹਣਾ ਚੁਣਿਆ ਮੈਨੂੰ ਵੀ ਕੁਝ ਗਜ਼ਲਾਂ ਕੁਝ ਗੀਤ ਕਪਤਾਵਾ ਉਹਨਾਂ ਦੀ ਯਾਦ ਸਨ ਆਪਣੇ ਸਰੋਤਿਆਂ ਦੀ ਦਿਲਚਸਪੀ ਵਾਸਤੇ ਜਾਣਕਾਰੀ ਵਾਸਤੇ ਦੋ ਤਿੰਨ ਸ਼ੇਰ ਜਿਹੜੀ ਉਹਨਾਂ ਦੀ ਇੱਕ ਗਾਜ਼ਲ ਮੈਨੂੰ ਚੰਗੀ ਲੱਗੀ ਉਹਦੇ ਸੁਣਾ ਦਿੰਨਾ ਤੇਰੇ ਵਾਂਗ ਹਵਾ ਵਿੱਚ ਵਲ ਪੈਂਦੇ ਅਸੀਂ ਰੋਹਿਆਂ ਦੇ ਵੱਲ ਚੱਲ ਪੈਂਦੇ ਤੇਰੇ ਵਾਂਗ ਹਵਾ ਵਿੱਚ ਵਲ ਪੈਂਦੇ ਅਸੀਂ ਰੋਹਿਆਂ ਦੇ ਵੱਲ ਚੱਲ ਪੈਂਦੇ ਤੈਨੂੰ ਢੱਕੀਆਂ ਵਿੱਚੋਂ ਭਾਲਣ ਲਈ ਅਸੀਂ ਨਾਲ ਛੁਦਾਈਆਂ ਰਲ ਪੈਂਦੇ ਜਦੋਂ ਹਵਾ ਨੂੰ ਦਸੀਏ ਨਾਂ ਤੇਰਾ ਉਹਦੀ ਗੋਦੀ ਤਰੇਲ ਦੇ ਫਲ ਪੈਂਦੇ ਕੀ ਬਾਤ ਹੈ ਕਿਆ ਬਾਤ ਹੈ ਜਦੋਂ ਹਵਾ ਨੂੰ ਦਸੀਏ ਨਾਂ ਤੇਰਾ ਉਹਦੀ ਗੋਦੀ ਤਰੇਲ ਦੇ ਫਲ ਪੈਂਦੇ ਸਾਡੀ ਖੇੜ ਨੂੰ ਚਾਲੂ ਰੱਖਣ ਲਈ ਰਾਤ ਅੰਬਰੀ ਦੀਵੇ ਬਲ ਪੈਂਦੇ ਕਿਆ ਬਾਤ ਹੈ ਬਹੁਤ ਅੱਛਾ ਹੋ ਸਕਦਾ ਕਿਤੇ ਮੈਂ ਕੋਈ ਗਲਤ ਉਚਾਰਨ ਕਰ ਗਿਆ ਹੋਵਾਂ ਕੁਝ ਕੋਈ ਸ਼ਬਦ ਕੋਈ ਸੈਂਟੈਂਸ ਕਿਉਂਕਿ ਜ਼ੁਬਾਨੀ ਹੈ ਤੂੰ ਆਪਾ ਕਨਫਰਮ ਕਰ ਲਾਂਗੇ ਮੂਲ ਪਾਠ ਕੀ ਹੈ ਲੇਕਿਨ ਬਤੌਰ ਕਵੀ ਮੈਂ ਪ੍ਰਣਾਮ ਕਰਦਾ ਹਰਿੰਦਰ ਸਿੰਘ ਮਹਿਬੂਬ ਹਮ ਸਰ ਕੁਝ ਕਲਾਸਿਕ ਕਿਤਾਬਾਂ ਜਿੱਦਾਂ ਤੁਸੀਂ ਬਹੁਤ ਲਿਟਰੇਚਰ ਕਲਾਸਿਕ ਲਿਟਰੇਚਰ ਪੜਿਆ ਹਨ ਕੋਈ ਸੁਜੈਸਟ ਕਰਨੀ ਚਾਹੋਗੇ ਵਧੀਆ ਕਿਤਾਬਾਂ ਪੜਨ ਵਾਸਤੇ ਆਹ ਪੜਿਆਂ ਜਿਹੜਾ ਟੈਗੋਰ ਨੂੰ ਤੁਸੀਂ ਪੜਿਆ ਕਿਹੜੀ ਕਿਤਾਬ ਜਿਸ ਨੂੰ ਜ਼ਿਆਦਾ ਵਧੀਆ ਲੱਗੀ ਜਦੋਂ ਤੱਕ ਆਪਾਂ ਟੈਗੋਰ ਨੂੰ ਨਹੀਂ ਪੜਦੇ ਤੁਹਾਡੀ ਜੀਵਨ ਤੇ ਰਚਨਾ ਕਿਤਾਬ ਵੀ ਟੈਗੋਰ ਦੀ ਹੈ ਟੈਗੋਰ ਤੇ ਕਿਤਾਬ ਮੇਰੇ ਤੋਂ ਯੂਨੀਵਰਸਿਟੀ ਨੇ ਧੱਕੇ ਨਾਲ ਲਖਾਈ ਮੈਂ ਤਿਆਰ ਨਹੀਂ ਸੀ ਜਦੋਂ ਨਾ ਹਟੀ ਯੂਨੀਵਰਸਿਟੀ ਕਿ ਇਹ ਅਸੀਂ ਤੁਹਾਨੂੰ ਚੁਣ ਲਿਆ ਲਿਖੋਗੇ ਤੁਸੀਂ ਫਿਰ ਉਹ ਮੈਨੂੰ ਅੰਗਰੇਜ਼ੀ ਦਾ ਸੈੱਟ ਦੇਗੇ ਇੱਕ ਹਿੰਦੀ ਦਾ ਸੈੱਟ ਦੇਗੇ ਉਹ ਫਿਰ ਮੈਂ ਦੋਵੇਂ ਸੈੱਟ ਪੜ੍ਹੇ ਤਾਂ ਫਿਰ ਮੇਰੇ ਮਨ 'ਚ ਇਹ ਆਇਆ ਕਿ ਮੈਂ ਗਲਤੀ ਕਰ ਬੈਠਾ ਸੀ ਨਾ ਕਰਕੇ ਮੈਨੂੰ ਨਾ ਨਹੀਂ ਕਰਨੀ ਚਾਹੀਦੀ ਸੀ ਇਹ ਡੀਵੜੀ ਸ਼ਖਸੀਅਤ ਉਹਦੇ 'ਚ ਰੂਹਾਨੀਅਤ ਹੈ ਉਹਦੇ 'ਚ ਸਾਦਗੀ ਹੈ ਉਹ ਉਹਦੇ ਬੋਲ ਉਹ ਖੁਦ ਵੀ ਬਚਪਨ ਬਾਰੇ ਕੁਝ ਆਪਣੇ ਐਕਸਪੀਰੀਅੰਸ ਦੱਸਦਾ ਹੈ ਲੇਕਿਨ ਉਹ ਖੁਦ ਵੀ ਸਾਰੀ ਉਮਰ ਬੱਚਾ ਹੀ ਰਿਹਾ ਤੇ ਉਹਦੇ ਕਥਨ ਵੀ ਹੋ ਜene ਲਿਖਦੇ ਨੇ ਮਹਾਨ ਪੁਰਖ ਸਾਰੀ ਉਮਰ ਬੱਚਾ ਹੋ ਕੇ ਰਹਿੰਦੇ ਹਮ ਮਹਾਪੁਰਖ ساری ਉਮਰ ਬੱਚਾ ਹੋ ਕੇ ਰਹਿੰਦਾ ਹੈ ਜਦੋਂ ਉਹ ਦੁਨੀਆ ਤੋਂ ਵਿਦਾ ਹੁੰਦਾ ਹੈ ਤਾਂ ਸੰਸਾਰ ਨੂੰ ਵੱਡਾ ਸਾਰਾ ਬਚਪਨ ਮਿਲਦਾ ਹੈ ਅਰੇ ਵਾਹ ਵਾਹ ਕੀ ਬਾਤ ਹੈ ਖੁਸ਼ ਆਦਗੀ ਦੇਖੋ ਤੁਸੀਂ ਰੱਬ ਨਾਲ ਗੱਲਾਂ ਕਰ ਰਿਹਾ ਹਾਂ ਤੂੰ ਜ਼ਖਮ ਦਿੱਤੇ ਪਿਤਾ ਮੈਂ ਤੇਰਾ ਸ਼ੁਕਰਾਨਾ ਕੀਤਾ ਜ਼ਖਮ ਰਾਜੀ ਹੋਏ ਮੈਂ ਤੇਰਾ ਸ਼ੁਕਰਾਨਾ ਕੀਤਾ ਤੇਰੇ ਅੱਗੇ ਹੁਣ ਮੇਰੀ ਬੇਨਤੀ ਹੈ ਇੱਕ ਰਾਜ਼ੀ ਹੋਏ ਜ਼ਖਮਾਂ ਦੇ ਨਿਸ਼ਾਨ ਤਾਂ ਦੇਖ ਲੈਂਗੇ ਇੱਕ ਵਾਰ ਕੀ ਬਾਤ ਹੈ ਕੀ ਬਾਤ ਹੈ ਜਿਹੜੀ ਜੜੀ ਹਾਂ ਜਿਹੜੀ ਡੂੰਗਾਈ ਹੈ ਹਨਾ ਹਾਂ ਬਿਲਕੁਲ ਆਪਣੀ ਧੀ ਨੂੰ ਚਿੱਠੀ ਲਿਖਦੇ ਹੂੰ ਚਿੱਠੀ 'ਚ ਲਿਖਦੇ ਆਂ ਵਾਕ ਨੇ ਹੂੰ ਪਹਾੜਾਂ 'ਚੋਂ ਨਿਕਲ ਕੇ ਹੱਸਦੀਆਂ ਗਾਉਂਦੀਆਂ ਨੱਚਦੀਆਂ ਟੱਪਦੀਆਂ ਨਦੀਆਂ ਹਜ਼ਾਰਾਂ ਮੀਲ ਦੂਰ ਜਾ ਕੇ ਇਹ ਭੁੱਲ ਜਾਂਦੀਆਂ ਨੇ ਕਿ ਅਸੀਂ ਕਿੱਥੋਂ ਆਈਆਂ ਹੂੰ ਜਿਸ ਪਹਾੜ 'ਚੋਂ ਨਿਕਲ ਕੇ ਗਈਆਂ ਨੇ ਉਹ ਪਹਾੜ ਉਹਨਾਂ ਨੂੰ ਭੁਲਾ ਨਹੀਂ ਸਕਦਾ ਕੀ ਬਾਤ ਹੈ ਕੀ ਬਾਤ ਆਪਣੀ ਧੀ ਨੂੰ ਚਿੱਠੀ ਲਿਖ ਰਹੇ ਹੋ ਬਿਲਕੁਲ ਬਿਲਕੁਲ ਹਾਂ ਕਿਉਂਕਿ ਤੇ ਇਹ ਤੁਸੀਂ ਦੂਰ ਦੂਰ ਚਲੇ ਗਏ ਸਾਰੇ ਜਣੇ ਹੂੰ ਮੈਂ ਤੇ ਤੇਰੀ ਮਾਂ ਅਸੀਂ ਦੋਵੇਂ ਇਕੱਲੇ ਬੈਠੇ ਰਹਨੇ ਆਂ ਹੂੰ ਕਦੋਂ-ਕਦੋਂ ਹਾਰਾਂ ਹੋਈਆਂ ਕਿੱਥੇ-ਕਿੱਥੇ ਸੱਟਾਂ ਖਾਧੀਆਂ ਇਹ ਗੱਲਾਂ ਯਾਦ ਕਰ ਕਰ ਅਸੀਂ ਹੱਸ ਪੈਂਦੇ ਆਂ ਹੂੰ ਕਿਆ ਬਾਤ ਹੈ ਕਿਆ ਬਾਤ ਹੈ ਹਾਂ ਫੇਰ ਇੱਕ ਹੋਰ ਸੁਣੋ ਹੂੰ ਮੇਰਾ ਘਰ ਤੰਗ ਹੈ ਨਾ ਪਿਤਾ ਹਾਂ ਇਸ ਲਈ ਜਿਹੜਾ ਮਹਿਮਾਨ ਇੱਕ ਵਾਰੀ ਚਲਾ ਜਾਂਦਾ ਹੈ ਮੁੜ ਕੇ ਨਹੀਂ ਪਰਤਦਾ ਹੂੰ ਮੇਰਾ ਘਰ ਤੰਗ ਹੈ ਨਾ ਪਿਤਾ ਇਸ ਲਈ ਜਿਹੜਾ ਮਹਿਮਾਨ ਇੱਕ ਵਾਰੀ ਚਲਾ ਜਾਂਦਾ ਹੈ ਮੁੜ ਕੇ ਨਹੀਂ ਵਾਪਸ ਆਉਂਦਾ ਨਹੀਂ ਹਾਂ ਪਰਤਦਾ ਹੂੰ ਤੇਰਾ ਘਰ ਵੱਡਾ ਹੂੰ ਤੇਰਾ ਦਿਲ ਵੱਡਾ ਹੂੰ ਵਿਛੜੇ ਮਹਿਮਾਨਾਂ ਦੇ ਪਿੱਛੇ-ਪਿੱਛੇ ਮੈਂ ਵੀ ਤੇਰੇ ਕੋਲ ਆਣ ਲੱਗਿਆ ਹੂੰ ਮੈਨੂੰ ਆਪਣੇ ਘਰ 'ਚ ਰਹਿਣ ਲਈ ਥੋੜੀ ਜੀ ਥਾਂ ਦੇਈ ਇਸ ਤੰਗ ਘਰ 'ਚ ਦੁਬਾਰਾ ਨਾ ਭੇਜੀਂ ਪਿੱਥਾ ਦੁਬਾਰਾ ਨਾ ਭੇਜੀਂ ਕੀ ਬਾਤ ਹੈ ਦੇਖੋ ਨਾ ਸਰ ਜਿੱਦਾਂ ਤੁਸੀਂ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਕਿ ਜਿਹੜਾ ਪੰਜਾਬੀ ਬੰਦਾ ਆ ਜਿਹੜਾ ਪਾਠਕ ਖਾਸ ਤੌਰ ਤੇ ਉਹ ਟੈਗੋਰ ਨੂੰ ਬਾਲਾ ਪਸੰਦ ਨਹੀਂ ਕਰਦੇ ਪੜਨਾ ਜਾਂ ਤੁਸੀਂ ਕਹੋ ਕਿ ਉਹ ਤੱਕ ਪਹੁੰਚ ਨਹੀਂ ਕਰਦੇ ਤੁਸੀਂ ਇੱਕ ਬੰਦੇ ਦੀ ਗੱਲ ਕੀਤੀ ਹੈ ਮੈਂ ਦੋ ਦੀ ਕਰਾਂਗਾ ਇੱਕ ਤਾਂ ਟੈਗੋਰ ਨੂੰ ਪੰਜਾਬੀ ਪਸੰਦ ਨਹੀਂ ਕਰਦੇ ਦੂਜਾ ਮਹਾਤਮਾ ਗਾਂਧੀ ਨੂੰ ਪੰਜਾਬੀ ਪਸੰਦ ਨਹੀਂ ਕਰਦੇ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਇਹਨਾਂ ਦੇ murid ਹੋ ਜਾਓ ਲੇਕਿਨ ਇਹਨਾਂ ਨੂੰ ਜਾਣਨਾ ਤਾਂ ਬਹੁਤ ਜ਼ਰੂਰੀ ਹੈ ਜ਼ਰੂਰੀ ਹੈ ਟੈਗੋਰ ਨੂੰ ਪੜ੍ਹੇ ਬਗੈਰ ਰੂਹਾਨੀ ਕਵਿਤਾ ਦਾ ਪਤਾ ਨਹੀਂ ਲੱਗਣਾ ਟੈਗੋਰ ਨੂੰ ਨਾ ਪੜ੍ਹਿਆ ਤਾਂ ਨੁਕਸਾਨ ਅਸੀਂ ਖੁਦ ਆਪ ਕਰਾਂਗੇ ਇਸੇ ਤਰ੍ਹਾਂ ਪੋਲਿਟਿਕਸ ਕੀ ਹੁੰਦੀ ਹੈ ਉਹ ਗਾਂਧੀ ਤੋਂ ਕੁਝ ਨਾ ਕੁਝ ਸਿੱਖਣ ਵਾਲਾ ਹੈ ਸਿੱਖਣ ਵਾਲਾ ਮੈਂ ਇੱਕ ਐਗਜ਼ਾਮਪਲ ਦਿਆਂਗਾ ਇੱਥੇ ਸਰ ਵੱਡਿਆਂ ਲੀਡਰਾਂ ਨੂੰ Shimla Viceroy Bhavan ਹੈ ਹੂੰ ਉਹਦੇ ਚ ਸੱਦਾ ਮਿਲਿਆ ਕਿ ਸਰਕਾਰ ਵਾਇਸਰਾਏ ਆਏ ਨੇ ਗੱਲਾਂ ਕਰਨਗੇ ਜਨਾਬ ਮਾਸਟਰ ਤਾਰਾ ਸਿੰਘ ਸਾਰੇ ਗਏ ਸਨ ਇਦੋਂ ਮਹਾਤਮਾ ਗਾਂਧੀ ਗਏ ਸਨ ਇੱਕ 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 ਘਟਨਾ ਤੇ ਇੱਕ ਸੈਂਟੈਂਸ ਸੁਣਾਵਾਂਗਾ ਸਰ ਹੂੰ ਵਾਇਸਰਾਏ ਕਹਿੰਦਾ ਨਿਤ ਨਿਤ ਭੁੱਖ ਹੜਤਾਲਾਂ ਨਿਤ ਨਿਤ ਚੱਕਾ ਜਾਮ ਭਾਰਤ ਬੰਦ ਹੂੰ ਤਾਨੂੰ ਵੀ ਤਕਲੀਫ ਤਾਂ ਹੁੰਦੀ ਹੈ ਸਾਨੂੰ ਵੀ ਤਕਲੀਫ ਹੁੰਦੀ ਹੈ ਮਿਸਟਰ ਗਾਂਧੀ ਸਾਡੇ ਲਾਚ ਕਿੱਥੇ ਨੁਕਸ ਹੈ ਮੈਨੂੰ ਦੱਸੋ ਮੈਂ ਨੁਕਸ ਦੂਰ ਕਰਾਂਗਾ ਤੁਹਾਡੇ ਕਲਚਰ ਵਾਸਤੇ ਕਿਹੜਾ ਲਾਹ ਹੈ ਨਹੀਂ ਮੈਂ ਉਹ ਬਣਾਵਾਂਗਾ ਆਈ ਅਸ਼ੂਰ ਮਿਸਟਰ ਗਾਂਧੀ ਆਈ ਵਾਂਟ ਟੂ ਗਿਵ ਯੂ ਗੁੱਡ ਗਵਰਨਮੈਂਟ ਮਹਾਤਮਾ ਗਾਂਧੀ ਕਹਿੰਦੇ ਸਰ ਆਈ ਡੋਨਟ ਨੀਡ ਯੂਰ ਗੁੱਡ ਗਵਰਨਮੈਂਟ ਆਈ ਵਾਂਟ ਮਾਈ ਗਵਰਨਮੈਂਟ ਅਰੇ ਵਾਹ ਇਹ ਹੈ ਜਿਵੇਂ ਅਰਜਨ ਨੂੰ ਅਰਜਨ ਨੂੰ ਚਿੜੀ ਦੀ ਅੱਖ ਦੇ ਸਿੱਧੀ ਸੀ ਨਾ ਬਾਕੀਆਂ ਨੂੰ ਤਾਂ ਕਈਆਂ ਨੂੰ ਤਾਂ ਦਰਖਤ ਵੀ ਨਹੀਂ ਦਿਸਿਆ ਸੀ ਜਿਨ੍ਹਾਂ ਨੂੰ ਦਰਖਤ ਦੇ ਸਿਗਾ ਚਿੜੀ ਨਹੀਂ ਦਿਸੀ ਅਰਜਨ ਨੂੰ ਚਿੜੀ ਦੀ ਅੱਖ ਦੇ ਸਿੱਸੀ ਇਸ ਤਰ੍ਹਾਂ ਗਾਂਧੀ ਨੂੰ ਆਪਣੇ ਮਿਸ਼ਨ ਦਾ ਪਤਾ ਉਹਦੇ ਨਾਲ ਡਿਸਐਗਰੀ ਕਰੋ ਟੈਗੋਰ ਨਾਲ ਡਿਸਐਗਰੀ ਕਰੋ ਲੇਕਿਨ ਉਹਨਾਂ ਨੂੰ ਜਾਣਨ ਤੋਂ ਬਾਅਦ ਉਹਨਾਂ ਨੂੰ ਪੜਨ ਤੋਂ ਬਾਅਦ ਸਾਡਾ ਫਰਜ਼ ਹੈ ਕਿ ਇਹਨਾਂ ਨੂੰ ਪੜੀਏ ਤੇ ਫਿਰ ਆਪਾਂ ਦਸੀਏ ਕਿ ਇਹ ਸਾਡੇ ਮੇਜ ਦੇ ਹਨ ਨਹੀਂ ਅਸੀਂ ਬਿਲਕੁਲ 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 ਸਰ ਤੁਹਾਡੀ ਆਉਣ ਵਾਲਾ ਪ੍ਰੋਜੈਕਟ ਕੀ ਹੈ ਕੀ ਦੇ ਰਹੇ ਹੋ ਪੰਜਾਬੀ ਪਾਠਕਾਂ ਨੂੰ ਕੀ ਨਵਾਂ ਜਿਹੜਾ ਹੈਗਾ ਦੇਖੋ ਤਾਜ਼ਾ ਤਾਜ਼ਾ ਤਾਂ ਮੇਰੀ ਕਿਤਾਬ ਜਿਹੜੀ ਤੋਕਤਾ ਬਾਈਆਂ ਉਹ ਪ੍ਰੈਸ 'ਚ ਆ ਚੁੱਕੀ ਆ ਇੱਕ ਤਾਂ ਪ੍ਰਾਸ਼ਰ ਪ੍ਰਸ਼ਨ ਇਹ ਸਿੱਖ ਧਰਮ ਸ਼ਾਸਤਰ ਹੈ ਸਰਦਾਰ ਕਪੂਰ ਸਿੰਘ ਜੀ ਦਾ ਅੰਗਰੇਜ਼ੀ ਦੀ ਲਿਖਤ ਬਹੁਤ ਔਖੀ ਅੰਗਰੇਜ਼ੀ ਵਰਤੀ ਉਹਨਾਂ ਨੇ ਮੈਂ ਮੁੱਖ ਬੰਦ ਦੇ ਵਿੱਚ ਇਹਨਾਂ ਮੁਸ਼ਕਲਾਂ ਦਾ ਜ਼ਿਕਰ ਕੀਤਾ ਪੰਜਾਬੀ 'ਚ ਚਾਹੀਦੀ ਸੀ ਸੌਖੀ ਪੰਜਾਬੀ ਚਾਹੀਦੀ ਸੀ ਉਹ ਕਰ ਦਿੱਤੀ ਛਪ ਗਈ ਤੇ ਪਾਠਕਾਂ ਦੇ ਹੱਥਾਂ 'ਚ ਦੂਸਰੀ ਕਿਤਾਬ ਜਿਹੜੀ ਮੇਰੀ ਆਈ ਹੈ ਉਹ ਅੱਜ ਦਾ ਕਰ ਕੀਤਾ ਸੀ ਹੁਣ ਜਪਾਨ ਦਾ ਸ਼ਹਿਰ ਕਾਕੂਜ਼ੋ ਕਾਕੁਰਾ ਉਹਨਾਂ ਦੀ ਕਿਤਾਬ ਹੈ ਦ ਬੁੱਕ ਆਫ ਟੀ ਇਹ ਇਹਦਾ ਨਾਮ ਚਾਹ ਨਾਮਾ ਰੱਖ ਕੇ ਮੈਂ ਛਕਵਾ ਦਿੱਤਾ ਇਹ ਲਾਹੌਰ ਬੁੱਕ ਨੇ ਛਾਪੀ ਹੈ ਪਾਠਕ ਇਹਦੀ ਪਹਿਲੀ ਐਡੀਸ਼ਨ 1 ਮਹੀਨੇ ਚ ਖਤਮ ਹੋ ਗਈ ਓਕੇ ਯਾਨੀ ਇਹ ਕਿਹਾ ਜਾਂਦਾ ਹੈ ਕਿ ਪਾਠਕ ਨਹੀਂ ਮਿਲਦੇ ਮਿਲਦੇ ਨੇ ਪਾਠਕਾਂ ਨੂੰ ਲਿਖਤ ਨਹੀਂ ਮਿਲਦੀ ਹਮ ਰਿਹਾ ਸਵਾਲ ਤੁਹਾਡਾ ਕੀ ਅਗਲਾ ਪ੍ਰੋਜੈਕਟ ਕੀ ਹੈ ਅਗਲਾ ਪ੍ਰੋਜੈਕਟ ਮੇਰਾ ਗੀਤਾ ਦਾ ਪੰਜਾਬੀ ਅਨੁਵਾਦ ਗੀਤਾ ਦਾ ਅਨੁਵਾਦ ਕਰਨ ਦਾ ਮਨ ਦੇ ਵਿੱਚ ਖਿਆਲ ਕਿਵੇਂ ਆਇਆ ਜਾਂ ਤੁਸੀਂ ਕਿਵੇਂ ਚੁਣਿਆ ਇਸ ਨੂੰ ਗੀਤਾ ਨੂੰ ਇੱਕ ਤਾਂ ਆਪ ਜ਼ਿਕਰ ਕੁਝ ਆ ਹੀ ਗਿਆ ਕਿ ਇਹ ਇੱਕੋ ਹੀ ਧਰਮ ਰਥ ਹੈ ਤੇ ਇੱਕੋ ਤਰ੍ਹਾਂ ਦੇ ਮਹਾਂਪੁਰਖ ਨੇ ਗੀਤਾ ਦਾ ਮੇਰੇ ਮਨ ਚ ਖਿਆਲ ਇਸ ਲਈ ਆਇਆ ਕਿ ਪੰਜਾਬ ਦੀ ਧਰਤੀ ਤੇ ਉਚਾਰਿਆ ਗਿਆ ਹੈ ਗ੍ਰੰਥ ਪੰਜਾਬੀਆਂ ਦੇ ਸਾਮਰਤਕ ਪੰਜਾਬੀਆਂ ਦੇ ਸਾਹਮਣੇ ਹੁਣ ਇਹ ਆਪਣੇ ਪਾਠਕਾਂ ਨੂੰ ਪਤਾ ਹੋਵੇ ਸ਼ਾਇਦ ਕਿ ਐ ਨਹੀਂ ਹੁੰਦਾ ਜਦੋਂ ਯੁੱਧ ਜਦੋਂ ਹੁੰਦਾ ਹੈ ਨਾ ਵੀ ਐਤਕੀ ਆਪਾਂ ਚਲੋ ਲਾਹੌਰ ਜੰਗ ਕਰਦੇ ਆ ਚਲੋ ਐਤਕੀ ਆਪਾਂ ਫਿਰ ਆਪਾਂ ਜੋਧਪੁਰ ਜੰਗ ਕਰਦੇ ਆ ਐ ਥੋੜਾ ਯੁੱਧ ਹੁੰਦੇ ਨੇ ਯੁੱਧ ਬਾਉਂਡਰੀ ਤੇ ਹੁੰਦੇ ਨੇ ਕੁਰਖ ਖੇਤਰ ਸੀ ਜਿਹੜੀ ਕੌਰਵਾਂ ਤੇ ਪਾਂਡਵਾਂ ਦੀ रियासत ਦੀ ਹੱਦ ਸੀ ਕੁਰਖੇਤਰ ਕੁਰਖੇਤਰ ਦੇ ਪੱਛਮ ਵਾਲੇ ਪਾਸੇ ਕੌਰਵਾ ਦਾ ਰਾਜ ਸੀ ਹੂੰ ਕੁਰਖੇਤਰ ਦੇ ਪੂਰਬ ਵਾਲੇ ਪਾਸੇ ਪਾਂਡਾ ਦਾ ਰਾਜ ਸੀ ਹੂੰ ਤੋ ਦੇ ਆਪਣੇ ਯਾਦ ਕਰਾ ਦਿਆਂ ਆਪਣੇ ਦਰਸ਼ਕਾਂ ਨੂੰ ਹੂੰ ਕਿ ਕੌਰਵਾ ਦੇ ਨਾਨਕੇ ਅਫਗਾਨਿਸਤਾਨ ਸਨ ਓਕੇ ਉਹਨਾਂ ਦੀ ਮਾਂ ਗੰਧਾਰੀ ਹੈ ਹੂੰ ਗੰਧਾਰੀ ਕੰਧਾਰ ਦੀ ਸੀ ਹੂੰ ਗੰਧਾਰ ਨਰੇਸ਼ ਨੇ ਸ਼ਗਣੀ ਮਾਮਾ ਜੀ ਹੂੰ ਸ਼ਕੁਨੀ ਹੂੰ ਸ਼ਕੁਨੀ ਤੋ ਅਫਗਾਨਿਸਤਾਨ ਤੇ ਆਪ ਲੈਂਦਾ ਸਾਰਾ ਪੰਜਾਬ ਯਾਨੀ ਕਿ ਪਾਕਿਸਤਾਨ ਇਹ ਸਾਰਾ ਕੁਰਬਾਨਾ ਦਾ ਸੀ ਹੂੰ ਇਧਰਲਾ ਪੰਡੋਂ ਆਉਂਦਾ ਮੈਂ ਇਹ ਦੇਖਿਆ ਕਿ ਇਹ ਪੰਜਾਬ ਦਾ ਇਲਾਕਾ ਹੈ ਪੰਜਾਬ ਦੇ ਯੋਧਿਆਂ ਨੇ ਯੁੱਧ ਕੀਤਾ ਖੂਨ ਖਾਰ ਤੇ ਉਹਨਾਂ ਨੂੰ ਯੁੱਧ ਤੋਂ ਹਟਾਣ ਲਈ ਜਾਂ ਯੁੱਧ ਤੋਂ ਪ੍ਰੇਰਿਤ ਕਰਨ ਲਈ ਕ੍ਰਿਸ਼ਨ ਜੀ ਮਹਾਰਾਜ ਮੌਜੂਦ ਨੇ ਹੂੰ ਤੋਂ ਪੰਜਾਬੀਆਂ ਵਾਸਤੇ ਪੰਜਾਬੀਆਂ ਦੇ ਜੰਗ ਸਦਕਾ ਇਹ ਗ੍ਰੰਥ ਉਤਰ ਤੇ ਪੰਜਾਬੀ ਇਹਨੂੰ ਭੁੱਲ ਗਏ ਹੂੰ ਆਖਰਕਾਰ ਸਾਡੇ ਵਡੇਰੇ ਸਨ ਉਹ ਐਗਜੈਕਟਲੀ ਬਿਲਕੁਲ ਸਾਡਾ ਕੋ ਰਿਸ਼ਤਾ ਦਾ ਹੈਗਾ ਸੀ ਉਹਨਾਂ ਨਾਲ ਕਿ ਨਹੀਂ ਹੂੰ ਤਾਂ ਇਹ ਗ੍ਰੰਥ ਇੱਥੇ ਉਚਾਰਿਆ ਗਿਆ ਪੰਜਾਬੀ ਇਹਨੂੰ ਭੁੱਲ ਗਏ ਮੈਂ ਇਸ ਮੁਖਬੰਦ ਦੇ ਵਿੱਚ ਇਸ ਕਿਤਾਬ ਦੇ ਟਰਾਂਸਲੇਸ਼ਨ ਦੇ ਇਹ ਵੀ ਲਿਖਿਆ ਹੂੰ ਕਿ ਪੰਜਾਬੀ ਕਿਉਂ ਭੁੱਲ ਗਏ ਹੂੰ ਇਸ ਕਰਕੇ ਕਿ ਗੀਤਾ ਦਾ ਜਿਹੜਾ ਕਰਮ ਖੇਤਰ ਹੈ ਉਹਦੇ ਚ ਦਾਖਲ ਪੰਜਾਬੀ ਹੋ ਚੁੱਕੇ ਤੇ ਉਹਦੇ ਚ ਨਿਕਲ ਨਹੀਂ ਸਕਦੇ ਪੰਜਾਬੀਆਂ ਤੇ ਕਿਤੇ ਸੰਕਟ ਆਵੇ ਕਿਤੇ ਜ਼ਿਆਦਤੀ ਹੋਵੇ ਕਿਸੇ ਬਗਾਨੇ ਨਾਲ ਵੀ ਜ਼ਿਆਦਤੀ ਹੋਵੇ ਇਹ ਕੁਰਖ ਖੇਤਰ ਦਾ ਮੈਦਾਨ ਸਿਰਜ ਲਾਉਂਦੇ ਨੇ ਆਪਣੇ ਆਪ ਸੋ ਜਿਹੜੇ ਕਰਮ ਖੇਤਰ ਚ ਆ ਗਏ ਉਹਨਾਂ ਨੂੰ ਜਾਪ ਖੇਤਰ ਜਿਹੜਾ ਉਹ ਬਹੁਤਾ ਸੁਖਾਵਾਂ ਨਹੀਂ ਲੱਗਿਆ ਐਗਜ਼ੈਕਟਲੀ ਪਾਠ ਕਰਨਾ ਥੋੜਾ ਰਟਣਾ ਥੋੜਾ ਜੋ ਪਾਠ ਕਰਨ ਉਪਰੰਤ ਸ਼ਕਤੀ ਆਉਣੀ ਹੈ ਉਹ ਕਰਮ ਖੇਤਰ ਚ ਆਉਣੀ ਹੈ ਹਮ ਬਾਬਾ ਬੰਦਾ ਸਿੰਘ ਬਾਰੇ ਜਦੋਂ ਇਹ ਕਿਹਾ ਜਾਂਦਾ ਹੈ ਕਿ ਪਹਿਲਾਂ ਉਹ ਐ ਕਰਦੇ ਸੀ ਐ ਕਰਦੇ ਸੀ ਕਦੀ ਕਦੀ ਤਾਂ ਪ੍ਰਚਾਰ ਕਿਸ ਤਰ੍ਹਾਂ ਦਾ ਦ੍ਰਿਸ਼ ਸਿਰਜਦੇ ਨੇ ਜਿਵੇਂ ਮਾਦੋਦਾਸ ਨੇ ਦਸਮ ਪਾਤਸ਼ਾਹ ਦੇ ਸੰਪਰਕ ਚ ਆਉਣ ਤੋਂ ਪਹਿਲਾਂ ਕੋਈ ਮਾੜੇ ਕੰਮ ਕੀਤੇ ਹੋਣ ਉੱਤਾਰ ਨੂੰ ਨਵਾਇਆ ਸੀ ਉਹਨਾਂ ਨੇ ਦੱਸਿਆ ਕੀਤੀ ਸੀ ਦਸਮ ਪਾਤਸ਼ਾਹ ਨੇ ਇੰਨਾ ਕੀਤਾ ਸੀ ਕਿ ਭਾਈ ਬੰਦਾ ਸਿੰਘ ਤੁਸੀਂ ਧਰਮ ਖੇਤਰ ਕਮਾ ਲਿਆ ਹੁਣ ਕਰਮ ਖੇਤਰ ਚ ਜਾਓ ਹਮ ਬਿਲਕੁਲ ਬਿਲਕੁਲ ਖਾਲਸਾ ਪੰਥ ਪੰਜਾਬੀ ਸੁਭਾ ਕਰਮ ਖੇਤਰ ਦਾ ਸੁਭਾ ਹੈ ਇਸ ਕਰਕੇ ਮੇਰੇ ਮਨ ਚ ਆਇਆ ਕਿ ਇਹ ਸਾਡਾ ਵਡੇਰਿਆਂ ਦਾ ਸਾਡਾ ਦਾਵਾ ਇਸ ਜਾਇਦਾਦ ਤੇ ਬਾਕੀਆਂ ਤੋਂ ਪਹਿਲਾਂ ਅਸੀਂ ਆਪਣੀ ਜਾਇਦਾਦ ਤੇ ਦਾਵਾ ਕਿਉਂ ਛੱਡੀ ਉਹ ਦਾਵਾ ਸਾਡਾ ਬਣਿਆ ਰਹੇ ਮੇਰੇ ਅਨੁਭਵ ਬਹੁਤ ਸੁਖਦਾਈ ਰਹੇ ਮੈਨੂੰ ਆਨੰਦ ਮਿਲਿਆ ਸ਼ਾਂਤੀ ਮਿਲੀ ਉਤਸ਼ਾਹ ਮਿਲਿਆ ਕਿ ਇਹ ਸਾਡਾ ਵਿਰਸਾ ਇਸ ਤਰ੍ਹਾਂ ਦਾ ਇਹ ਵੀ ਸਾਡੇ ਪਾਠਕ ਤੇ ਦਰਸ਼ਕ ਅਵਸ਼ ਜਾਣਨ ਮੇਰੀ ਇਹ ਉਹਨਾਂ ਅੱਗੇ ਪ੍ਰਾਰਥਨਾ ਕੀ ਬਾਤ ਹੈ ਸਰ ਬਹੁਤ ਅੱਛਾ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਕਰਕੇ ਔਰ ਹੋਰ ਵੀ ਤੁਹਾਡੇ ਤੋਂ ਕੁਝ ਹੋਰ ਜਾਣਨ ਦੀ ਜਗਿਆਸਾ ਸਾਡੇ ਅੰਦਰ ਹੈ ਡੈਫੀਨਿਟਲੀ ਆਪਾਂ ਮਿਲਦੇ ਰਹਾਂਗੇ ਆਪਾਂ ਲਾਸਟ ਮੇਰੇ ਮਨ ਦੇ ਵਿੱਚ ਜਿਹੜਾ ਪਾਰਟ ਆਪਣੇ ਦਰਸ਼ਕਾਂ ਨੂੰ ਸੁਣਾਉਣ ਦਾ ਵਿਚਾਰ ਆਇਆ ਉਹ ਇਹ ਕਿ ਸਮਾਪਤੀ ਕਰਾਂਗੇ ਆਪਾਂ ਅੱਜ ਦੀ ਇਸ ਸਭਾ ਦੀ ਉਹ ਸ਼ੋਦੇ ਕਥਨ ਨਾਲ। ਕੀ ਬਾਤ ਹੈ ਜਬật ਹੈ। ਉਹ ਮਹਾਪਾਰਦੇਸ ਯੁੱਧ ਬਾਰੇ ਟਿੱਪਣੀ ਕਰਦੇ ਆਂ ਆਖਦੇ ਨੇ। ਹਮ ਅਸੀਂ ਸਾਰਿਆਂ ਨੇ ਇਹ ਜਾਣਿਆ ਇਹ ਪੜਿਆ ਕਿ ਅਰਜਣ ਯੋਧਾ ਤਾਂ ਸੀ। ਹਮ ਬਹੁਤ ਦੂਰ ਅੰਦੇਸ਼ ਜੀਨੀਅਸ ਕਿਸਮ ਦਾ ਸ਼ਖਸ ਵੀ ਸੀ ਲੇਕਿਨ ਯੁੱਧ ਤਾਂ ਜਿੱਤ ਗਿਆ ਕਿਉਂਕਿ ਉਹਦਾ ਰਥਵਾਨ ਭਗਵਾਨ ਸੀ ਹੂੰ ਜਿਹਦਾ ਰਥਵਾਨ ਰੱਬ ਹੋਏ ਉਹਨੂੰ ਕੌਣ ਹਰਾਏਗਾ ਕੀ ਬਾਤ ਹੂੰ ਹੁਣ ਰਥ ਤਾਣ ਨਹੀਂ ਕਾਰਾਂ ਤੇ ਜੀਪਾਂ ਨੇ ਹੂੰ ਜਿਸ ਗੱਲ ਦਾ ਤੁਹਾਨੂੰ ਪਤਾ ਨਹੀਂ ਮੈਨੂੰ ਪੱਕਾ ਪਤਾ ਹੈ ਰੱਬ ਨੂੰ ਕਾਰ ਚਲਾਉਣੀ ਵੀ ਆਉਂਦੀ ਹੈ ਹੂੰ ਜੇ ਤੁਸੀਂ ਉਹਨੂੰ ਆਖੋ ਕਿ ਮੇਰੀ ਕਾਰ ਦਾ ਡਰਾਈਵਰ ਲੱਗ ਜਾ ਉਹ ਖੁਸ਼ ਹੋ ਕੇ ਲੱਗੇਗਾ ਹੂੰ ਪਰ ਤੁਸੀਂ ਉਹਨੂੰ ਆਪਣਾ ਡਰਾਈਵਰ ਰੱਖਣਾ ਨਹੀਂ ਹਮ ਜਦੋਂ ਕਹੋਗੇ ਚੱਲ ਫਲਾਣੀ ਥਾਂ ਚੱਲਣਾ ਉਹ ਆਖੇਗਾ ਇਸ ਥਾਂ ਨਹੀਂ ਮੈਨੂੰ ਲੈ ਕੇ ਜਾਣਾ ਇਹ ਥਾਂ ਠੀਕ ਹੈ ਜਿਸ ਥਾਂ ਤੇ ਲੈ ਕੇ ਜਾਏਗਾ ਉੱਥੇ ਕੋਈ ਸੰਕਟ ਖੜਾ ਹੋ ਸਕਦਾ ਐਗਜੈਕਟਲੀ ਭਗਵਾਨ ਤੁਹਾਡਾ ਡਰਾਈਵਰ ਲੱਗਣ ਲਈ ਤਿਆਰ ਹੈ ਤੁਸੀਂ ਉਹਨੂੰ ਡਰਾਈਵਰ ਰੱਖਣ ਲਈ ਤਿਆਰ ਨਹੀਂ ਉਹਨੂੰ ਆਪਣਾ ਰਥਵਾਨ ਰੱਖਣ ਲਈ ਕੋਈ ਅਰਜਨ ਚਾਹੀਦਾ ਬਹੁਤ ਬਹੁਤ ਅੱਛਾ ਸਰ ਤੁਹਾਡਾ ਕੋਈ ਛੋਟਾ ਮੋਟਾ ਸ਼ਖਸ ਨਹੀਂ ਤਾਕਤਵਰ ਛੋਟਾ ਮੋਟਾ ਨਹੀਂ ਰੱਖ ਸਕੂਗਾ ਅਰਜਨ ਚਾਹੀਦੇ ਸੋ ਇਹ ਸੰਦੇਸ਼ ਆਪਾਂ ਨੂੰ ਮਿਲੇ ਨੇ ਵਡੇਰਿਆਂ ਤੇ ਕਥਨਾਵਾਂ ਚੋਂ ਹਾਂ ਤੁਸੀਂ ਓਸ਼ੋ ਨੂੰ ਵੀ ਪੜਿਆ ਸਾਂ ਓਸ਼ੋ ਉਹਨਾਂ ਦੀ ਜਿਹੜੀ ਆਡਾਇਲੋਜੀ ਉਹਨੂੰ ਕਿਵੇਂ ਲੈਂਦੇ ਹੋ ਤੁਸੀਂ ਓਸ਼ੋ ਦੀ ਕਿਤਾਬ ਹੈ ਦ ਬੁੱਕਸ ਆਈ ਹੈਵ ਲਵਡ ਹੂੰ ਉਹ ਕਿਤਾਬਾਂ ਜਿਹੜੀਆਂ ਮੈਨੂੰ ਚੰਗੀਆਂ ਲੱਗੀਆਂ ਹੂੰ ਮੈਂ ਸੋਚਿਆ ਦੇਖੀ ਪੜ ਕੇ ਕਿਤਾਬ ਪੜੀ ਅੰਗਰੇਜ਼ੀ ਚ ਹੂੰ ਵੱਡੀਆਂ ਕਿਤਾਬਾਂ ਕਿਤਾਬਾਂ ਤੇ ਵੱਡੀਆਂ ਟਿੱਪਣੀਆਂ ਸਰ ਕਿਦਾਂ ਦੇ ਉਹ ਥੋਡੈਲੋਜੀ ਨੂੰ ਕਿਵੇਂ ਲੈਣੇ ਹੋ ਤੁਸੀਂ ਉਹ ਫ੍ਰੀ ਹੈ ਉਹ 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 ਮੇਰੇ ਜ਼ੌਕੇ ਤਜਸਸ ਕੇ ਉਜਾਲੋ ਮੇਂ ਜੇ ਪੱਥਰ ਕੀ ਦੁਨੀਆ ਸੇ ਨਿਕਾਲੋ ਜ਼ੌਕੇ ਤਜਸਸ ਹੁੰਦਾ ਹੈ ਜਾਣਨ ਦੀ ਤੀਬਰ ਇੱਛਾ है, खुमार साहब खुमार मेरे जौ के तजस् के उजालो मुझे पत्थर की दुनिया से निकालो मुझे रहने दो बन के सिर्फ खुशबू मुझे फूलों के सांचों में न ढालो क्या बात, <laughs> <ओशो> <laughs> बात खुश्बू है जरा वो खुशबू है खुशबू है ਫੁੱਲਾਂ ਦੇ ਸਾਂਚੇ ਚੋਂ ਆਪਣੇ ਆਪ ਨੂੰ ਢਲਣ ਨਹੀਂ ਦਿੰਦਾ। ਤਾਂ ਇਹ ਖੁਸ਼ਬੂ ਦਾ ਆਨੰਦ ਲਿਆ ਮੈਂ ਆਪਣੇ ਦਰਸ਼ਕ ਵੀ ਲੈਣ ਫ੍ਰੀ ਨੇ ਉਹ। ਉਹਨਾਂ ਕੋਲ ਜੀ ਟਾਈਮ ਹੋਵੇ। ਹਮਮ ਐਗਜ਼ੈਕਟਲੀ। ਤੋਂ ਇਨਾ ਸ਼ਬਦਾਂ ਨਾਲ ਮੈਂ ਤੁਹਾਡਾ ਸ਼ੁਕਰਾਨਾ ਕਰਦਾ। ਡੈਫੀਨਿਟਲੀ ਸਰ। ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੀ ਆ ਕਿ ਸਰਦੀਆਂ ਸਾਰੀਆਂ ਕਿਤਾਬਾਂ ਆਨਲਾਈਨ ਜਿਹੜੀਆਂ ਨੇ ਤੁਹਾਡੇ ਲਈ ਉਪਲਬਧ ਨੇ ਤੁਸੀਂ ਮੇਰਾ ਵੈਬਸਾਈਟ ਹਰਪਾਲ ਸਿੰਘ ਪੰਨੂ.com .com ਤੇ ਜਾ ਕੇ ਤੁਸੀਂ ਪੜ੍ਹ ਸਕਦੇ ਹੋ। ਤੇ ਪ੍ਰਿੰਟ ਕਰ ਸਕਦੇ ਪ੍ਰਿੰਟ ਜਿਹੜਾ ਹੈਗਾ ਕੱਢ ਕੇ ਆਰਾਮ ਨਾਲ ਬੈਠ ਕੇ ਵੀ ਪੜ ਸਕਦੇ ਹੋ ਬਹੁਤ ਸਾਰੇ ਤੁਸੀਂ ਸੁਵਿਧਾ ਜਿਹੜੀ ਇਹ ਪਾਠਕਾਂ ਨੂੰ ਦਿੱਤੀ ਹੈ ਸੋ ਥੈਂਕ ਯੂ ਵੈਰੀ ਮੱਚ ਬਟ ਜਾਣ ਤੋਂ ਪਹਿਲਾਂ ਦੋ ਕਿਤਾਬਾਂ ਦਾ ਅਸੀਂ ਤੁਹਾਰਾ ਜ਼ਰੂਰ ਕਰਵਾਉਣਾ ਚਾਹੀਦੇ ਕਿ ਨਵੀਆਂ ਆਈਆਂ ਨੇ ਤਾਂ ਕਿ ਪੰਜਾਬੀ ਇੱਕ ਤਈ ਕਿਤਾਬ ਪੰਜਾਬੀ ਕਾਫ ਹ ਪ੍ਰਕৃতিਸ਼ੀਲ ਪਰ ਪੇਖ ਡਾਕਟਰ ਪੀਮਿੰਦਰ ਸਿੰਘ ਉਹਨਾਂ ਦੀ ਕਿਤਾਬ ਹੈ ਆਲੋਚਨਾ ਦੀ ਤੇ ਤਾਂ ਕਿ ਤੁਸੀਂ ਵੱਖ-ਵੱਖ ਕਵੀਆਂ ਦੀ ਕਾਵਸੁਰਾਂ ਦੇ ਬਾਰੇ ਵਿੱਚ ਤੁਸੀਂ ਜਾਣ ਸਕੋ ਬਹੁਤ ਅੱਛੀ ਕਿਤਾਬ ਹੈ ਡਾਕਟਰ ਭੀਮਿੰਦਰ ਸਿੰਘ ਨੂੰ ਮੇਰਾ ਛੋਟਾ ਭਰਾ ਸਮਝੋ ਅਸੀਂ ਇੱਕ ਦੂਜੇ ਦੇ ਕਦਰਦਾਨ ਮੈਂ ਉਹਨਾਂ ਦੀ ਮਿਹਨਤ ਦਾ ਕਾਇਲ ਹਾਂ ਇਹ ਕਿਤਾਬ ਮੈਂ ਹਜੇ ਪੜ੍ਹੀ ਨਹੀਂ ਲੇਕਿਨ ਆਸ ਕਰਦਾ ਕਿ ਸਾਡੀਆਂ ਅਸਾਂ ਤੇ ਖਰੀ ਉਤਰੇਗੀ ਡੈਫੀਨਿਟਲੀ ਇੱਕ ਸਾਰੇ ਕਿਤਾਬ ਸਾਡੇ ਬਹੁਤ ਅੱਛੇ ਪੋਇਟ ਨੇ ਅਵਤਾਰਜੀਤ ਉਹਨਾਂ ਦੀ ਕਿਤਾਬ ਹੈ ਕਾਲ ਦ੍ਰਿਸ਼ ਬਹੁਤ ਅੱਛੀ ਪੋਇਟਰੀ ਹੈ ਖੁਸ਼ ਆਮਦੀਦ ਇਸ ਕਿਤਾਬ ਨੂੰ ਸੋ ਤੁਸੀਂ ਜ਼ਰੂਰ ਜੇਕਰ ਤੁਸੀਂ ਸਾਹਿਤ ਦੇ ਚਾਸਕੂ ਤਾਂ ਕਿਤਾਬਾਂ ਹਿਬਾਇ ਕਰਕੇ ਪੜ੍ਹਨਾ ਜ਼ਰੂਰ ਸਾਡੀ ਕੋਸ਼ਿਸ਼ ਹੈ ਤੁਹਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਸੀਂ ਲਿਟਰੇਚਰ ਨਾਲ ਜੋੜੀਏ ਪੰਜਾਬੀ ਕਲਚਰ ਨਾਲ ਪੰਜਾਬੀ ਲਿਟਰੇਚਰ ਦੇ ਨਾਲ ਤੁਹਾਡਾ ਵਾਅ ਵਸਤਾ ਜਿੰਨਾ ਵੀ ਅਸੀਂ ਨੇੜੇ ਦਾ ਕਰਵਾ ਸਕੀਏ ਸੋ ਸਰ ਥੈਂਕ ਯੂ ਵੈਰੀ ਮੱਚ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਗੱਪਸ਼ਾ ਵਿਚਾਰ ਦਾ ਕੱਪ ਬੜੀ ਰੀਚ ਸੀ ਤੁਹਾਨੂੰ ਮਿਲਣ ਦੀ ਸੋ ਅਸੀਂ ਦੁਆਗੋ ਆ ਕਿ ਤੁਹਾਡੇ ਚਿਹਰੇ ਦੀ ਇਹ ਲਾਲੀ ਤੁਹਾਡੇ ਕੰਮ ਕਰਨ ਦੀ ਜਿਹੜੀ ਮੈਨੂੰ ਇੰਜ ਲੱਗਦਾ ਹੁੰਦਾ ਕਿ ਇੰਨਾ ਮਤਲਬ ਰਿਲੀਜੀਅਸ ਸੀ ਤੁਸੀਂ ਸਟੱਡੀ ਕਰਦਿਆਂ ਕਰਦੇ ਆ ਉਹ ਜਿਹੜਾ ਨੂਰ ਆ ਨਾ ਉਹ ਤੁਹਾਡੇ ਚਿਹਰੇ ਤੋਂ ਮੈਨੂੰ ਝਲਕਦਾ ਹੁੰਦਾ ਉਹ ਰੋਹਾਨੀਤ ਜਿਹੜੀ ਇਹ ਗਲਤ ਫਹਿਮ ਵੀ ਤੁਹਾਡੇ ਸਾਰਿਆਂ 'ਚ ਬਣੀ ਰਹਿਆ ਪਰ ਨਹੀਂ ਨਹੀਂ ਸਰ ਇੱਕ ਇੱਕ ਜਿਹੜੀ ਪਾਵਰ ਹੈ ਨਾ ਉਹ ਚੀਜ਼ ਡੈਫੀਨਿਟਲੀ ਜਿਹੜੀ ਚੀਜ਼ ਤੁਸੀਂ ਸਟੱਡੀ ਕਰਦੇ ਹੋ ਉਹ ਪਾਵਰ ਜਿਹੜੀ ਹੈ ਆਟੋਮੈਟਿਕਲੀ ਸਾਡੇ ਅੰਦਰ ਜਿਹੜੀ ਹੈਗੇ ਉਹ ਆਉਂਦੀ ਹੈ ਇਹ ਥੈਂਕ ਯੂ ਵੈਰੀ ਮਚ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਸੋ ਤੁਹਾਨੂੰ ਡਾਕਟਰ ਹਰਪਾਲ ਸਿੰਘ ਪੰਨੂ ਹੁਣਾਂ ਦੇ ਨਾਲ ਗੱਪਸ਼ਾ ਵਿਦ ਜਾਹ ਤੱਕ ਆਪ ਕਿਦਾਂ ਦਾ ਲੱਗਿਆ ਮੈਨੂੰ ਲੱਗਦਾ ਹੈ ਕਿ ਇਹਨਾਂ ਦੀ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਸਾਡੇ ਇਸ ਪ੍ਰੋਗਰਾਮ ਦੇ ਰਾਹੀਂ ਤੁਹਾਡੇ ਰੂਬਰੂ ਹੋਈਆਂ ਤੁਹਾਡਾ ਮਾਰਗਦਰਸ਼ਨ ਕਰਨਗੀਆਂ ਤੁਹਾਨੂੰ ਕੋਈ ਨਾ ਕੋਈ ਨਵੀਂ ਸੇਧ ਦੇਣਗੀਆਂ ਤੇ ਤੁਸੀਂ ਸਾਨੂੰ ਦੱਸਣਾ ਜ਼ਰੂਰ ਜਾਣ ਤੋਂ ਪਹਿਲਾਂ ਜੇਕਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਦਬਾ ਦਿਓ ਤੇ ਲਾਈਕ ਸ਼ੇਅਰ ਕਰ ਦੇਣਾ ਤੇ ਜੇਕਰ ਹੋਰ ਕਿਸੇ ਪਸੰਦੀਦਾ ਪਰਸਨੈਲਿਟੀ ਦੇ ਨਾਲ ਰੂਬਰੂ ਚਾਹੁੰਦੇ ਹੋ ਤਾਂ ਸਾਨੂੰ ਦੱਸਣਾ ਜ਼ਰੂਰ ਸੋ ਥੈਂਕ ਯੂ ਵੈਰੀ ਮੱਚ